ਸਸ ਸਤਿਕਾਰ ਜੀ ਰੇਡੀਓ ਪੰਜਾਬ ਤੁਹਾਡੇ ਸੁਸਰਜ ਦੇ ਪ੍ਰੋਗਰਾਮ ਜੀ ਆਇਆਂ ਦੇ ਨਾਲ ਹਰਮੇਲ ਪ੍ਰੀਤ ਹਾਜ਼ਰ ਹੈ ਉਮੀਦ ਹੈ ਤੁਸੀਂ ਠੀਕ ਠਾਕ ਹੋਗੇ ਚੜ੍ਹਦੀ ਕਲਾ ਛੋਗੇ ਸੋ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਦਾ ਖੇਤਰ ਤਾਂ ਕੋਈ ਵੀ ਹੋ ਸਕਦਾ ਹੈ ਲੇਕਿਨ ਜਿਸ ਵੀ ਖੇਤਰ ਦੇ ਵਿੱਚ ਆਉਂਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਆਪਣੀ ਸੰਘਰਸ਼ ਦੀ ਉਹਨਾਂ ਦੇ ਉਸ ਖੇਤਰ ਦੇ ਵਿੱਚ ਉਹਨਾਂ ਦੀ ਦੇਣ ਦੀ ਤੇ ਉਸ ਖੇਤਰ ਨਾਲ ਜੁੜੇ ਕੁਝ ਹੋਰ ਸਵਾਲ ਜ਼ਰੂਰ ਉਹਨਾਂ ਨਾਲ ਸਾਂਝੇ ਕ ਲਈ ਸਵਾਗਤ ਗੱਲਾਂ ਹੋਣੀਆਂ ਜੀ ਗਾਇਕੀ ਦੀਆਂ ਸੰਗੀਤ ਦੀਆਂ ਕਿਉਂਕਿ ਅੱਜ ਸਾਡੇ ਮਹਿਮਾਨ ਨੇ ਇੱਕ ਗਾਇਕ ਹਰਪ੍ਰੀਤ ਸਿੰਘ ਤੇ ਹਰਪ੍ਰੀਤ ਹੋਰਾਂ ਦੇ ਨਾਲ ਆਪਾਂ ਕਰਨੀਆਂ ਨੇ ਅੱਜ ਗੱਲਾਂ ਬਾਤਾਂ ਤੁਸੀਂ ਸਾਡੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਲਈ ਸਾਨੂੰ ਕਾਲ ਕਰ ਸਕਦੇ ਹੋ 9216410666 ਨੰਬਰ ਤੇ ਜਾਂ ਫਿਰ 9814910666 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਤੁਸੀਂ WhatsApp ਤੇ ਕਾਲ ਕਰਨ ਦੀ ਇੱਛਕੋ ਤਾਂ ਸਾਨੂੰ 9216410666 ਨੰਬਰ ਦੇਤੇ ਕਾਲ ਕਰ ਸਕਦੇ ਹੋ ਸੋ ਹਰਪ੍ਰੀਤ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਜੀ ਆਇਆਂ ਨੂੰ ਸਸਕਲ ਜੀ ਤੁਹਾਡੀ ਸਾਰੀ ਟੀਮ ਨੂੰ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਤੁਸੀਂ ਇੱਥੇ ਬੁਲਾ ਕੇ ਮੈਨੂੰ ਦਰਸ਼ਕਾਂ ਦੇ ਰੂਰੂ ਕਰਾਇਆ ਜੀ ਲੇਕਿਨ ਫਿਲਹਾਲ ਸੀ ਆਪਣੇ ਅੱਜ ਦੇ ਮਹਿਮਾਨ ਦੇ ਨਾਲ ਸ਼ੁਰੂਆਤੀ ਗੱਲਾਂ ਬਾਤਾਂ ਕਰ ਲਈਏ ਕੁਝ ਹਰਪੀਤ ਜੀ ਥੋੜਾ ਜਿਹਾ ਆਪਣੇ ਪਰਿਵਾਰਕ ਜ਼ਿੰਦਗੀ ਬਾਰੇ ਪਰਿਵਾਰ ਦੇ ਪਿਛੋਕੜ ਬਾਰੇ ਤੇ ਆਪਣੇ ਜਨਮ ਬਾਰੇ ਜਨਮ ਸਥਾਨ ਬਾਰੇ ਜਦੋਂ ਮੈਂ ਜੀ ਜਰਗ ਪਿੰਡ ਤੋਂ ਬਿਲੋਂਗ ਕਰਦਾ ਜੀ ਡਿਸਟ੍ਰਿਕਟ ਲੁਧਿਆਣਾ ਹੂੰ ਤੇ ਮੇਰਾ ਪਿੰਡ ਬਹੁਤ ਮਸ਼ਹੂਰ ਹੈ ਜੀ ਮੇਰਾ ਜਰਗ ਦਾ ਮਸ਼ਹੂਰ ਹੈ ਮੈਂ ਇਹ ਗੱਲ ਪੁੱਛਣ ਲੱਗਾ ਸੀ ਕਿ ਕਿਸ ਲਈ ਮਸ਼ਹੂਰ ਹੈ ਉਹ ਜਰਗ ਦਾ ਮੇਲਾ ਬਹੁਤ ਮਸ਼ਹੂਰ ਹੈ ਜੀ ਮੇਲਿਆਂ ਦੀ ਜਿੰਦ ਜਨ ਮੰਨਿਆ ਜਾਂਦਾ ਜੀ ਮੇਰਾ ਜੀ ਜੀ ਤੇ ਉੱਥੇ ਜਰਗ ਚੱਲਿਆ ਜਰਗ ਦੇ ਮੇਲੇ ਤੇ ਮੁੰਡਾ ਤੇ ਮੈਂ ਚੱਲ ਨੂੰ ਬਿਲਕੁਲ ਜੀ ਬਿਲਕੁਲ ਬਹੁਤ ਪੁਰਾਣੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਆ ਰਿਹਾ ਜੀ ਤੇ ਆਪਣੇ ਪੰਜਾਬੀ ਜਿਹੜੀ ਬੁੱਕ ਹੈਗੀ ਆ ਸਕੂਲਿੰਗ ਦੀ ਉਹਦੇ ਐਜੂਕੇਸ਼ਨ ਦਾ ਜਿਹੜਾ ਪਾਰਟ ਹੈਗਾ ਉਹਦੇ ਵਿੱਚ ਵੀ ਇਹ ਦਿੱਤਾ ਹੈਗੀ ਆ ਜੀ ਹਮਮ ਤੇ ਉੱਥੇ ਜੰਮੇ ਪਲੇ ਆ ਜੀ ਉੱਥੇ ਪੜੇ ਉਸ ਤੋਂ ਬਾਅਦ ਖੰਨੇ ਫੇ ਫਤਿਹਗੜ੍ਹ ਸਾਹਿਬ ਤੇ ਫਿਰ ਕੈਨੇਡਾ ਪਹੁੰਚ ਗਏ ਜੀ ਅੱਛਾ ਤਾਂ ਇਹ ਜਿਹੜਾ ਮਤਲਬ ਫਿਰ ਖੰਨੇ ਤੱਕ ਪੜਾਈ ਤੁਸੀਂ ਕੀਤੀ ਕਿੱਥੇ ਤੱਕ ਕੀਤੀ ਵੈਸੇ ਖੰਨੇ ਮੈਂ ਪਲੱਸ 2 ਕੀਤੀ ਜੀ ਅੱਛਾ ਤੇ ਉਸ ਤੋਂ ਪਹਿਲਾਂ 10 ਸਾਡੇ ਪਿੰਡੂ ਹੀ ਕੀਤੀ ਹੂੰ ਹੂੰ ਰਾਜਾ ਜਿੰਗਦੇਵ ਸੀਨੀਅਰ ਸਕੈਂਡੀ ਸਕੂਲ ਹੈਗਾ ਜੀ ਉੱਥੇ ਸਾਡੇ ਪਿੰਡ ਜੀ ਅੱਛਾ ਇਹ ਫਿਰ ਗਾਇਕੀ ਵਾਲਾ ਜਿਹੜਾ ਸੀ ਕੋਈ ਘਰ ਦੇ ਵਿੱਚ ਪਹਿਲਾਂ ਮਾਹੌਲ ਸੀ ਜਾਂ ਕਿੱਥੋਂ ਆਇਆ ਫਿਰ ਇਹ ਤਾਂ ਜੀ ਕੋਈ ਐਦਾਂ ਦਾ ਸਿਸਟਮ ਹੈ ਨਹੀਂ ਸੀ ਫਾਦਰ ਸਾਹਿਬ ਆਰਮੀ ਚ ਰਿਟਾਇਰ ਨੇ ਜੀ ਸਾਡੇ ਦਾਦਾ ਜੀ ਵੀ ਆਰਮੀ ਚ ਰਿਟਾਇਰ ਸੀ ਜੀ ਤੇ ਅਸੀਂ ਸਕੂਲ ਦੇ ਵਿੱਚ ਪੰਗੜਾ ਪੁੰਗੜਾ ਪਾਉਂਦੇ ਹੁੰਦੇ ਸੀ ਜੀ ਮਲਵਈ ਕਿੱਦਾਂ ਬਹੁਤ ਪਾਇਆ ਸੀ ਹੂੰ ਛੋਟੇ ਹੁੰਦੇ ਸੀ ਬਸ ਉਸ ਤੋਂ ਬਾਅਦ ਹੀ ਮੜਾ ਮੁੰਡਾ ਚੱਲਦਾ ਰਿਹਾ ਗੈਕੀ ਵਾਲੇ ਪਾਸੇ ਨੂੰ ਹਜੇ ਥੋੜਾ ਜਿਹਾ ਹੱਤ ਤੰਗ ਹੈ ਜੀ ਹੂੰ ਜੋ ਬੰਦੇ ਨੂੰ ਆਪਣੇ ਆਪ ਨੂੰ ਪਤਾ ਹੀ ਹੁੰਦਾ ਵੀ ਆਪਾਂ ਕਿੰਨੇ ਜੀ ਪਰ ਥੋੜਾ ਬੜਾ ਲਿਖ ਲਈਦਾ ਜੀ ਉਹ ਜਦ ਤੋਂ ਲੱਗਿਆ ਜੀ ਬਸ ਉਦੋਂ ਲਿਖੀ ਗਏ ਹੌਲੀ ਹੌਲੀ ਮੜਾ ਮੋਟਾ ਸੋਧ ਹੁੰਦੀ 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 ਅੱਛਾ ਸਾਹਿਬ ਇਧਰ ਤੋਂ ਲਿਖਣਾ ਕਦੋਂ ਸ਼ੁਰੂ ਕੀਤਾ ਫਿਰ ਕੇ ਸੋਮਰਚ ਐਗਜ਼ੈਕਟ ਤਾਂ ਕੋਈ ਯਾਦ ਹੈ ਨਹੀਂ ਜੀ ਫਿਰ ਕੁਸ਼ਲ ਮਤਲਬ ਸਕੂਲ ਚ ਲਿਖਣਾ ਸ਼ੁਰੂ ਕੀਤਾ ਜਦ ਸਕੂਲ ਤੋਂ ਬਾਅਦ ਕੀਤਾ ਸਕੂਲ ਤੋਂ ਬਾਅਦ ਕੀਤਾ ਜੀ ਹੂੰ ਤੇ ਅਸੀਂ ਪੰਜਾਬ ਰੋਡਵੇਡ ਜੌਬ ਕਰਦੇ ਸੀ ਮੇਰੇ ਨਾਲ ਸੀ ਮੇਰਾ ਫਰੈਂਡ ਸੀ ਅਵਤਾਰ ਸਿੰਘ ਗਰੇਵਾਲ ਹੂੰ ਉਹ ਸਰਜੀਤ ਪੱਤਰ ਸਾਹਿਬ ਦੇ ਸ਼ਾਗਿਰਦ ਹੈ ਜੀ ਅੱਛਾ ਸਰਜੀਤ ਪੱਤਰ ਸਾਹਿਬ ਨੇ ਉਹਦਾ ਨਾਮ ਰੱਖਿਆ ਜੀ ਗੁਲਵਾਸ਼ ਉਹਨਾਂ ਦੇ ਸੰਪਰਕ ਚਾਹੇ ਉੱਠਣੀ ਬੈਠਣੀ ਇਕੱਠਿਆਂ ਦੀ ਹੋਈ ਹਾਂ ਉਹਦੀ ਕਿਤਾਬ ਆਈ ਹੈ ਨਾ ਬਹੁਤ ਖੂਬਸੂਰਤ ਕਿਤਾਬ ਹੁੰਦੀ ਹੈ ਹਾਂ ਹਾਂਜੀ ਤੇ ਉੱਥੇ ਜਦੋਂ ਵਿਹਲਾ ਟਾਈਮ ਹੁੰਦਾ ਸੀ ਜੀ ਇਕੱਠਿਆਂ ਨੇ ਖਾਣਾ ਪੀਣਾ ਜੀ ਚੱਤ ਤੋਂ ਬਾਅਦ ਵੀ ਥੋੜਾ ਜਿਹਾ ਰੁਝਾਨ ਹੋਰ ਇਧਰਲੇ ਪਾਸੇ ਨੂੰ ਮੱਧ ਗਿਆ ਜੀ ਹਮਮ ਬਸ ਇਹ ਚੱਲੀ ਗਿਆ ਤੇ ਮਤਲਬ ਗੀਤ ਲਿਖਦੇ ਹੋ ਨਜ਼ਮ ਲਿਖਦੇ ਹੋ ਕੋਈ ਕੀ ਲਿਖਦੇ ਹੋ ਸਾਰਾ ਕੁਝ ਚੱਲੀ ਜਾਂਦਾ ਜੀ ਅੱਛਾ ਤੇ ਜਿਹੜਾ ਇਹ ਤੁਸੀਂ ਗਾਣਾ ਸੁਣਿਆ ਇਹ ਵੀ ਮੈਂ ਆਪ ਹੀ ਲਿਖਿਆ ਜੀ ਹਮਮ ਪਰ ਕਮਰਸ਼ੀਅਲ ਦੇ ਨਾਲੋਂ ਮੇਰਾ ਥੋੜਾ ਜਿਹਾ ਉਰਤਾ ਪਰੇ ਅੱਛਾ ਅਸੀਂ ਉਹ ਚੀਜ਼ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਜੋ ਮੈਂ ਆਪਣੀ ਬੋਡੀ ਤੇ ਹੰਢਾਈ ਹਮਮ ਜਾਂ ਉਹ ਚੀਜ਼ ਮੇਰੀ ਅੱਖ ਨੇ ਦੇਖੀ ਜੀ ਬਸ ਇਦਾਂ ਦੀ ਹੁੰਦਾ ਜੀ ਅੱਛਾ ਤੁਸੀਂ ਫਿਰ ਕਿਸ ਨੂੰ ਉਸਤਾਦ ਬਣਾਇਆ ਹਜੇ ਤਾਂ ਜੀ ਪਰਮਾਤਮਾ ਹੀ ਉਸਤਾਦ ਹੈ ਜੀ ਸਾਡਾ ਜੀ ਜੀਨੇ ਜਗ ਤੇ ਲੈ ਜਾਂਦਾ ਆਪਾਂ ਨੂੰ ਹਮਮ ਬਸ ਇਦਾਂ ਹੀ ਆ ਜੀ ਚਲੋ ਵੈਸੇ ਤਾਂ ਹਰ ਉਹ ਕਹਿੰਦੇ ਨੇ ਕਿ ਜਿਹੜੀ ਵੀ ਚੀਜ਼ ਅਸੀਂ ਪੜ੍ਹਦੇ ਆ ਨਾ ਉਹ ਉਹ ਲੇਖਕ ਸਾਡਾ ਉਸਤਾਦ ਹੀ ਬਣ ਜਾਂਦਾ ਹੈ ਕਿਉਂਕਿ ਅਸੀਂ ਪੜ੍ਹ ਕੇ ਬਹੁਤ ਕੁਝ ਸਿੱਖਦੇ ਆ ਨਾ ਬਿਲਕੁਲ ਜੀ ਬਿਲਕੁਲ ਅੱਛਾ ਹਰਪ੍ਰੀਤ ਜੀ ਗਾਏ ਕਿ ਫਿਰ ਇੱਥੇ ਵੀ ਕਰਦੇ ਸੀ ਸਾਡੇ ਮੋਟੇ ਕਿ ਉੱਥੇ ਜਾ ਕੇ ਕਰਨ ਲੱਗੇ ਮਾੜਾ ਮੋਟਾ ਲਿਖਦੇ ਸੀ ਜੀ ਹੂੰ ਇੱਥੇ ਇਹ ਲਾਈਨ ਵੀ ਬਹੁਤ ਮਹਿੰਗੀ ਹੋ ਚੁੱਕੀ ਹੈ ਜੀ ਜੀ ਇੱਥੇ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਜੇਬਾਂ ਚੋਂ ਬਾਹਰ ਵਾਲਾ ਕੰਮ ਹੋ ਜਾਂਦਾ ਜੀ ਹੂੰ ਉੱਥੇ ਜਾ ਕੇ ਚਲੋ ਕੰਮਕਾਰ ਕਰੀਦਾ ਕੁਝ ਫੈਮਿਲੀ ਲਈ ਟਾਈਮ ਮਾੜਾ ਮੋਟਾ ਜੋੜੀ ਦਾ ਕਰੀਦਾ ਜੀ ਤੇ ਫਿਰ ਉੱਥੇ ਜਾ ਕੇ ਥੋੜਾ ਜਿਆਦਾ ਜਾਦੇ ਹੋ ਗਿਆ ਜੀ ਹੂੰ ਤੇ ਐਕਚੁਅਲੀ ਜੋ ਓਨੈਸਟਲੀ ਗੱਲ ਇਹ ਹੈਗੀ ਹੈ ਜੀ ਜਿਹੜਾ ਇਹ ਗਾਣਾ ਅ ਮੈਂ ਆਪਣੇ ਨਾਨਕੇ ਪਿੰਡ ਰਹਿੰਦਾ ਸੀ ਥੋੜਾ ਜਿਹਾ ਟਾਈਮ ਰਿਹਾ ਉੱਥੇ ਮੈਂ ਜੀ ਤੇ ਮੇਰੀ ਮਸੀਹ ਨੇ ਮੈਨੂੰ ਅਡੌਪਟ ਕੀਤਾ ਸੀ ਹੂੰ ਉਹ ਅੰਮ੍ਰਿਤਧਾਰੀ ਸੀ ਉਹਨਾਂ ਨੇ ਮੈਰਿਜ ਨਹੀਂ ਸੀ ਕਰਾਈ ਜੀ ਤੇ ਉਹਨਾਂ ਦੀ ਡੈਥ ਹੋ ਗਈ ਸੀ 2017 ਚ ਹੂੰ ਤੇ ਮੇਰੇ ਤੋਂ ਆਇਆ ਨਹੀਂ ਸੀ ਗਿਆ ਅੱਛਾ ਤੇ ਉਹ ਮੈਂ ਉੱਥੇ 스ਨੋ ਸਟਾਰਮ ਆਇਆ ਸੀ ਉੱਥੇ ਸਟਕ ਹੋ ਗਿਆ ਤੇ ਮੈਂ ਭੋਗ ਤੇ ਪਹੁੰਚਿਆ ਮੈਂ ਦੇਖ ਵੀ ਨਹੀਂ ਸੀ ਸਕਿਆ ਹੂੰ ਹੂੰ ਤੇ ਉਹਨਾਂ ਨੂੰ ਮੈਂ ਮਾਂ ਵੀ ਕਹਿਣਾ ਜੀ ਉਹ ਫਿਰ ਮੈਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਚੰਗੀ ਚੀਜ਼ ਬਣਾ ਕੇ ਵੀ ਕੱਲ ਨੂੰ ਮੇਰੀ ਨਵੀਂ ਜਨਰੇਸ਼ਨ ਜਾਂ ਕੋਈ ਹੋਰ ਪੁੱਛੇ ਵੀ ਕਿੱਦਾਂ ਕਿਵੇਂ ਇਹ ਗਾਣੇ ਦੇ ਲਾਸਟ ਵਿੱਚ ਮੈਂ ਉਹਨਾਂ ਦੀ ਹੀ ਫੋਟੋ ਲਾਈ ਹੈ ਜੀ ਚਲੋ ਗਾਣਾ ਜਿੰਨਾ ਦੋਸਤਾਂ ਨੇ ਅਸਤਾ ਸਿਰਫ ਸੁਣਵਾ ਸਕਦੇ ਹਨ ਬਾਕੀ ਦੋਸਤ YouTube ਤੋਂ ਇਸ ਗਾਣੇ ਨੂੰ ਲੱਭ ਕੇ ਦੇਖ ਵੀ ਸਕਦੇ ਨੇ ਤੇ ਉਹਦੇ ਨਾਲ ਹੋਰ ਜ਼ਿਆਦਾ ਫੀਲਿੰਗ ਤੁਹਾਡੀਗਾ ਸਮਝ ਸਕਣਗੇ ਅੱਛਾ ਹਰਪੀਤ ਕਦੋਂ ਤੁਸੀਂ ਮੂਵ ਕੀਤੇ ਕੈਨੇਡਾ ਮੈਂ ਜੀ 15 ਚ ਗਿਆ ਸੀ ਜੀ मतलब 5 ਕਿਸਾਲ ਹੋ ਗਏ ਨੇ ਸੋਨਿਆ ਅੱਛਾ ਮਤਲਬ ਤੁਸੀਂ ਦੱਸ ਸਕਦੇ ਤੁਹਾਡੇ ਦਾਦਾ ਜੀ ਆਰਮੀ ਸੀ ਪਿਤਾ ਜੀ ਆਰਮੀ ਸੀ ਤਾਂ ਮਮਨ ਇੱਕ ਉਹ ਮਾਹੌਲ ਘਰ ਦਾ ਬਣ ਜਾਂਦਾ ਕਿ ਬੱਚੇ ਨੇ ਆਰਮੀ ਚ ਜਾਣਾ ਜਾਂ ਆਪਣੀ ਰੁਚੀ ਵੀ ਬਣ ਜਾਂਦੀ ਕਈ ਵਾਰੀ ਨਹੀਂ ਤਾਂ ਪੇਰੈਂਟਸ ਦੀ ਥੋੜੀ ਜਿਹੀ ਦਿਲਚਸਪੀ ਹੋ ਜਾਂਦੀ ਹੈ ਕਿ ਇਸੇ ਪਾਸੇ ਜਾਵੜੇ ਤਾਂ ਇਦਾਂ ਦਾ ਕੋਈ ਸੋਚ ਵੀ ਨਹੀਂ ਬਣੀ ਸੋਚ ਤਾਂ ਬਣੀ ਸੀਗੀ ਜੀ ਪਰ ਇਹਨਾਂ ਦੇ ਕਾਇਦੇ ਕਾਨੂੰਨ ਥੋੜੇ ਜਿਹਾ ਹੁਣ ਅਲੱਗ ਹੋ ਗਏ ਉਹ ਅਸੀਂ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕੇ ਕਰਦੇ ਨੇ ਤਾਂ ਜੋਰ ਲਾਇਆ ਸੀ ਵੀ ਉਧਰ ਜਾਈਏ ਫਿਰ ਐਜੂਕੇਸ਼ਨ ਉਸ ਟਾਈਪ ਦੀ ਨਹੀਂ ਸੀ ਅਸੀਂ ਫਿਰ ਥੋੜਾ ਜਿਹਾ ਮੂਵ ਹੋ ਗਏ ਜੀ ਅਬ ਮਕੈਨਿਕਲ ਸਾਈਡ ਨੂੰ ਉੱਥੇ ਵਰਕਸ਼ਾਪ ਚਲੇ ਗਏ ਰੋਡ ਵਿੱਚ ਜੀ ਬਾਕੀ ਸਾਰੀ ਮੁਕਦਰਾਂ ਦੀ ਗੱਲ ਆ ਜਾਂਦੀ ਹੈ ਜੀ ਜਿਵੇਂ ਵੈਸੇ ਇਹ ਵੀ ਹੁੰਦਾ ਕਿ ਕਈ ਵਾਰੀ ਜੇ ਡੇੜਾ ਬੰਦਾ ਆਰਮੀ ਚੋਂ ਇੱਕ ਸਿਪਾਹੀ ਰਿਟਾਇਰ ਹੋ ਕੇ ਆ ਜਾਂਦਾ ਜਾਂ ਹੀਟਲੇ ਰੈਂਕ ਤੋ ਆ ਜਾਂਦਾ ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜੇ ਮੇਰਾ ਬੱਚਾ ਜਾਵੇ ਤਾਂ ਫਿਰ ਉੱਪਰਲੇ ਰੈਂਕ 'ਚ ਜਾਵੇ ਇਸ ਰੈਂਕ 'ਚ ਤਾਂ ਨਾ ਜਾਵੇ ਨਹੀਂ ਇਦਾਂ ਦਾ ਕੋਈ ਚੱਕਰ ਨਹੀਂ ਸੀ ਜੀ ਸਾਡੇ ਘਰ ਦੇੰਦ ਇਹ ਸੀ ਵੀ ਇਹ ਜਾਣ ਪੀੜੀ ਦਰ ਪੀੜੀ ਇਹ ਕੰਮ ਚੱਲੇ ਅੱਛਾ ਪਰ ਉਹ ਪੋਸੀਬਲ ਹੋ ਨਹੀਂ ਚੀ ਸਕਿਆ ਅੱਛਾ ਤੁਸੀਂ ਨਹੀਂ ਗਏ ਕੋਈ ਹੋਰ ਤੁਹਾਡੀ ਫੈਮਿਲੀ ਚ ਵਾਚ ਫਿਰ ਤੁਹਾਡੇ ਕਿਹਨੇ ਚੋ ਨਹੀਂ ਹੋਰ ਕੋਈ ਗਿਆ ਨਹੀਂ ਜੀ ਜੀ ਤੇ ਕਜ਼ਨ ਨੇ ਉਹ ਬੀਟ ਲਿਫਟਿੰਗ ਦੇ ਸ਼ੌਂਕ ਰੱਖਦੇ ਆ ਜੀ ਛੋਟੇ ਮਿੰ ਤੋਂ ਹੂੰ ਤੇ ਬਾਕੀ ਇੱਕ ਮੇਰਾ ਕਜ਼ਨ ਛੋਟਾ ਜੀ ਉਹ ਪੰਜਾਬ ਪੁਲਿਸ ਚ ਜ਼ਰੂਰ ਹੈਗਾ ਜੀ ਹਾਂਜੀ ਅੱਛਾ ਇਹ ਮਤਲਬ ਬਿਲਕੁਲ ਡਿਫਰੈਂਟ ਜੀ ਲਾਈਨ ਸੀ ਮਕੈਨੀਕਲ ਦੀ ਉਹ ਫਿਰ ਕਿੱਦਾਂ ਚੁਣੀ ਬਸ ਜੀ ਮਿੱਤਰ ਪਿਆਰੇ ਜਿੱਦਾਂ ਕਹਿੰਦੇਗੇ ਉਦਾਂ ਕਰਦੇਗੇ ਸੰਗੀ ਸਾਥੀ ਨਾਲ ਪੜਦੇ ਪੜਦੇ ਉਹ ਕਹਿੰਦੇ ਆਪਾਂ ਇਧਰ ਨੂੰ ਜਾਣਾ ਉਧਰ ਨੂੰ ਚਲ ਗਏ ਅੱਛਾ ਤੇ ਬਸ ਇਦਾਂ ਹੀ ਸਾਰਾ ਕੁਝ ਹੋ ਗਿਆ। ਉਸ ਵੇਲੇ ਤਾਂ ਅਸੀਂ 1000 ਰੁਪਏ ਤਾਂ ਨਹੀਂ ਸੋਚਦੇ ਨਾ ਬਹੁਤ ਜ਼ਿਆਦਾ ਐਵੇਂ ਹੀ ਹੁੰਦਾ ਹੈ ਕਿ ਜਾਂ ਤਾਂ ਅਸੀਂ ਕਿਸੇ ਨੂੰ ਦੇਖ ਕੇ ਕਰ ਲੈਨੇ ਆ ਜਾਂ ਫਿਰ ਪੇਰੈਂਟਸ ਦਾ ਦਬਾਅ ਹੋ ਜਾਂਦਾ ਉਸ ਤਰ੍ਹਾਂ ਕਰ ਲੈਂਦੇ ਲੇਕਿਨ ਇੱਕ ਮੌਕੇ ਤੇ ਜਾ ਕੇ ਜਦੋਂ ਥੋੜੀ ਜਿਹੀ ਸਮਝ ਆਉਂਦੀ ਹੈ ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਮੇਰੀ ਲਾਈਨ ਤਾਂ ਕੁਝ ਹੋਰ ਸੀ ਆ ਸੀ ਤਾਂ ਹਰ ਪ੍ਰੀਤ ਦੀ ਲਾਈਨ ਅਸਲ ਚ ਸੀ ਕਿਹੜੀ ਲਾਈਨ ਤਾਂ ਜੀ ਹੈ ਐਕਚੁਅਲੀ ਇਹੀ ਸੀ ਅੱਛਾ ਵੀ ਅਸੀਂ ਉੱਥੇ ਬਾਹਰ ਚੱਲ ਜਾਈਏ ਹੂੰ ਹੂੰ ਬਾਹਰ ਜਾ ਕੇ ਦੇਖੀਏ ਮਾਹੌਲ ਕਿਉਂ ਉੱਥੇ ਲੋਕ ਸਾਰੇ ਜਾਂਦੇ ਆ ਵੀ ਇਹੋ ਜਿਹਾ ਕੀ ਹੈ ਉੱਥੇ ਜੀ ਤੇ ਉਹਦੇ ਲਈ ਜਦੋਂ ਜ਼ਿਆਦਾ ਫਿਰ ਅਸੀਂ ਕਰਨ ਲੱਗੇ ਤੇ ਫਿਰ ਉਦੋਂ ਜਦੋਂ ਥੋੜੀ ਜੀ ਸੋਝੀ ਆਈ ਫਿਰ ਸਾਨੂੰ ਲੱਗਣ ਵੀ ਲੱਗ ਗਿਆ ਵੀ ਕਿਹੜੀ ਚੀਜ਼ ਸਾਡੇ ਲਈ ਬੈਸਟ ਹੋ ਸਕਦੀ ਹੈ ਜੀ ਐਕਚੁਅਲੀ ਜਿਹੜੀ ਲਾਈਨ ਚ ਅਸੀਂ ਸੀਗੇ ਉਹ ਸਾਡੇ ਲਈ ਬੈਸਟ ਹੀ ਸੀ ਹੂੰ ਉਹ ਹੀ ਸਾਡੇ ਐਕਸਪੀਰੀਅੰਸ ਉਹ ਹੀ ਸਾਡੀ ਐਜੂਕੇਸ਼ਨ ਜੀ ਤੇ ਉਹਨੂੰ ਕੈਨੇਡਾ ਨੇ ਐਕਸੈਪਟ ਕੀਤਾ ਸਾਨੂੰ ਡਾਇਰੈਕਟ ਪੀਆਰ ਦੇ ਦਿੱਤੀ ਉਹਨੇ ਅੱਛਾ ਤੇ ਕੈਨੇਡਾ ਜਾ ਜਦੋਂ ਤੁਸੀਂ ਚਲੇ ਗਏ ਤਾਂ ਉੱਥੇ ਜਾ ਕੇ ਤੁਸੀਂ ਫਿਰ ਗਾਇਕੀ ਨੂੰ ਸ਼ੁਰੂ ਕੀਤਾ ਇਹ ਕਦੋਂ ਹੋਇਆ ਮਤਲਬ ਗਾਣਾ ਤੁਹਾਡਾ ਪਿਛਲੇ ਸਾਲ ਹੀ ਆਇਆ ਹੈ ਹਾਂਜੀ ਨਹੀਂ ਇਸ ਸਾਲ ਹੀ ਆਇਆ ਜੀ ਅੱਛਾ ਰਾਈਟ ਯਾਨੀ ਕਿ ਤਿੰਨ ਕੁ ਮਹੀਨੇ ਪਹਿਲਾਂ ਹੀ ਮਤਲਬ ਨਵੰਬਰ ਚ ਆਇਆ ਹਾਂਜੀ ਹਾਂਜੀ ਨਵੰਬਰ ਚ ਉੱਥੇ ਜਾ ਕੇ ਤਾਂ ਜੀ ਪਹਿਲਾਂ ਤਾਂ ਜਦੋਜਾਇਦ ਹੁੰਦੀ ਹੈ ਜੀ ਥੋੜੀ ਬੜੀ ਜੀ ਕੰਮਕਾਰ ਦੀ ਕੁਝ ਉਹਦੇ ਦਾ ਸਿਸਟਮ ਇਦਾਂ ਦਾ ਫਿਰ ਕੰਫਰਟੇਬਲ ਜੀ ਹੋ ਗਿਆ ਸਹੀ ਸਾਰਿਆਂ ਜੀ ਜ਼ਿਆਦਾ ਬਾਅਦ ਚ ਧਿਆਨ ਦਿੰਦੇ ਨੇ ਨਾ ਪਹਿਲਾਂ ਬੰਦਾ ਸੁਰਸਟ ਉੱਥੇ ਹੁੰਦਾ ਕਿ ਮੈਂ ਜੰਮ ਜਾਵਾਂ ਇੱਕ ਵਾਰੀ ਬਿਲਕੁਲ ਜੀ ਬਿਲਕੁਲ ਬਸ ਉਸ ਤੋਂ ਬਾਅਦ ਫਿਰ ਉਹੀ ਸਰਕਲ ਦੁਆਰਾ ਮਿੱਤਰ ਪਿਆਰੇ ਉਹੀ ਅਵਤਾਰ ਸਿੰਘ ਹਣੀ ਵੀ ਉੱਥੇ ਹੀ ਸੀ ਜੀ ਤੇ ਬਾਕੀ ਸਾਰੇ ਦੋਸਤ ਮਿੱਤਰ ਜਿਹੜੇ ਨਾਲ ਪੜਦੇ ਸੀ ਉੱਥੇ ਸਾਨੂੰ ਮਿਲੇ ਫਿਰ ਅਸੀਂ ਆਪਣਾ ਕੰਮ ਕਰੇ ਸ਼ੁਰੂ ਕਰ ਲਿਆ ਜੀ ਥੋੜਾ ਥੋੜਾ ਨਾਲ ਨਾਲ ਕੰਮ ਵੀ ਕਰਦੇ ਆ ਤੇ ਇੰਜੋਇਮੈਂਟ ਲਈ ਇਹ ਕਰ ਲਈਦਾ ਜੀ ਅੱਛਾ ਸਿਰਫ ਕੋਈ ਪ੍ਰੋਬਲਮ ਵਗੈਰਾ ਵੀ ਕਰਦੇ ਉੱਥੇ ਨਹੀਂ ਫਿਲਹਾਲ ਹਜੇ ਕੋਈ ਨਹੀਂ ਜੀ ਹਜੇ ਦਾ ਮਿਹਨਤ ਕਰੀਦੀ ਆ ਜੀ ਨਾਲ ਕਮਾਈ ਦਾ ਅੱਛਾ ਤੇ ਬਾਕੀ ਇਨ ਫਿਊਚਰ ਕੁਝ ਕਹਿ ਨਹੀਂ ਸਕਦੇ ਜੀ अच्छा ये गाना ਤੁਸੀਂ ਪਹਿਲਾਂ ਕੀਤਾ ਇਸ ਤੋਂ ਪਹਿਲਾਂ ਕਦੀ ਵੀ ਗਾਇਆ ਹੋਵੇ ਗਾਇਆ ਤਾਂ ਹੋਏਗਾ ਹਾਂਜੀ ਬਿਲਕੁਲ 2010 11 ਦੇ ਵਿੱਚ ਇੱਕ ਮੈਂ ਡਾਕੂਮੈਂਟਰੀ ਬਣਾਈ ਸੀ ਮੇਰੇ ਪਿੰਡ ਲਈ ਜੀ ਉਹ ਸਾਰਾ ਜੋ ਮੇਰਾ ਪਿੰਡ ਸੀਗਾ 2011 ਦੇ ਵਿੱਚ ਉਹਨੂੰ ਮੈਂ ਕੈਮਰੇ ਵਿੱਚ ਕੈਦ ਕੀਤਾ ਜੋ ਮੇਰੇ ਪਿੰਡ ਦੀ ਸੀਗੀ ਖਾਸੀਅਤ ਜੀ ਉਹ ਚੀਜ਼ ਨੂੰ ਮੈਂ ਕੈਮਰੇ ਚ ਉਲੀਕ ਲਿਆ ਬਣਾ ਲਿਆ ਉਹਦਾ ਸਾਰਾ ਕੁਝ ਤੇ ਉਹ YouTube ਤੇ ਵੀ ਹੈਗਾ ਉਹ ਮੈਂ ਇਸ ਲਈ ਕੀਤਾ ਵੀ ਜਿਹੜੀ ਮੇਰੀ ਨੈਕਸਟ ਜਨਰੇਸ਼ਨ ਆਉਗੀ ਹਜੇ ਜੀ ਜਿਹੜੀ ਹਜੇ ਨਹੀਂ ਆਈ ਜੰਮਣ ਦੇ ਜਵਾਬ ਵੀ 50 ਸਾਲ ਬਾਅਦ ਉਹ ਘਟੋ ਘਟੋ ਜਿਹੜਾ ਮੇਰਾ ਪਿੰਡ ਸੀ ਉਹਨੂੰ ਐਕਚੁਅਲ 'ਚ ਦੇਖ ਸਕਣਗੇ ਕਿਉਂਕਿ ਉਹ ਚੀਜ਼ ਹੋਣੀ ਨਹੀਂ ਉਹਨਾ ਟਾਈਮਾਂ 'ਚ ਨਾ ਉਹ ਘਰ ਨਾ ਉਹ ਚਵਾਰੇ ਤੇ ਨਾ ਉਹ ਦਰਖਤ ਵੀ ਨਹੀਂ ਹੋਣੇ ਉਹ ਸਾਰੀਆਂ ਚੀਜ਼ਾਂ ਉਹ ਮੈਂ ਬਣਾਈ ਸੀ ਉਦੋਂ ਅੱਛਾ ਅੱਛਾ ਕਿਹੜੇ ਮਤਲਬ ਗਾਇਕੀ ਤੁਹਾਡੇ ਅੰਦਰ ਸੀ ਇੱਕ ਸਮਾਂ ਆਉਂਦਾ ਚਲੋ ਚੀਜ਼ਾਂ ਫੁੱਟਦੀਆਂ ਨੇ ਆਪਣਾ ਰੂਪ ਇਖਤਿਆਰ ਕਰ ਲੈਂਦੀਆਂ ਨੇ ਤਾਂ ਸ਼ੁਰੂ ਦੇ ਵਿੱਚ ਕਿਹੜੇ ਗਾਇਕਾਂ ਨੂੰ ਤੁਸੀਂ ਸੁਣਦੇ ਰਹੇ ਮੈਂ ਜੀ ਰਾਜਬੱਲੀ ਨੂੰ ਸੁਣਿਆ ਜੀ ਹੂੰ ਬੜਾ ਜਿਆਦਾ ਮੈਂ ਲਾਈਕ ਉਹਨਾਂ ਨੂੰ ਹੀ ਕਰਦਾ ਬਾਕੀ ਨਾਲੋਂ ਜੀ ਤੇ ਜਾਂ ਫਿਰ ਸਰਤਾਜ ਹੂੰ ਚਲੋ ਸਰਤਾਜ ਹੋਰੀ ਤਾਂ ਹੁਣ ਆਏ ਨੇ ਪੰਜ ਸਾਲ ਹੋਏ ਉਹਨਾਂ ਨੂੰ ਵੀ ਹੋਏ ਨੇ ਲਗਭਗ ਤਾਂ ਉਸ ਤੋਂ ਪਹਿਲਾਂ ਕੁਲਦੀਪ ਮਾਨਕ ਦਾ ਦੌਰ ਸੀ ਜਾਂ ਇਸ ਤਰ੍ਹਾਂ ਦੇ ਜਿਹੜੇ ਸਿੰਗਰ ਦਾ ਦੌਰ ਸੀ ਉਹਨਾਂ ਨੂੰ ਸੁਣਦੇ ਮੈਂ ਪੱਕਾ ਜੀ ਕਿਸੇ ਨੂੰ ਸੁਣਿਆ ਨਹੀਂ ਅੱਛਾ ਉਹ ਕਈ ਵਾਰੀ ਐਂ ਜੇ ਹੋ ਜਾਂਦਾ ਜਿਹੜਾ ਬੰਦਾ ਇੱਕ ਜਗ੍ਹਾ ਤੇ ਲੱਗ ਜਾਂਦਾ ਫਿਰ ਉਧਰ ਹੀ ਲੱਗਿਆ ਰਹਿੰਦਾ ਜਿਹੜੀ ਚੀਜ਼ ਚੰਗੀ ਲੱਗਦੀ ਐ ਕਿਤੋਂ ਵੀ ਕੋਈ ਸੁਣਨ ਨੂੰ ਚੰਗੀ ਚੀਜ਼ ਮਿਲਦੀ ਸੀ ਆਪਾਂ ਉਹਨੂੰ ਸੁਣ ਲਈਦਾ ਸੀ ਜੀ ਹਜੇ ਵੀ ਤੁਸੀਂ ਯਕੀਨ ਮੰਨੋਗੇ ਵੀ ਜਿਹੜੇ ਨਵੇਂ ਗਾਣੇ ਆਉਂਦੇ ਆ ਮੈਂ ਬਹੁਤ ਘੱਟ ਸੁਣਦਾ ਹੂੰ ਹੂੰ ਉਹ ਕਿਤੇ ਨਾ ਕਿਤੇ ਕੋਈ ਨਾ ਚੀਜ਼ ਮਨ ਚ ਘਰ ਕਰ ਜਾਂਦੀ ਆ ਜੀ ਫਿਰ ਲੱਗਦਾ ਰਹਿੰਦਾ ਵੀ ਕਿਤੇ ਯਾਰ ਆਪਾਂ ਮਿੱਠਾ ਖਾਂਦੇ ਖਾਂਦੇ ਨੂਨ ਵਾਲੇ ਪਾਸੇ ਨੂੰ ਨਾ ਹੋਲੀਏ ਅੱਛਾ ਤੇ ਪੋਇਟਰੀ ਤੁਸੀਂ ਕਾਫੀ ਦਿਨ ਤੋਂ ਲਿਖਦੇ ਹੋ ਉਹਦੀ ਕਿਤਾਬ ਕਦੋਂ ਛਪਾਈ ਕੋਈ ਨਹੀਂ ਜੀ ਅੱਛਾ ਹੁਣ ਹੁਣ ਥੋੜਾ ਜਿਆ ਆਵਾਂਗੇ ਜੀ ਨੈਕਸਟ ਕਿਤਾਬ ਨਹੀਂ ਗਾਣੇ ਆਉਣਗੇ ਜੀ ਜਿਵੇਂ ਸਚਾਈ ਦੀਆਂ ਗੱਲਾਂ ਥੋੜਾ ਚਿਰ ਪਹਿਲਾਂ ਮੈਂ ਲਿਖਿਆ ਸੀ ਪੱਤਿਆਂ ਦੇ ਸਿਰ ਤੇ ਗਰਦਾ ਕਿਉਂ ਜਾਂਦਾ ਇਹ ਸਭ ਕੁਝ ਮਰਦਾ ਕਿਉਂ ਜੀ ਚੰਦ ਪਾਣੀ ਵਿੱਚ ਹੁਣ ਨਹੀਂ ਦਿਖਦਾ ਇਸ ਸਮੇਂ ਕਿਹੋ ਜਿਹਾ ਆਏ ਨੇ ਪ੍ਰਮੁੱਖ ਜਾਤੀ ਜੋ ਦੁਨੀਆ ਦੀ ਸਭ ਇਹਦੇ ਖੇਡ ਰਚਾਏ ਨੇ ਕੱਲ ਦੱਸੀ ਮੈਨੂੰ ਜੀਵਾ ਨੇ ਜੀ ਇਹੋ ਜੀਆਂ ਗੱਲਾਂ ਕਰ ਲਈਦੀਆਂ ਜੀ ਜੋ ਅਸੀਂ ਆਪ ਦੇਖੀਆਂ ਹਣਡਾਈਆਂ ਹਮ ਅੱਛਾ ਰਜਵ ਅਲੀ ਸਾਹਿਬੀ ਤੁਹਾਡੇ ਪ੍ਰੇਰਨਾ ਸਰੋਤ ਨੇ ਮਤਲਬ ਕੋਸ਼ਿਸ਼ ਕਰਦੇ ਹੋ ਕਿ ਉਹਨਾਂ ਦੇ ਰੰਗ ਵਿੱਚ ਜਿਵੇਂ ਤੁਸੀਂ ਸੋਨੇ ਜਿਹੜੀਆਂ ਲਾਈਨਾਂ ਸੁਣਾਈਆਂ ਨੇ ਲਗਭਗ ਨੇੜੇ ਨੇੜੇ ਇੰਕੀਆਂ ਗੱਲਾਂ ਨੇ ਹਨ ਅੰਦਾਜ਼ ਬਿਲਕੁਲ ਉਹੀ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਆਸ-ਪਾਸ ਨੇ ਉਹਨਾਂ ਨੂੰ ਕਵਤਾ ਚ ਲਿਆਂਦਾ ਜਾਵੇ ਬਿਲਕੁਲ ਜੀ ਸੋ ਤੁਸੀਂ ਦੱਸਿਆ ਕਿ ਅੱਜ ਕੱਲ ਤੁਸੀਂ ਗੀਤ ਸੁਣਦੇ ਨਹੀਂ ਗੀਤ ਪਸੰਦ ਨਹੀਂ ਆਉਂਦੇ ਕਿ ਇਹ ਡਰ ਹੁੰਦਾ ਕਿ ਕੋਈ ਲਾਈਨ ਚੇਂਜ ਨਾ ਹੋ ਜਾਈ ਜਾਂ ਫਿਰ ਕਈ ਵਾਰੀ ਇਹ ਹੁੰਦਾ ਕਿ ਅ ਅਚੇਤ ਹੀ ਪ੍ਰਭਾਵਤ ਹੋ ਕੇ ਅਸੀਂ ਕੁਝ ਲਿਖੇ ਪੜਦੇ ਤੇ ਮੁੜ ਕੇ ਐਵੇਂ ਫਿਰ ਕੀ ਹੁੰਦਾ ਕਿ ਅਤੇ ਪਛਤਾਵਾ ਬਿਲਕੁਲ ਜੀ ਪਛਤਾਵਾ ਜਾ ਹੋ ਜਾਂਦਾ ਬਾਕੀ ਉਹ ਜਿਵੇਂ ਕਹਿ ਦिए ਜੀ ਰੰਗ ਹੈ ਉਹ ਵੀ ਇੱਕ ਹਮ ਜਦੋਂ ਬੰਦਾ ਉਹ ਜੇ ਮੂਡ 'ਚ ਹੁੰਦਾ ਕਿਤੇ ਇੱਕ ਦੇ ਇੱਕ ਦਾਏ ਕੋਈ ਭੈਣ ਭਾਈ ਲਾਈ ਬੈਠਾ ਦਾ ਮਾੜਾ ਮੋਟਾ ਸੁਣ ਲਿਆ ਕਰ ਲਿਆ ਦੇਖ ਲਿਆ ਜੀ पर पक्का नहीं कोई अच्छा संगीत बारे फिर ਤੁਸੀਂ ਕੋਈ 우ਸਤਾਦ ਬਣਾਇਆ ਨਹੀਂ ਜੀ اچھا ਉਹ ਫਿਰ ਕਿਤੋਂ ਸਿੱਖਿਆ ਜਿੰਨਾ ਕੇ ਮਤਲਬ ਤੁਸੀਂ ਸਿੱਖਿਆ ਇਦਾਂ ਜੀ ਆਪ ਹੀ ਅਸਲ ਵਿੱਚ ਮੈਂ ਨਾ ਜੀ ਜਿਹੜੀ ਕਲਾ ਉਹਦੇ ਕੰਪੀਟੀਸ਼ਨ ਨੂੰ ਮੰਨਦੇ ਹੀ ਨਹੀਂ ਹੈ ਹਮਮ ਮੈਨੂੰ ਜਿੱਥੇ ਤੱਕ ਲੱਗਦਾ ਵੀ ਦੁਨੀਆ ਦਾ ਜਿਹੜਾ ਪਹਿਲਾ ਸੁਝਵਾਨ ਬੰਦਾ ਜੀ ਉਹਨੂੰ ਸੁਰਾਂ ਦਾ ਪਤਾ ਲੱਗਿਆ ਹਮ ਉਹਨੇ ਆਪਣੇ ਹਿਸਾਬ ਨਾਲ ਇਹ ਘੜਨਾ ਘੜਤੀ ਜੀ ਇਦੇ ਵਿੱਚ ਸੌਰੀ ਮੈਂ ਪਹਿਲਾਂ ਹੀ ਮੰਗ ਲੈਂਦਾ ਵੀ ਮੈਨੂੰ ਗੋਣਾ ਨਹੀਂ ਆਉਂਦਾ ਵੀ ਸ਼ਾਇਦ ਲੱਗੇ ਵੀ ਮੈਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਮਾਰ ਇਹ ਗੱਲ ਕਹਿ ਰਹੇ ਆ ਪਰ ਇਹ ਗੱਲ ਨਹੀਂ ਹੈ ਹੁਣ ਜੋ ਕਹਦੇ ਕਾਨੂੰਨ ਉੱਥੇ ਬਣੇ ਸੀ ਉਸ ਕਹਦੇ ਕਾਨੂੰਨ ਦੇ ਹਿਸਾਬ ਨਾਲ ਸਾਰਾ ਕੁਝ ਚੱਲਦਾ ਆ ਰਿਹਾ ਹੂੰ ਇਹਦੀ ਐਗਜ਼ੈਂਪਲ ਇਹ ਹੈ ਜੀ ਹੁਣ ਆਪਣੀ ਕੰਟਰੀ ਦੇ ਵਿੱਚ ਖੱਬੇ ਪਾਸੇ ਚੱਲਦੇ ਆ ਜਿੱਥੇ ਅਸੀਂ ਰਹਨੇ ਉੱਥੇ ਸੱਜੇ ਪਾਸੇ ਹੂੰ ਸੇਮ ਚੀਜ਼ ਹੈ ਜੀ ਵੀ ਜੀ ਕਲਾ ਦਾ ਮੇਰੇ ਹਿਸਾਬ ਨਾਲ ਜੀ ਕੰਪੀਟੀਸ਼ਨ ਹੈ ਹੀ ਨਹੀਂ ਹੁਣ ਇੱਕ ਸੇਬ ਆ ਮਿੱਠਾ ਉਹ ਵੀ ਆ ਜੀ ਇੱਕ ਬੇਰ ਆ ਮਿੱਠਾ ਉਹ ਵੀ ਆ ਜੀ ਫਰਕ ਤਾਂ ਦੋਨਾਂ ਦਾ ਅਲੱਗ ਆ ਮਿੱਠਾ ਹੀ ਕਿਹਾ ਜਾਣਾ ਪਰ ਉਹ ਅਲੱਗ ਤਰ੍ਹਾਂ ਦਾ ਮਿੱਠਾ ਤੇ ਉਹ ਅਲੱਗ ਤਰ੍ਹਾਂ ਦਾ ਮਿੱਠਾ ਅੱਛਾ ਰ ਵੀ ਤੁਸੀਂ ਜੇਕਰ ਕਰਸ ਕਿ ਇੱਥੇ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਨੇ ਮਹਿੰਗਾਈ ਹੋ ਗਈ ਵੈਸੇ ਤਾਂ ਆਲਮੀ ਤੌਰ ਦੇ ਉਤੇ ਮੰਦਵਾੜਾ ਛਾਇਆ ਹੋਇਆ ਤਾਂ ਮਹਿੰਗਾਈ ਹੋਣਾ ਸੁਭਾਵਿਕ ਹੈ ਲੇਕਿਨ ਤੁਸੀਂ ਸੋਕਿ ਇਹ ਜਿਹੜਾ ਸਾਡਾ ਖੇਤਰ ਹੈ ਸੰਗੀਤ ਦਾ ਫਿਲਮਾਂ ਦਾ ਯਕੀਨਨ ਬਹੁਤ ਮਹਿੰਗਾ ਹੋ ਗਿਆ ਹੁਣ ਆਮ ਬੰਦਾ ਸੋਚ ਵੀ ਨਹੀਂ ਸਕਦਾ ਨਾ ਬਿਲਕੁਲ ਜੀ ਬਿਲਕੁਲ ਜਿੰਨੇ ਚ ਕਦੇ ਪੂਰੀ ਟੇਪ ਹੋ ਜਾਂਦੀ ਸੀ ਹੁਣ ਇੱਕ ਗੀਤ ਦਾ ਮਿਊਜ਼ਿਕ ਵੀ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਲੇਕਿਨ ਕੈਨੇਡਾ ਵਰਗੇ ਸ਼ਹਿਰ ਜਿੱਥੇ ਹੋਰ ਬੜੇ ਝਮੇਰੇ ਨੇ ਲੋਕਾਂ ਨੂੰ ਉੱਥੇ ਵਕਤ ਨਹੀਂ ਹੁੰਦਾ ਉਹ ਕਹਿੰਦੇ ਨੇ ਕਿ ਵਕਤ ਨਹੀਂ ਹੁੰਦਾ ਈਵਨ ਹਰ ਭਜਨ ਮੰਨ ਵੀ ਕਹਿੰਦੇ ਨੇ ਕਿ ਜੇ ਮੈਂ ਕੈਨੇਡਾ ਹੀ ਰਹਿੰਦਾ ਤਾਂ ਮੈਂ ਸ਼ਾਇਦ ਮਤਲਬ ਪੂਰਨ ਤੌਰ ਤੇ ਸਿੰਗ ਕਰਨਾ ਬਣਦਾ ਨਾ ਨਾਲ ਨਾਲ ਸ਼ਾਇਦ ਕਦੇ ਗਾ ਲੈਂਦਾ ਤੇ ਉਹਦੇ ਲਈ ਮੈਨੂੰ ਵਾਪਸੀ ਕਰਨੀ ਪਈ ਤੁਸੀਂ ਕੀ ਸੋਚਦੇ ਹੋ ਕਿ ਉੱਥੇ ਰਹਿ ਕੇ ਇਸ ਟੈਲੈਂਟ ਨੂੰ ਉਭਾਰਨਾ ਲੋਕਾਂ ਦੇ ਸਾਹਮਣੇ ਆਉਣਾ ਖੁੱਲ ਕੇ ਕਿਹ ਪੀਸਫੁਲ ਕੰਟਰੀ ਹੈਗੀ ਆ ਉੱਥੇ ਕੋਈ ਡਿਸਟਰਬੈਂਸ ਨਹੀਂ ਜੋ ਤੁਹਾਡਾ ਹੱਕ ਆ ਜਦੋਂ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ 101% ਕਰ ਸਕਦੇ ਹੋ ਜੀ ਇੱਥੇ ਥੋੜਾ ਜਿਹਾ ਔਖਾ ਹੋ ਜਾਂਦਾ ਹਮ ਇੱਥੇ ਕੋਈ ਦੋਸਤ ਆਇਆ ਉਹਨੂੰ ਤੁਹਾਨੂੰ ਟਾਈਮ ਦੇਣਾ ਹੀ ਪੈਣਾ ਜੀ ਤੁਸੀਂ ਨਹੀਂ ਕਹਿ ਸਕਦੇ ਵੀ ਨਹੀਂ ਟਾਈਮ ਦੇਣਾ ਉੱਥੇ ਦੋਸਤਾਂ ਕੋਲੇ ਟਾਈਮ ਆਪਾਂ ਵੀਕੈਂਡ ਨੂੰ ਦੇ ਸਕਦੇ ਆ ਹਮ ਆਪਾਂ ਦਾ ਵੀ ਪਤਾ ਵੀ ਇਹ ਕੰਡ ਤਈ ਆ ਸਕਦਾ ਹੈ ਬਿਲਕੁਲ ਜੀ ਉਹਦੀ ਵੀ ਜਿਹੜੀ ਸੇਮ ਹੀ ਹਾਂਜੀ ਜਦੋਂ ਵੀ ਕੋਈ ਪ੍ਰੋਗਰਾਮ ਬਣਦਾ ਉਦੋਂ ਹੀ ਬਣਨਾ ਤੇ ਬਾਕੀ ਟਾਈਮ ਆਪਣੇ ਕੋਲੇ ਆਪਣਾ ਹੁੰਦਾ ਆਪਾਂ 8 ਘੰਟੇ ਜੌਬ ਕਰਦੇ ਆ 10 ਘੰਟੇ ਕਰਦੇ ਆ ਜਾਂ ਜਿੰਨੇ ਵੀ ਕਰਦੇ ਆ ਆਪਣੇ ਕੋਲੇ ਟਾਈਮ ਆਪਣੇ ਲਈ ਹੁੰਦਾ ਜਿਮ ਜਾਂਦੇ ਆ ਜਾਂ ਜੁਮੇ ਵੀ ਆ ਪਰ ਇੱਥੇ ਚੀਜ਼ਾਂ ਕੱਢਣੀਆਂ ਔਖੀਆਂ ਜੀ ਜੀ ਤੇ ਸਭ ਤੋਂ ਵੱਧ ਇੱਥੇ ਜਿਹੜੀ ਚੀਜ਼ ਆ ਜੀ ਮੈਨੂੰ ਲੱਗਦਾ ਨਹੀਂ ਵੀ ਇੱਥੇ ਟਿਕਾ ਹੁਣ ਰਹਿ ਗਿਆ ਉਹ ਚਲੋ ਇੱਕ ਇਨਸਾਨੀ ਫਿਤਰਤਾ ਬੰਦੇ ਨੂੰ ਆਪਣੇ ਅੰਦਰੋਂ ਅੰਦਰੀ ਫੀਲ ਹੁੰਦਾ ਪਰ ਇੱਥੇ ਥੋੜਾ ਜਿਹਾ ਲਗਤਰਾਂ ਦੀ ਅਚਬੀ ਜਿਹੀ ਲੱਗੀ ਰਹਿੰਦੀ ਹੈ ਹਰ ਇੱਕ ਬੰਦੇ ਨੂੰ ਹਮ ਉਹਦਾ ਕਾਰਨ ਜਾਂ ਤਾਂ ਆਪਾਂ ਇਹ ਕਹਿ ਲੈਨੇ ਆ ਜੀ ਵੀ ਫਾਈਨੈਂਸ਼ੀਅਲ ਜੀ ਜਾਂ ਹੋਰ ਬਾਕੀ ਰਜੇਵੇ ਜਾਂ ਜੋ ਚੀਜ਼ਾਂ ਆਪਣੀ ਇੱਥੇ ਵੱਧਦੀਆਂ ਜਾ ਰਹੀਆਂ ਨੇ ਡਿਸਟਰਬ ਕਰ ਰਹੀਆਂ ਲਾਈਫ ਨੂੰ ਫੂਡ ਹਮ ਫੂਡ ਆਪਣਾ ਖਰਾਬ ਹੋ ਚੁੱਕਿਆ ਸਾਰੇ ਜੀ ਪਾਣੀ ਹਵਾ ਉਹ ਉਹ ਵੀ ਕਿਤੇ ਨਾ ਕਿਤੇ ਚੀਜ਼ ਮੈਟਰ ਕਰਦੀ ਹੈ ਹਮ ਇੱਥੇ ਕਿਤੇ ਬੰਦਾ ਇਕੱਲਾ ਚੱਲ ਜੇ ਪਤਾ ਨਹੀਂ ਕਿਸੇ ਨੇ ਆ ਕੇ ਉਹਨੂੰ ਕੀ ਕੁਐਸਚਨ ਕਰਨਾ ਵੀ ਤੂੰ ਇਕੱਲਾ ਇੱਥੇ ਕਿਉਂ ਬੈਠਾ ਕੀ ਕਰਨੇ ਤੇਰੇ ਇੱਥੇ ਬੈਣ ਜੀ ਉੱਥੇ ਇਦਾਂ ਦੀਆਂ ਗੱਲਾਂ ਨਹੀਂ ਹਮ ਇੱਥੇ ਕੁਦਰਤੀ ਸਰੋਤ ਖਤਮ ਹੋ ਰਿਹਾ ਜਾ ਰਹੇ ਨੇ ਹੁਣ ਇੱਕ ਮੈਂ ਹੋਰ ਥੋੜੀ ਜੀ ਗੱਲ ਕਰਦਾ ਮੈਂ ਇੱਕ ਗਾਣਾ ਲਿਖਿਆ ਸੀ ਗਾਣਾ ਜਾਂ ਗੱਜਲ ਕਹਿ ਲਓ ਜੀ ਆਪਾਂ ਬੈਠੇ ਆਪਣੀ ਮਹਿਫਲ ਆਪਣੇ ਵਿੱਚ ਗਾਵਾਂਗੇ ਹੋ ਸਕਦਾ ਗੱਲ ਛੇੜ ਲਵੇ ਨੋ ਬੰਡੀਆਂ ਨੇ ਜੋ ਥਾਵਾ ਦੀ ਲਹੂ ਲਹੂ ਤੋਂ ਬਖ ਹੋ ਰੋਇਆ ਬੰਡਿਆ ਪੰਜ ਦਰਿਆਵਾਂ ਦੀ ਮੇਰੀ ਪਿੱਠ ਤੇ ਦੇਦੇ ਓ ਥਾਪਾ ਗੱਲਾਂ ਖੋਲ ਸੁਣਾਵਾਂਗੇ ਆਪਾਂ ਬੈਠੇ ਆਪਣੀ ਮਹਿਫਲ ਆਪਣੇ ਵਿੱਚ ਗਾਵਾਂਗੇ ਹਮ ਇਹਦਾ ਇੱਕ ਅਗਲਾ ਸੀਗਾ ਜੀ ਇਤਿਹਾਸ ਦਾ ਜਿਹੜਾ ਸੱਚਾ ਚਿੰਨ ਸੀ ਪੱਥਰਾਂ ਵਿੱਚ ਚਿਣਾ ਦਿੱਤਾ ਰਹਿੰਦਾ ਖੁੰਦਾ ਜੋ ਬਚਿਆ ਜੋੜਿਆਂ ਨੇ ਨਾਮਾ ਬਾ ਦਿੱਤਾ ਮੇਰੀ ਪਿੱਠ ਤੇ ਦੇ ਦਿਓ ਥਾppa ਗੱਲਾਂ ਕੋਲ ਸੁਣਾਵਾਂਗੇ ਜੀ ਉਹ ਇਹ ਜਿਹੜੀਆਂ ਗੱਲਾਂ ਹੈਗੀਆਂ ਜੀ ਕੁਦਰਤੀ ਸਰੂਤ ਜੋ ਹੁਣ ਤੁਸੀਂ ਬਚਪਨ ਦੇ ਵਿੱਚ ਚੀਜ਼ਾਂ ਦੇਖੀਆਂ ਆਪਣੇ ਇਤਿਹਾਸਕ ਮੰਨ ਲਓ ਜੀ ਜਾਂ ਪੁਰਾਣੇ ਘਰ ਜਾਂ ਉਹ ਪੁਰਾਣਾ ਲਾਈਫ ਸਟਾਈਲ ਉਹ ਹੁਣ ਖਤਮ ਹੋ ਚੁੱਕਿਆ ਜੀ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਕਿਲੇ ਉਹ ਤਕਰੀਬਨ অলমোਸਟ ਮਾਰਬਲ ਦੇ ਵਿੱਚ ਜੜ ਦਿੱਤੇ ਗਏ। ਉਹ ਮੈਂ ਪਿੰਡ ਵਾਲੀ ਗੱਲ ਜਿਹੜੀ ਕਰਕੇ ਹਟਿਆ ਸੀ ਵੀ ਉਹ ਰਹਿਣਾ ਨਹੀਂ ਚੀਜ਼। ਤੇ ਹੁਣ ਅਸੀਂ ਇੱਧਰ ਜਾ ਕੇ ਆਏ ਸੀ ਹਜੂਰ ਸਾਹਿਬ ਬਾਇਰੂੜ ਹੀ ਗਏ ਦੇਖਣ ਦੇ ਵੀ ਦੇਖੀ ਵੀ ਸਾਡਾ ਮੁਲਕ ਵੀ ਕਿਦਾਂ ਕਿਵੇਂ। ਗੁਆ ਬੰਬੇ। ਜਿਹੜੀਆਂ ਇਹ ਸੀਗੇ ਕਿਲੇ ਉਹਦੇ ਵਿੱਚ ਜਿਹੜੇ ਕਪਲ ਨੇ ਉਹਨਾਂ ਨੇ ਆਪਣਾ ਨਾਮ ਮੀਨੂ ਲਵਚੀਨੂ ਜਾਂ ਚੀਨੂ ਲਾ ਮੀਨੂ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਉਹ ਕਰੀ ਕੀ ਜਾ ਰਹੇ ਨੇ। ਜੀ। ਸੋ ਤਾਂ ਚਲੋ ਫਿਰ ਵੀ ਕੋਈ ਵੱਡੀ ਸੋਚ ਵਾਲੇ ਬੰਦੇ ਨੇ ਕਿਲੇ ਤੇ ਲਿਖਾਇਆ ਤੇ ਤਾਂ ਲੋਕ ਰੇਲਵੇ ਸਟੇਸ਼ਨ 'ਚ ਵੀ ਲੇ ਲੈਂਦੇ ਬਿਲਕੁਲ ਜੀ ਬਿਲਕੁਲ ਡੱਬੇ 'ਚ ਵੀ ਲੇ ਲੈਂਦੇ ਨੇ ਉਹੀ ਆ ਨਾ ਪਬਲਿਕ ਪ੍ਰੋਪਰਟੀ ਨੂੰ ਇੰਨਾ ਜ਼ਿਆਦਾ ਡੈਮੇਜ ਕਰ ਰਹੇ ਨੇ ਉੱਥੇ ਹੁਣ ਆਪਾਂ ਕਿੱਥੇ ਕਹਨੇ ਆਂ ਵੀ ਸ਼ਾਂਤੀ ਜੀ ਤੇ ਆਪਾਂ ਕਿੱਥਾਂ ਕਿਵੇਂ ਗੱਲਾਂ ਕਰ ਲਾਂਗੇ ਅੱਛਾ ਮਤਲਬ ਚਲੋ ਕੈਨੇਡਾ ਦੇ ਵਿੱਚ ਵੀ ਚਾਹੇ ਜੀਵਨ ਬਹੁਤ ਵਿਅਸਤ ਹੈ ਤੁਸੀਂ ਦੱਸਿਆ ਕਿ ਵੀਕਐਂਡ ਤੇ ਹੀ तमाम ਚੀਜ਼ਾਂ ਹੁੰਦੀਆਂ ਨੇ ਕਲਚਰਲ ਪ੍ਰੋਗਰਾਮ ਵੀ ਆਮ ਤੌਰ ਤੇ ਵੀਕਐਂਡ ਨੂੰ ਹੁੰਦੇ ਇੱਥੋਂ ਵਾਂਗੂ ਰੋਜ਼ ਅਖਾੜੇ ਨਹੀਂ ਲੱਗਦੇ ਤਾਂ ਲਿਟਰੇਚਰ ਦੇ ਵੀ ਕਾਫੀ ਸਾਡੇ ਸਾਡੇ ਦੋਸਤ ਨੇ ਉੱਥੇ ਜਿਹੜੇ ਵਿਚਰ ਰਹੇ ਨੇ ਸਰੀ ਦੇ ਵਿੱਚ ਗਾਜਲ ਮੰਚਾ ਜਾਂ ਹੋਰ तमाम ਜਗ੍ਹਾ ਤੇ ਉੱਤੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਅੱਛੇ ਜਿਹੜੀਆਂ ਲੇਖਕਾਂ ਦੀਆਂ ਸੁਭਾਵਾਂ ਨੇ ਕੰਮ ਕਰ ਰਹੀਆਂ ਨੇ ਤੁਸੀਂ ਉਹਨਾਂ ਨਾਲ ਕੋਈ ਰਾਬਤਾ ਕਦੇ ਜਾਣਨ ਹੁੰਦਾ ਨਹੀਂ ਹਲੇ ਤਾਂ ਜੀ ਉਹੀ ਆਪਣੇ ਕੰਮ 'ਚ ਲੱਗੇ ਆ ਜੀ ਜਦੋਂ ਸੁਰਤ ਸਿਰ ਹੋ ਗਏ ਹਮ ਸਾਰਾ ਕੁਝ ਹੋ ਗਿਆ ਥੋੜਾ ਜਿਹਾ ਟਾਈਮ ਲੱਗ ਗਿਆ ਵੀ ਹੁਣ ਮੇਰਾ 4 ਘੰਟੇ ਕੰਮ ਕਰਕੇ ਸਰ ਸਕਦਾ ਜੀ ਫਿਰ ਉਸ ਤਾਬ ਨਾਲ ਹੌਲੀ ਹੌਲੀ ਲਿੰਕ ਚਾਹਾਂਗੇ ਜਾਂ ਫਿਰ ਸਾਡੇ ਕੋਲੇ ਉਸ ਤਰੀਕੇ ਤੇ ਲਿੰਕ ਵੀ ਹਜੇ ਹੈ ਨਹੀਂ ਹਮ ਜਿੰਨੇ ਵੀ ਜਾਣਦੇ ਉਹਨਾਂ ਨਾਲ ਰਾfte ਚ ਰਹੀਦਾ ਗੱਲਬਾਤ ਕਰੀਦੇ ਆ ਜੀ ਜੀ ਤੇ ਜੁੜੇ ਰਹੀਦਾ ਹੌਲੀ ਹੌਲੀ ਫਿਊਚਰ ਦੇ ਹਿਸਾਬ ਨਾਲ ਜਿਵੇਂ ਵੀ ਪਰਮਾਤਮਾ ਨੂੰ ਮਨਜ਼ੂਰ ਹੋਊਗਾ ਚੱਲੂ ਗਰੀਕਾ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਰਪ੍ਰੀਤ ਹੋਰਾਂ ਨਾਲ ਜਿਹੜੇ ਸਿੰਗਰ ਨੇ ਉਹਦਾ ਪਿਛਲਾ ਇੱਕ ਗਾਣਾ ਤੁਸੀਂ ਛੁਰੂ ਦੇ ਥੋੜਾ ਸੁਣਿਆ ਸੀ ਉਹ ਪਿਛਲੇ ਸਾਲ ਆਕਰ ਦੇ ਵਿੱਚ ਰਿਲੀਜ਼ ਹੋਇਆ ਤੇ ਹੋਰ ਵੀ ਆਉਣ ਵਾਲੇ ਸਮੇਂ 'ਚ ਰਿਲੀਜ਼ ਹੋਣਗੇ ਲੇਖਕ ਵੀ ਖੁਦ ਨੇ ਲਿਖਦੇ ਵੀ ਨੇ ਤੇ ਬਾਕੀ ਜ਼ਿੰਦਗੀ ਦੇ ਤਜਰਬੇ ਵੀ ਹਨ ਉਹ ਤਾਂ ਜਾਣਾਂਗੇ ਕਿ ਕਿੱਦਾਂ ਕੈਨੇਡਾ 'ਚ ਜਾ ਕੇ ਆਪਣੇ ਆਪ ਸੰਘਰਸ਼ ਕਰ ਰਹੇ ਨੇ ਫਿਲਹਾਲ ਅਸੀਂ ਛੋਟੀ ਜੀ ਬ੍ਰੇਕ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360 652 सिक्स जीरो सिक्स सिक्स ये दो लोकेशन तो सेवा में प्रदान कर देने सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ सात सौ सतानवे तेईस चौरेंजा ट्रकिंग वाले वीरो ध्यान ਨਾਲ ਸੁਣੋ ট্রাক ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ট্রাক ਕਲੂਬ ਚੇਤੇ ਆਹੀ ਨਾ ਰੱਖਿਓ ট্রাক ਦੀ ਬਦਿਆ ਸਰਵਿਸ ਲਈ ਕੁਇਕ ট্রাক ਕਲੂਬ ਲੋਜੀ ਤੀਜੀ ਲੋਕੇਸ਼ਨ ਵੀ ਖੋਲਤੀਆ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਕੁਇਕ ট্রাক ਕਲੂਬ ਦ ਵਨ ਸਟਾਪ ਸ਼ਾਪ 5196220660 ਜਾਂ quicktruckclub.com qtl ਬਿਕੋਜ਼ ਵੀ ਕੇਅਰ frankly JB Truck Repair Uppa City Certified Cummins Detroit Freightliner Western Star Volvo Caterpillar ate Series 60 engines International ate automatic transmissions 5 saal da freight line dealership da experience a e engine truck trailer AC electrical DPF DEF repair karde han transmission rear end brakes oil change karde han certified 90 day DOT inspection ate certified annual federal DOT insp ਕੀਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਜ਼ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 53334915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁੰ ਟ੍ਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ भाई जी नवी डीडी15 चालो दे जब पे कार मैक्स फोर्स कमन्स ISX वॉल्वो मर्सिडीज स्प्रिंटर जे ही मोटर होवे तेल और ओरिजिनल फिल्टर तक चेंज कराना ही आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जानदे हो एग्जिट 268 ऑन हाईवे 401 और एग्जिट 51 QEW क्विक ट्रक ल्यूब खुश हो परतोगे <laughs> मान लो 519 60 50660 5196220660 QTL because we care ਇਸ ਰਤੂ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਆਇਆਂ ਨੂੰ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਆ ਸਾਡੇ ਮਹਿਮਾਨ ਨੇ ਗਾਇਕ ਹਰਪ੍ਰੀਤ ਸਿੰਘ ਹਰਪ੍ਰੀਤ ਇਹ ਗੱਲਾਂ ਤਾਂ ਕਰ ਲੈਣੀਆਂ ਨੇ ਆਪਾਂ ਅੱਜ ਕੁਝ ਕਾਫੀ ਹੋ ਗਿਆ ਲੇਕਿਨ ਕੁਝ ਸੁਣਾਓ ਔਰ ਤਰਨਮ ਦੇ ਵਿੱਚ ਸੁਣਨਾ ਚਾਹਾਂਗੇ ਕੋਈ ਜਿਹੜਾ ਗਾਣਾ ਇਹਦੇ ਚਾਰ ਬੋਲ ਸੁਣਾ ਦਿੰਨੇ ਆ ਜੀ ਕਿਉਂਕਿ ਇਹ ਗਾਣਾ ਮੇਤੋਂ इमोशनल ਹੋ ਕੇ ਥੋੜਾ ਜਿਹਾ ਵੱਡਾ ਹੋ ਗਿਆ ਸੀ ਅਸ ਜਿਹੜਾ ਇੱਥੇ ਨਹੀਂ ਹੈਗਾ ਜੋ ਇੱਥੇ ਨਹੀਂ ਹੈਗਾ ਉਹ ਬੜੇ ਚਿਰਾਂ ਬਾਅਦ ਚਿੱਠੀ ਆਈ ਮੇਰੇ ਪਿੰਡ ਤੋਂ ਬੜੇ ਚਿਰਾਂ ਬਾਅਦ ਪੜਾਣ ਵਾਲੇ ਕੱਲ ਰੁਈ ਜਾਮ ਹੈ ਨਹੀਂ ਕੋਈ ਰੂ ਤੇਰੇ ਵਰਗੀ ਨਹੀਂ ਮਾਂ ਜੀ ਦੇ ਗਲ ਲੱਗੇ ਅਥਰੂ ਬਹਾਵਾ ਹੈ ਨਹੀਂ ਕੋਈ ਰੂ ਤੇਰੇ ਵਰਗੀ ਨੀ ਮਾ ਜੀ ਦੇ ਗਲ ਲੱਗੇ ਅਥਰੂ ਬਹਾਵਾ ਬੜੇ ਚਿਰਾਂ ਬਾਅਦ ਚਿੱਠੀ ਆਈ ਮੇਰੇ ਪਿੰਡ ਤੋਂ ਬੜੇ ਚਿਰਾਂ ਬਾਅਦ ਬਿਰਹੋ ਦੀ ਪੱਠੀ ਵਿੱਚ ਭੁੱਜ ਗਿਆ ਸੀਨਾ ਮੇਰਾ ਪਿੰਡ ਤੋਂ ਸੁਨੇਹਾ ਜਦੋਂ ਆ ਗਿਆ ਛੱਤ ਟਹਿ ਗਈ ਮੀਂਹ ਦੇ ਨਾਲੇ ਟੁੱਟ ਗਏ ਸ ਤੀਰ ਸਾਰੇ ਵੀਰਾ ਚਾਚਾ ਥੱਲੇ ਉਹਦੇ ਆ ਗਿਆ ਛੱਤ ਛੱਤ ਟਹਿ ਗਈ ਮੀਂਹ ਦੇ ਨਾਲੇ ਟੁੱਟ ਗਏ ਸ ਤੀਰ ਸਾਰੇ ਵੀਰਾ ਚਾਚਾ ਥੱਲੇ ਉਹਦੇ ਆ ਗਿਆ ਕਦੇ ਕਦੇ ਜੱਪ ਇੱਥੇ ਪੱਥਰਾਂ ਦੇ ਲੋਕ ਕਿਹਦੇ ਮੋਢੇ ਨਾਲੇ ਸਿਰ ਨੂੰ ਟਿਕਾਵਾ ਹੈ ਨਹੀਂ ਕੋਈ ਰੂਹ ਤੇਰੇ ਵਰਗੀ ਨਹੀਂ ਮਾਂ ਦੀ ਦੇ ਗਲ ਲੱਗੇ ਅਥਰੂ ਬਹਾਵਾ ਇਹ ਜਿਹੜਾ ਅੰਤਰਾ ਸੀਗਾ ਜੀ ਕਿਉਂਕਿ ਮਾਪਿਓ ਦੀ ਗੱਲ ਸਾਰੇ ਕਰ ਜਾਂਦੇ ਆ ਚਾਚੇ ਦਾਇ ਹੋ ਰਹਿ ਜਾਂਦੇ ਆ ਆਪਣੀ ਜ਼ਿੰਦਗੀ ਵਿੱਚ ਉਹਨਾਂ ਦਾ ਵੀ ਵੱਡਾ ਯੋਗਦਾਨ ਹੁੰਦਾ ਜੀ ਇਹ ਅੰਤਰਾ ਗਾਣੇ ਦੇ ਵਿੱਚ ਨਹੀਂ ਹੈਗਾ ਜੀ ਸੋ ਹਰਪ੍ਰੀਤ ਕਿੰਨੇ ਕ ਗਾਣੇ ਹੁਣ ਤੱਕ ਲਿਖੇ ਨੇ ਲਿਖੇ ਤਾਂ ਜੀ ਬਹੁਤ ਜ਼ਿਆਦੇ ਆ ਕਿੰਨੇ ਕ ਮਤਲਬ ਗਲਤੀ ਤਾਂ ਕਰਨੀ ਔਖੀ ਹੋਣੀ ਆ ਜੀ ਜੀ ਕਿਉਂਕਿ ਕਈ ਵਾਰੀ ਅਸੀਂ ਲਿਖ ਲੈਨੇ ਆ ਤੇ ਕਈ ਵਾਰੀ ਜਿਵੇਂ ਹੁਣ ਸਾਡਾ ਜਿਹੜਾ ਪ੍ਰੋਫੈਸ਼ਨ ਆ ਜੀ ਉਹ ਟਰਕਿੰਗ ਨਾਲ ਜੁੜਿਆ ਉਹ ਹੁਣ ਅਸੀਂ ਉੱਥੇ ਜਾਂਦੇ ਲਿਖ ਨਹੀਂ ਸਕਦੇ ਅਸੀਂ ਫਿਰ ਰਿਕਾਰਡ ਵੌਇਸ ਮਿਲ ਕਰ ਉਹ ਮੈਸੇਜ ਸੇਵ ਕਰ ਲੈਂਦਾ ਜੀ ਤੇ ਜੇ ਚੰਗਾ ਲੱਗੇ ਬਾਅਦ ਚ ਲਿਖ ਲੈਂਦਾ ਨਹੀਂ ਫਿਰ ਉਦੋਂ ਹੀ ਕਈ ਵਾਰੀ ਰਹਿ ਰੂ ਜਾਂਦਾ ਪਰ ਹੈ ਬਹੁਤ ਜ਼ਿਆਦਾ ਅੱਛਾ ਕਿਦਾਂ ਦੇ ਸਬਜੈਕਟ ਨੇ ਤੁਹਾਡੇ ਸ਼ਾਇਰੀ ਦੇ ਆਮ ਤੌਰ ਤੇ ਉਹੀ ਜਿਹੜੀ ਆਪਾਂ ਸਟਾਰਟਿੰਗ ਚ ਗੱਲ ਕੀਤੀ ਸੀ ਵੀ ਜੋ ਚੀਜ਼ ਮੈਂ ਆਪਣੇ ਹੱਡੀ ਹੰਡਾਈ ਜੋ ਚੀਜ਼ ਮੈਂ ਆਪਣੇ ਆਪ ਨੂੰ ਮਹਿਸੂਸ ਕੀਤੀ ਤੇ ਦੇਖੀ ਜ਼ਰਾ ਦਰ ਇਦਾਂ ਦੀ ਨੇ ਜੀ ਜਿਵੇਂ ਹੁਣ ਇੱਕ ਹੋਰ ਸੀ ਆਪਾਂ ਸਾਰਿਆਂ ਜਿਹੜੀਆਂ ਚੀਜ਼ਾਂ ਨੇ ਆ ਰੇਡੀਓ ਆ ਜਾਂ ਇੱਕ ਆਪਣੇ ਨੇਮ ਨੇ ਆਪਾਂ ਨੂੰ ਕਿਸੇ ਨੇ ਦਿੱਤੇ ਨੇ ਇਹ ਚੀਜ਼ ਬਾਰੇ ਮੈਂ ਸੋਚਿਆ ਜੀ ਕਿਸੇ ਬੰਦੇ ਨੇ ਕਹਿੰਦਾ ਵੀ ਇਹ ਲਾਲ ਰੰਗਾ ਤਾਂ ਆਪਾਂ ਨੂੰ ਲਾਲ ਹੀ ਕਿਹਾ ਕਿਸੇ ਨੇ ਕਹਿੰਦਾ ਇਹ ਗ੍ਰੀਨ ਆ ਤਾਂ ਉਹਨੂੰ ਆਪਾਂ ਗ੍ਰੀਨ ਨੇ ਕਾਲੇ ਨੂੰ ਕਾਲਾ ਜਾਂ ਨਹੀਂ ਮਤਲਬ ਮੰਨ ਲੈ ਗਿਆ ਆਪਾਂ ਮੰਨ ਲੈ ਗਿਆ ਉਹ ਜਿਹੜੀ ਆਪਾਂ ਸੋਰਾਲੀ ਵੀ ਪਹਿਲਾਂ ਗੱਲ ਕੀਤੀ ਸੀ ਉਹਦਾਂ ਦੀ ਖੱਟਾ ਮਿੱਠਾ ਤੇ ਰਿਸ਼ਤੇ ਵੀ ਸਾਰੇ ਮਾਪੇ ਪਣ ਪਰਾਲੇ ਕਿਸੇ ਨੇ ਹੀ ਦਿੱਤੇ ਹੂੰ ਇਹ ਅਸੀਂ ਡਰਾਈਵ ਕਰਦੇ ਸੀ ਤੇ ਮੈਨੂੰ ਮੇਰਾ ਇੱਕ ਦੋਸਤ ਹੈਗਾ ਪਣਜਾ ਲੱਗਦਾ ਸਾਡਾ ਲਵ ਗਿੱਲੋ ਦਾ ਮੈਨੂੰ ਕਾਲ ਆਈ ਕਹਿੰਦਾ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਇਦਾਂ ਇਦਾਂ ਹੋ ਗਿਆ ਜੀ ਮੈਂ ਕਿਹਾ ਬਤਿੰਦਰਾ ਸਾਰੀਆਂ ਗੱਲਾਂ ਆਪਾਂ ਨੂੰ ਕਿਸ ਨੇ ਦਸੀਆਂ ਹੂੰ ਇੱਕ ਗੱਲ ਨਹੀਂ ਤੇ ਮੈਂ ਕਿਹਾ ਮੈਂ ਤੈਨੂੰ ਕਾਲ ਬੈਕ ਕਰਦਾ ਥੋੜਾ ਜਿਆ ਰੁਕ ਜੀ ਉਦੋਂ ਇਹ ਚਾਰ ਲਾਈਨਾਂ ਲਿਖੀਆਂ ਸੀਗੀਆਂ ਜੀ ਹੈ ਪੂਰਾ ਜਣ ਕਿ ਮੇਰੇ ਥੋੜੀ ਜ਼ਿਆਦਾ ਹੁਣ ਮੈਨੂੰ ਦੱਸਿਆ ਕਿਸੇ ਨੇ ਦੋ ਡਿੰਗਾ ਪਰ ਜਦੋਂ ਮੈਂ ਗਾਹ ਤੱਕਿਆ ਮੈਨੂੰ ਦੱਸਿਆ ਕਿਸੇ ਨੇ ਜੀ ਪਰੀਆਂ ਦਾ ਸ਼ਹਿਰ ਤੇ ਪਤਾਲ ਥੱਲੇ ਦੁਨੀਆ ਭੂਤ ਤੇ ਪ੍ਰੇਤ ਅਸਮਾਨ ਉਪਾਰ ਦੁਨੀਆ ਇੱਕ ਚੜੇ ਦੁਜਲ ਇਹ ਚੰਦ ਸੂਰਜ ਭਰਾ ਮੈਨੂੰ ਦੱਸਿਆ ਕਿਸੇ ਨੇ ਦੋ ਡਿੰਗਾ ਪਰ ਜਦੋਂ ਮੈਂ ਗਾਹ ਤੱਕਿਆ ਮੈਨੂੰ ਦੱਸਿਆ ਕਿਸੇ ਨੇ ਇਹ ਇਦਾਂ ਦੀਆਂ ਚੀਜ਼ਾਂ ਜੀ ਥੋੜੀਆਂ ਜਿਹੀਆਂ ਲਿਖ ਲਈਆਂ ਜੀ ਜੀ ਅੱਛਾ ਕੈਨੇਡਾ ਜੋ ਤੁਸੀਂ ਗਏ ਇੱਥੇ ਬੈਠ ਕੇ ਹਰ ਬੰਦਾ ਸੁਪਨਾ ਲੈਂਦਾ ਹੁਣ ਤੇ ਕਹਰੇ ਜਿਆਦਾ ਹੋੜ ਲੱਗ ਗਈ ਹੈ ਪਿਛਲੇ 10 15 ਸਾਲ ਪਰ ਉਹਦੇ ਖਾਸ ਰੇਚ ਹੁੰਦੀ ਸੀ ਹੁਣ ਪੂਰਾ ਪੰਜਾਬ ਇਸ ਦੀ ਲਪੇਟ ਵਿੱਚ ਹੈ ਤਾਂ ਸੁਪਨਾ ਤਾਂ ਜ਼ਰੂਰ ਹੁੰਦਾ ਹੈ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਹਾਂ ਸੁਪਨਾ ਤਾਂ ਬਹੁਤ ਵਧੀਆ ਸੀਗਾ ਲੇਕਿਨ ਹਕੀਕਤਾਂ ਕਾਫੀ ਤਲਖ ਨੇ ਮਤਲਬ ਇਨਾ ਪਾਰਾ ਦੇ ਵਿੱਚ ਸੌਖਾ ਨਾ ਬੰਦਾ ਵਿਹਲਾ ਅਮੂਮਨ ਲੋਕ ਵਿਹਲੇ ਨੇ ਕੁਝ ਵਿਹਲੇ ਇਸ ਲਈ ਨੇ ਕੰਮ ਨਹੀਂ ਮਿਲਦਾ ਤੇ ਕੁਝ ਵਿਹਲੇ ਇਸ ਲਈ ਨੇ ਯਕੀਨਨ ਕਿ ਉਹਨਾਂ ਕੰਮ ਕਰਨਾ ਹੀ ਨਹੀਂ ਚਾਹੁੰਦੇ ਬਿਲਕੁਲ ਜੀ ਬਿਲਕੁਲ ਕੈਨੇਡਾ ਦੇ ਵਿੱਚ ਜਦੋਂ ਬੰਦਾ ਜਾਂਦਾ ਹੈ ਖਾਸ ਤੌਰ ਤੇ ਇਸ ਤਰ੍ਹਾਂ ਦਾ ਕੋਈ ਮੁੰਡਾ ਜੀ ਨੇ ਘਰ ਚ ਪਾਣੀ ਦਾ ਗਲਾਸ ਵੀ ਨਹੀਂ ਚੱਕ ਕੇ ਪੀਤਾ ਬਹੁਤ ਹੁੰਦੇ ਨੇ ਇਸ ਤਰ੍ਹਾਂ ਦੇ ਤਾਂ ਉਹ ਫਿਰ ਕਿਦਾਂ ਦੀ ਲਾਈਫ ਹੁੰਦੀ ਸ਼ੁਰੂਆਤੀ ਦਿਨਾਂ ਚ ਉਹ ਤਾਂ ਜੇ ਵਿਚਾਰੇ ਵਾਸ਼ਰੂਮਾਂ ਚ ਬੜਬੜ ਰੋਂਦੇ ਆ ਜੀ ਜਦੋਂ ਗੱਲ ਪੈ ਜਾਂਦੀ ਆ ਇਹ ਕਾ ਨਹੀਂ ਸਕਦੇ ਪਹਿਲਾ ਸੁਪਨਾ ਵੱਡਾ ਲੈ ਕੇ ਘਰ ਦੇ ਨੂੰ ਕਹਿੰਦੇ ਭੇਜੋ ਭੇਜੋ ਅਸੀਂ ਇੱਥੇ ਕੰਮ ਨਹੀਂ ਕਰਨਾ ਹੂੰ ਬਾਅਦ ਤੁਹਾਡੇ ਇਥੋਂ ਲਾ ਲਾ ਫਿਰ ਪੱਲੇ ਹੁੰਦਾ ਵੀ ਵੇਚ ਵੱਟ ਲਿਆ ਹੁੰਦਾ ਨਾ ਜਾਣ ਲਈ ਬਿਲਕੁਲ ਜੀ ਬਿਲਕੁਲ ਇਦਾਂ ਬਹੁਤ ਜ਼ਿਆਦਾ ਬੰਦੇ ਨਾਲ ਹੀ ਇਦਾਂ ਹੁੰਦਾ ਉੱਥੇ ਦੀ ਲਾਈਫ ਬੜੀ ਹਾਰਡ ਹੈ ਜੀ ਜੀ ਤੇ ਉੱਥੇ ਵੇਲੇ ਬੰਦੇ ਲਈ ਕੋਈ ਵੀ ਬੰਦਾ ਨਹੀਂ ਹੈ ਪਹਿਲੀ ਗੱਲ ਤਾਂ ਉਹ ਡਿਪਰੈਸ਼ਨ ਚੱਲ ਜਾਂਦਾ ਜਿਹੜੇ ਬੰਦੇ ਕੰਮ ਕਰਨ ਵਾਲੇ ਉੱਥੇ ਤਾਂ ਸਿਆਣੇ ਬੰਦੇ ਮਾਪਿਆਂ ਨੂੰ ਘਰੇ ਛੱਡ ਕੇ ਕੰਮ ਤੇ ਚੱਲ ਜਾਂਦੇ ਆ ਹੂੰ ਤੇ ਲਾਈਫ ਪੂਰੀ ਹਾਰਡ ਹੈ ਜੀ ਜੀ ਟਾਈਮ ਹੁੰਦਾ ਨਹੀਂ ਬਹੁਤ ਜਿਆਦੇ ਪਛਤਾਉਂਦੇ ਆ ਵਿਚਾਰੇ ਵੀ ਅਸੀਂ ਕੀ ਕਰ ਲਿਆ ਕੰਮ ਕਦੇ ਕਰਿਆ ਨਹੀਂ ਹੁੰਦਾ ਟਟ ਘੰਟੇ ਦੇ 10 10 ਘੰਟੇ ਦੇ ਸ਼ਿਫਟਾਂ ਲਾਉਣੀਆਂ ਪੈਂਦੀਆਂ ਨੇ ਆਪਦੇ ਖਰਚੇ ਲਈ ਇੱਕ ਦਿਨ ਵੀ ਨਹੀਂ ਜਾਊਗਾ ਬੰਦਾ ਤਾਂ ਲੋਡ ਪੂਰੀ ਨਹੀਂ ਕਰ ਸਕਦਾ ਜੀ अच्छा मतलब चलो ये तो हो गया लेकिन सामाजिक जैसे जिंदगी तरजी अमल दे ਗੱਲ ਕਰੀ ਤਾਂ ਇੱਥੇ ਜਿਸ ਤਰ੍ਹਾਂ ਦਾ ਮਿਲਵਰਤਨ ਸਾਡਾ ਹੁੰਦਾ ਡੇਲੀ ਲੋਕਾਂ ਨਾਲ ਉੱਥੇ ਨਹੀਂ ਸੰਭਵ ਹੈਗਾ ਇੱਕ ਤਾਂ ਕੰਮਕਾਜ ਦੀ ਵਜ੍ਹਾ ਕਰਕੇ ਨਹੀਂ ਸੰਭਵ ਹੈਗਾ ਦੂਸਰਾ ਸ਼ਾਇਦ ਇਹ ਵੀ ਹੋਏਗਾ ਕਿ ਲੋਕ ਅਲੱਗ-ਅਲੱਗ ਥਾਮਾ ਤੋਂ ਆਏ ਹੋਏ ਨੇ ਤਾਂ ਉਸ ਤਰ੍ਹਾਂ ਦਾ ਮੋਹ ਪਿਆਰ ਨਹੀਂ ਹੋਏਗਾ ਤਾਂ ਇਹ ਜਿਹੜੀ ਇਕਲਤਾ ਜਿਹੜੀ ਕਿਤੇ ਅੰਦਰੇ-ਅੰਦਰ ਬੰਦੇ ਨੂੰ ਚੁੰਡਦੀ ਰਹਿੰਦੀ ਹੈ ਬਿਲਕੁਲ ਜੀ ਬਿਲਕੁਲ ਉਹਦਾ ਸਾਹਮਣਾ ਕਿੱਦਾਂ ਕਰਦੇ ਹੋ ਵੈਸੇ ਮੈਨੂੰ ਇਹ ਗਲਤ ਵਾਲੀ ਗੱਲ ਹੈ ਨਾ ਜਿਹੜੀ ਕਿਸ ਹੱਦ ਤੱਕ ਸਹੀ ਹੈ ਪਰ ਜ਼ਿਆਦਾਤਰ ਉਥੇ ਆਪਣੇ ਲੋਕ ਇੱਕ ਦੂਜੇ ਨੂੰ ਮਿਲ ਹੀ ਲੈਂਦੇ ਆ। ਹੂੰ ਹੂੰ। ਦੂਜੀ ਕਮਿਊਨਿਟੀ ਦੇ ਲੋਕ ਵੀ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ। ਹਾਲਾਂਕਿ ਆਪਣੇ ਦੇ ਵਿੱਚ ਥੋੜਾ ਜਿਹਾ ਈਰਖ ਭਾਵਨਾ ਵੱਧ ਗਈ ਆ। ਜਦੋਂ ਦੂਜੀ ਕਮਿਊਨਿਟੀ ਦਾ ਕੋਈ ਬੰਦਾ ਆਪਣੇ ਨਾਂ ਕੇ ਗੱਲ ਕਰਦਾ, ਮਿਲਦੇ ਆ, ਵਰਤਦੇ ਆ। ਤੇ ਥੋੜਾ ਜਿਹਾ ਬੰਦੇ ਨੂੰ ਰੈਲੈਕਸ ਫੀਲ ਹੁੰਦਾ ਵੀ ਉਹ ਆਪਣੇ ਬਾਰੇ ਕੀ ਸੋਚ ਰਿਹਾ। ਪਰ ਆਪਾਂ ਕਿੱਥੇ ਖੜੇ ਆ? ਜੀ। ਐਕਚੁਅਲੀ। ਤੇ ਇਹੀ ਗੱਲ ਹੁਣ ਰਿਸ਼ਤਿਆਂ ਦੇ ਵਿੱਚ ਦਰਾਰ ਪੈਣ ਦਾ ਕਾਰਨ ਵੀ ਹੋ ਗਈ ਆ। ਹੂੰ ਹੂੰ। ਦੂਜੀ ਕਮਿਊਨਿਟੀ ਦੇ ਲੋਕਾਂ ਨੂੰ ਆਪਾਂ ਜ਼ਿਆਦਾ ਚੰਗੇ ਲੱਗਦੇ ਆ ਆਪਣੇ ਨਾਲੋਂ ਹਮ ਹਮ ਆਪਣੇ ਆਪਣੇ ਨੂੰ ਥੋੜਾ ਜਿਹਾ ਜਿੱਦਾਂ ਆਪਾਂ ਕਹਿ ਦਈਏ ਇਹਨਾਂ ਵੀ ਜਰਦੇ ਨਹੀਂ ਜੀ ਉਹ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਜੀ ਹਮ ਹਮ ਬਾਕੀ ਇਕੱਲਾਪਣ ਜਿਹੜੇ ਬੰਦੇ ਦਾ ਜੀ ਨੇਚਰ ਹੀ ਇਕੱਲਾ ਰਹਿਣਾ ਉਹਨੇ ਇਕੱਲਾ ਹੀ ਰਹਿਣਾ ਜਿਹੜੇ ਬੰਦੇ ਨੇ ਮਿਲ ਵਰਤਣਾ ਉਹ ਲੱਭ ਲੈਣਾ ਬਿਲਕੁਲ ਹੋਂਤੇ ਖੈਰ ਪੁਰਾਣੇ ਜਵਾਨਾਂ ਚ ਹੁੰਦਾ ਸੀ ਬਜ਼ੁਰਗਾਂ ਨੂੰ ਬਹੁਤ ਪਰਵਾਡਾ ਹੁੰਦੇ ਛੋਟੀ ਉਮਰ ਵਾਲਾ ਤਾਂ ਫਿਰ ਵੀ ਜਾ ਕੇ ਆਪਣੇ ਆਪ ਨੂੰ ਸੈਟਲ ਕਰ ਲੈਂਦਾ ਵੱਡੀ ਉਮਰ ਚ ਜਾਣਾ ਕਹਿੰਦੇ ਥੋੜਾ ਜਿਆਦਾ ਤਕਲੀਫ ਦੇ ਹੁੰਦਾ ਇਸ ਮਾਮਲੇ ਚ ਤੇ ਬਾਕੀ ਲੈਂਗੁਏਜ ਦੀ ਪ ਦੂਜਿਆਂ ਭਾਸ਼ਾ ਤੌਰ ਤੇ ਥੋੜਾ ਜਿਹਾ ਵੱਡੀ ਦਰਾ ਰੇਸ ਕਰਕੇ ਆ ਜਾਂਦੀ ਹੈ ਉਹ ਸਮਝ ਨਹੀਂ ਸਕਦੇ ਇਕੱਲੇ ਕਿਤੇ ਪਾਸੇ ਆ ਜਾ ਨਹੀਂ ਸਕਦੇ ਉਹਨਾਂ ਨੂੰ ਥੋੜਾ ਜਿਹਾ ਔਖਾ ਜਿਆਦਾ ਹੋ ਜਾਂਦਾ ਜੀ ਮੌਕੇ ਹੁੰਦਾ ਜੀ ਆਪਣੇ ਮੁੰਡੇ ਕੁੜੀਆਂ ਨਵੀਂ ਜਿਹੜੀ ਪਨੀਰੀ ਹੈਗੀ ਆ ਉਹ ਵਿਆਹ ਕਰਾਈ ਜਾਂਦੇ ਆ ਦੂਜੀਆਂ ਕਮਿਊਨਿਟੀ ਦੇ ਲੋਕਾਂ ਨਾਲ ਹਮਮ ਤਕਰੀਬਨ ਸਾਰਾ ਰਲ ਮਿਲ ਕੇ ਇੱਕੋ ਜਿਹਾ ਹੀ ਹੋ ਚੁੱਕਿਆ ਹੈ ਜੀ ਕੰਮ ਜੀ ਮਤਲਬ ਕੈਨੇਡਾ ਵਾਲੇ ਤਾਂ ਹੋਣਾ ਹੀ ਪਊਗਾ ਨਾ ਕੈਨੇਡਾ ਰਹਿਣਾ ਤਾਂ ਹਾਂਜੀ ਬਿਲਕੁਲ ਜੀ ਜੀ ਅੱਛਾ ਹਰ ਵੀ ਤਾਂ ਇਹ ਜਿਹੜੇ ਸਾਡੇ ਲੋਕ ਜਾ ਰਹੇ ਨੇ ਸਾਡੇ ਬਾਰੇ ਇੱਕ ਕੋਈ ਚੀਜ਼ ਜ ਮਸ਼ਹੂਰ ਨਹੀਂ ਉਹ ਇੱਥੇ ਨਾ ਵੀ ਜ਼ਿਕਰ ਕਰੀਤਾ ਨਾ ਕਿ ਅਸੀਂ ਹਰ ਬੰਦਾ ਹੀ ਵੈਸੇ ਤਾਂ ਕੋਈ ਚੀਜ਼ਾਂ ਨਾਲ ਹੀ ਲੈ ਕੇ ਜਾਂਦਾ ਉਹ ਜੀਨ ਦੇ ਵਿੱਚ ਹੁੰਦੀਆਂ ਨੇ ਨਿਕਲ ਨਹੀਂ ਸਕਦੀਆਂ ਸੋ ਉਹ ਜਿਹੜੀ ਲੜਾਈ ਮਾਰ ਕਟਾਈ ਹਾਲਾਂਕਿ ਉੱਥੋਂ ਦੇ ਜਿਹੜੇ ਲੋਕ ਨੇ ਉਹ ਵੀ ਕਰਦੇ ਨੇ ਲੇਕਿਨ ਪਿਛਲੇ ਦਿਨਾਂ ਚ ਅਸੀਂ ਸਾਰਿਆਂ ਨੇ ਇੱਥੇ ਜਦੋਂ ਵੀਡੀਓ ਦੇਖਿਆ ਕਾਫੀ ਉਹਨਾਂ ਦੀ ਚਰਚਾ ਵੀ ਹੋਈ ਮੀਡੀਆ ਦੇ ਵਿੱਚ ਕਿ ਇੱਕ ਸਭ ਕੀ ਹੈ ਤਾਂ ਕੋਈ ਕੋਦੇ ਪਿਛ ਉਹਦੇ ਬਾਅਦ ਕਈ ਲੋਕਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਕਈ ਲੋਕਾਂ ਨੂੰ ਹੋਰ ਸਜ਼ਾਵਾਂ ਮਿਲੀਆਂ ਅਸੀਂ ਜਦੋਂ ਕਿਸੇ ਦੂਸਰੇ ਸਮਾਜ ਦੇ ਵਿੱਚ ਜਾਂਦੇ ਆਂ ਇੱਥੋਂ ਇਸ ਲਈ ਜਾਂਦੇ ਆ ਕਿ ਉੱਥੇ ਬਹੁਤ ਚੰਗਾ ਹੈ ਇੱਥੇ ਰਹਿਣ ਦੇ ਕਾਬਲ ਨਹੀਂ ਤੇ ਉੱਥੇ ਜਾ ਕੇ ਫਿਰ ਅਸੀਂ ਉਹੀ ਕੁਝ ਕਰਨਾ ਚਾਹੁੰਦੇ ਜੋ ਇੱਥੇ ਕਰਦੇ ਸੀ ਉਹ ਇਦਾਂ ਜੀ ਗੱਲ ਉਹ ਹੀ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਜੀ ਨੇ ਇੱਥੇ ਕਦੇ ਪਾਣੀ ਦਾ ਗਲਾਸ ਚੱਕ ਕੇ ਨਹੀਂ ਪੀਤਾ ਜੀ ਉਹਨਾਂ ਨੂੰ ਕੰਮ ਕਰਨਾ ਪੈਂਦਾ ਪੜ੍ਹਾਈ ਵੀ ਕਰਨੀ ਪੈਂਦੀ ਹੈ ਫ੍ਰਸਟ੍ਰੇਸ਼ਨ ਇੰਨੀ ਜ਼ਿਆਦਾ ਅੰਦਰ ਵੱਜ ਜਾਂਦੇ ਉਹ ਕਿਸੇ ਨਾ ਕਿਸੇ ਤਰੀਕੇ ਕੱਢਣੀ ਹੈ ਉਹਨਾਂ ਨੇ ਹਮ ਤੇ ਜਿਹੜਾ ਬੰਦਾ ਸਿਆਣਾ ਵਾ ਜਿਹਨੂੰ ਪਤਾ ਵੀ ਮੇਰੇ ਮਾਪਿਓ ਪਿੱਛੇ ਕਿੱਦਾਂ ਦੇ ਨੇ ਤੇ ਉਹਨਾਂ ਨੇ ਮੈਨੂੰ ਕਿੱਦਾਂ ਭੇਜਿਆ ਤੇ ਮੈਂ ਉਹਨਾਂ ਲਈ ਕੀ ਕਰ ਰਿਹਾ ਤੇ ਮੈਂ ਕੀ ਕਰੂੰਗਾ ਹੂੰ ਹੂੰ ਉਹ ਉਦਾਂ ਦਾ ਨਹੀਂ ਕਰ ਰਿਹਾ ਕੰਮ ਜੀ ਉਹ ਆਪਦੇ ਸਹੀ ਤਰੀਕੇ ਨਾਲ ਜ਼ਿੰਦਗੀ ਜਿਊਂਗਾ ਚੰਗਾ ਵਧੀਆ ਹੋਊਗਾ ਉਹੀ ਜਿਹੜੇ ਆਪਾਂ ਕਹੇ ਜੇ 2% ਹੂੰ ਹੂੰ ਉਹ ਜਿਆਦਾ ਖਰਾਬ ਕਰਦੇ ਆ ਤੇ ਉਹ ਆਉਣ ਵਾਲੇ ਜਿਹੜੇ ਅੱਗੇ ਨੇ ਫਿਊਚਰ ਉਹਨਾਂ ਦਾ ਵੀ ਖਰਾਬ ਕਰ ਰਹੇ ਨੇ ਜੀ ਉਹ ਲੜਾਈਆਂ ਪੜਾਈਆਂ ਕਰਕੇ ਲਾਈਫ ਇਨੀ ਡਿਸਟਰਬੈਂਸ ਹੋ ਗਈ ਹੁਣ ਉਹ ਕਹੀ ਜਾਂਦੇ ਆ ਵੀ ਕੁਛ ਕੇਰੀਏ ਕੈਨੇਡਾ ਦੇ ਜੀ ਜਿਹੜਾ ਸੂਝਵਾਨ ਬੰਦਾ ਉਹ ਗਰੇਜ ਕਰਦਾ ਵੀ ਮੈਂ ਉੱਥੇ ਜਾਵਾਂ ਹੀ ਨਾ। ਹੂੰ। ਵੀ ਪਰੇ ਰਹੀਏ ਵੀ ਫੈਮਿਲੀ ਵਾਲੇ ਬੰਦੇ ਆ ਕੱਲ ਨੂੰ ਜਵਾਕ ਵੀ ਇੱਥੇ ਰਹਿਣਗੇ, ਪੜਨਗੇ, ਲਿਖਣਗੇ। ਉਹਨਾਂ ਦਾ ਮਾਹੌਲ ਫਿਰ ਉਦਾਂ ਦਾ ਹੋਊਗਾ। ਜੀ। ਤੇ ਉਹ ਜਿਹੜੀ ਲਾਈਫ ਉਹ ਥੋੜੀ ਜੀ ਗੜਬੜੀ ਵਾਲੀ ਹੋ ਜੂਗੀ। ਹੂੰ। ਅੱਛਾ ਇਹ ਇਹ ਗੱਲਾਂ ਹਾਲਾਂਕਿ ਥੋੜੀਆਂ ਭਾਰੇ ਭਾਰੇ ਕਿਉਂ ਹੋ ਜਾਂਦੀਆਂ ਦੋਸਤਾਂ ਨੇ ਕਹਿਣਾ ਕਿ ਬਲਾਇਤ ਸਿੰਗਰ ਨੂੰ ਲੇਕਿਨ ਕਿਦਾਂ ਦੀ ਗੱਲ ਕਰਦਾ ਲੇਕਿਨ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਜਾਣ ਲੈਣਾ ਕਿਉਂਕਿ ਹਰ ਤਰ੍ਹਾਂ ਦੀ ਗੱਲ ਅਸੀਂ ਕਰਨੀ ਹੈ ਤਾਂ ਜਿਹੜੀ ਨਵੀਂ ਪੀੜ੍ਹੀ ਹੈ ਨਾ ਉਹ ਇੱਕ ਗਿਲਾ ਜ਼ਾਹਰ ਕਰਦੇ ਸੁਣਾਈ ਦਿੱਤੀ ਹੈ ਕਿ ਪੁਰਾਣੀ ਪੀੜ੍ਹੀ ਸਾਨੂੰ ਜਰਦੀ ਨਹੀਂ ਕਿ ਇਹ ਬੜਾ ਈਜ਼ਲੀ ਆ ਗਏ ਅਸੀਂ ਬਹੁਤ ਔਖੇ ਹੋ ਕੇ ਆਏ ਸੀ ਇਹ ਗੱਲ ਹੈਗੀ ਵੀ ਇਦਾਂ ਹੀ ਆ ਜੀ ਕਿਉਂਕਿ ਨਵੇਂ ਜਵਾਕ ਮਿਹਨਤੀ ਹੈਗੇ ਹੂੰ ਕੁਝ ਕੋਥੇ ਦੇ ਕੈਦੇ ਕਾਨੂੰਨ ਇਦਾਂ ਦੇ ਆ ਹੁਣ ਜਿਹੜਾ ਜਵਾਕ 8 ਘੰਟੇ ਕੰਮ ਕਰਕੇ ਆ ਜੇ 4 ਘੰਟੇ ਦੀ ਜਾਂ 5 ਘੰਟੇ ਦੀ ਉੱਤੋਂ ਬਾਅਦ ਉਹਨੇ ਸ਼ਿਫਟ ਲਾਈ ਜੀ ਉਹ ਸੌਰੀ 8 ਘੰਟੇ ਪੜ ਕੇ ਤੇ 4-5 ਘੰਟੇ ਸ਼ਿਫਟ ਲਾਈ ਉਹ ਜਦੋਂ ਘਰੇ ਆਉਂਦਾ ਉਹ ਤਾਂ ਵਿਚਾਰਾ ਰੋਟੀ ਵੱਲੋਂ ਵੀ ਰਹਿ ਜਾਂਦਾ ਵਾਜੇ ਟਾਈਮ ਰਾਤ ਤੁਰੇ ਜਾਂਦੇ ਨੇ ਕਿਤੇ ਖਾਲੀ ਖਾਲੀ ਉਹ ਸਰਵਾਈਵਲ ਥੋੜਾ ਜਿਹਾ ਘੱਟ ਤੇ ਆਂਦੇ ਹੁੰਦਾ ਕਿਉਂਕਿ ਉਹ ਇੱਕ ਕਾਮਨ ਸੈਂਸ ਆ ਜੀ ਹਮੇਸ਼ਾ ਹੀ ਹੁੰਦਾ ਹੀ ਆ ਜੀ ਜਿਹੜੇ ਸਿਆਣੇ ਬੰਦੇ ਆ ਉੱਥੇ ਪੁਰਾਣੇ ਬੈਠੇ ਆ ਉਹ ਕਹਿੰਦੇ ਆ ਵੀ ਇਹ ਚੀਜ਼ ਗੰਦ ਕਰ ਰਹੀ ਆ ਹਮਮ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਥੋੜਾ ਜਿਹਾ ਪੇਸ਼ੈਂਸ ਰੱਖਣੀ ਚਾਹੀਦੀ ਹੈ ਵੀ ਤੁਸੀਂ ਉਹ ਬੰਦੇ ਦੀ ਲਾਈਫ ਨੂੰ ਦੇਖੋ ਸਮਝੋ ਜਦੋਂ 2-3 ਸਾਲ ਪੁਰਾਣੇ ਹੋ ਜਾਂਦੇ ਆ ਕਿਉਂਕਿ ਉਹ ਉਹ ਉੱਥੇ ਦੇ ਪੜ੍ਹੇ ਲਿਖੇ ਆ ਹਮ ਹਮ ਉਹਨਾਂ ਨੇ ਅੱਗੇ ਜਾ ਕੇ ਕੀ ਬਣਨਾ ਕਿਵੇਂ ਨਹੀਂ ਬਣਨਾ ਉਹਨਾਂ ਨੂੰ ਤਕਰੀਬਨ ਆਲਮੋਸਟ ਅਵੇਅਰ ਨੇ ਆਪਣੀ ਲਾਈਫ ਲਈ ਤਾਂ ਹੀ ਉੱਥੇ ਗਏ ਆ ਜੀ ਉਹ ਐਨੇ ਬੈਂਡ ਲੈ ਕੇ ਚਲੇ ਗਿਆ ਇੱਕ ਬੰਦੇ ਤੋਂ ਥੋੜਾ ਜਿਹਾ ਇੰਨਾ ਕਰਨਾ ਔਖਾ ਹਮ ਹਮ ਉਹ ਆਪਣੇ ਵਾਲੇ ਥੋੜਾ ਜਿਹਾ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਹੁਣ ਨਵੇਂ ਮੁੰਡੇ ਆ ਜਾਂ ਕੁੜੀਆਂ ਨੇ ਨਵੀਂ ਜਨਰੇਸ਼ਨ ਉਹ ਲੋਕਬਾਈਜ਼ ਵੀ ਤਕਰੀਬਨ ਗੋਰਿਆਂ ਵਾਂਗੂ ਥੋੜੇ ਜਿਹਾ ਹੋਗੇ ਹਮਮ ਜਿਹੜੇ ਪ੍ਰਾਣੇ ਆ ਉਹ ਉਵੇਂ ਹੀ ਕਈ ਵਾਰੀ ਅਸੀਂ ਉੱਥੇ ਦੇਖਦੇ ਆਂ ਆ ਵੀਡੀਓ ਵੀ ਤੁਸੀਂ ਦੇਖੀ ਹੋਣੀ ਆ ਬੇਬਿਆਂ ਚੁੰਨੀਆਂ ਸਹਕਾਰੀਆਂ ਜਾਂ ਬਾਪੂ ਸਾਈਕਲ ਤੇ ਜਾ ਰਿਹਾ ਬਿਨਾਂ ਹੈਲਮਟ ਤੋਂ ਜੀ ਤੇ ਝੋਲਾ ਬੰਨਿਆ ਜਾਂ ਕਿਵੇਂ ਵੀ ਉੱਥੇ ਮੰਜਾ ਜਾਂ ਸੋਫਾ ਢਾਕੇ ਬਾਹਰ ਬੈਠੇ ਹਮਮ ਉਹਨਾਂ ਨੂੰ ਥੋੜੀਆਂ ਜਿਹੀਆਂ ਸਾਫ਼ ਸੁਵਾਈ ਵਾਲੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜੀ ਤੇ ਉਹਨਾਂ ਦਾ ਪੈਰਾਵਾ ਚੰਗਾ ਨਹੀਂ ਲੱਗਦਾ ਉਹ ਤਾਂ ਕਰਕੇ ਇੱਕ ਵੱਡੀ ਦਿਵਾਰ ਜੀ ਖੜੀ ਰਹਿੰਦੀ ਆ ਉਹ ਹੁਣ ਜ਼ਿਆਦਾ ਸਮਾਂ ਜ਼ਿੰਦਗੀ ਦਾ ਇੱਥੇ ਜਿਊਂਗੇ ਨੇ ਕੋਈ ਫਰਕ ਰਹਿ ਜਾਂਦਾ ਹੈ ਅੱਛਾ ਦੂਜੀ ਚੀਜ਼ ਇਹ ਕਿ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਹਾਂ ਇੱਥੇ ਵੀ ਆਮ ਤੌਰ ਤੇ ਇਹ ਧਾਰਨਾ ਬਣੀ ਹੈ ਕਿ ਸਾਡੇ ਵਾਲੇ ਲੋਕ ਨੇ ਜਦੋਂ ਸਾਡੇ ਨਾਲ ਉੱਥੇ ਜਾ ਕੇ ਵੀ ਅਸੀਂ ਇਦਾਂ ਹੀ ਕਰਦੇ ਹਾਂ ਤਾਂ ਕੀ ਇਹ ਜਿਹੜਾ ਸਭ ਕੁਝ ਕਰਦੇ ਨੇ ਇਹ ਸਿਰਫ ਸਾਡੇ ਵਾਲੇ ਹੀ ਕਰਦੇ ਨੇ ਜਾਂ ਬਾਕੀ ਕਮਿਊਨਿਟੀਜ਼ ਬਾਕੀ ਦੇਸ਼ਾਂ ਤੋਂ ਆਉਣ ਵਾਲੇ ਲੋਕ ਵੀ ਕਰ ਲੈਂਦੇ ਨੇ ਜਾਂ ਜਿਹੜੇ ਮੂਲ ਲੋਕ ਨੇ ਉੱਥੋਂ ਦੇ ਉਹ ਵੀ ਇਦਾਂ ਦੀ ਨੇਚਰ ਰੱਖਦੇ ਨੇ ਕਿਉਂਕਿ ਬੰਦੇ ਦੇ ਅੰਦਰ ਕੋਈ ਖਰੂਦੀ ਕਿਸਮ ਦਾ ਹਰ ਚੀਜ਼ ਤਾਂ ਬੈਠੀ ਹੁੰਦੀ ਹੈ ਨਾ ਤੁਸੀਂ ਉਹਨੂੰ ਕਿੰਨਾ ਕਿ ਦਬਾਉਂਦੇ ਹੋ ਕਿੰਨਾ ਕਿ ਦਬਾ ਸਕਦੇ ਹੋ ਕਿੰਨਾ ਕਿ ਸੁਧਾਰ ਸਦੇ ਵੱਖਰਾ ਮਸਲਾ ਹੈ ਇੱਕੋ ਜੀ ਇਨਸਾਨੀ ਫਿਤਰਤ ਹੈ ਇਨਸਾਨੀ ਫਿਤਰਤ ਹੈ ਕਿ ਜਿੱਤੇ ਵੀ ਉਹ ਆਜ਼ਾਦੀ ਖੁੱਲ੍ਹੇ ਮਿਲੂਗੀ ਉਹ ਕੁਛ ਨਾ ਕੁਛ ਕਰੂਗਾ ਆਜ਼ਾਦ ਜੋ ਕਰਨਾ ਚਾਹੁੰਦਾ ਕਰੂਗਾ ਹਾਂ ਜੀ ਉਹ ਥੋੜਾ ਜਿਹਾ ਪਰਸੈਂਟ ਬੰਦੇ ਤਾਂ ਹੁੰਦੇ ਆ ਜੀ ਉਹ ਜਿਵੇਂ ਕਹਿ ਦਈਏ ਵੀ ਇੱਕ ਇਨਸਾਨ ਦੇ ਅੰਦਰ ਜੀ ਮਾੜਾ ਵੀ ਉਹੀ ਹੈ ਤੇ ਚੰਗਾ ਵੀ ਉਹੀ ਹੈ ਜੀ ਹੂੰ ਹੂੰ ਇਹ ਉਹਦਾ ਮਾੜਾ ਕੰਮ ਕਰਨ ਨੂੰ ਕਰਨਾ ਉਹਨੇ ਕਰ ਲੈਣਾ ਕਈ ਸਿੱਧੇ ਤਰੀਕੇ ਨਾਲ ਕਰ ਲੈਂਦੇ ਕਿ ਪੜਦੇ ਨਾਲ ਕਰ ਲੈਂਦੇ ਆ ਜੀ ਜਿਹੜੇ ਹੈਗੇ ਉਹ ਤਾਂ ਹੈਗੇ ਆ ਜੀ ਉੱਥੇ ਦੀ ਜਿਹੜੀ ਕਮਿਊਨਿਟੀ ਆ ਉਹ ਵੀ ਇਦਾਂ ਦੀ ਹੈਗੀ ਆ ਹੂੰ ਹੂੰ ਇਹ ਗੱਲ ਆਪਾਂ ਨੂੰ ਆਪਣੇ ਵਾਲਿਆਂ ਦਾ ਪਤਾ ਹੁੰਦਾ ਆਪਾਂ ਭੇਤੀ ਹੁੰਨੇ ਤਾਂ ਕਰਕੇ ਆਪਾਂ ਆਪਣੇ ਵਾਲਿਆਂ ਨੂੰ ਬਲੇਮ ਦੇ ਦਿੰਨੇ ਆ ਜੀ ਬਸ ਇੰਨੀ ਹੈ ਜੀ ਫਰਕ ਸੋ ਸ਼ਾਇਦ ਜਿਹੜੀ ਇੱਕ ਨਵੀਂ ਜਨਰੇਸ਼ਨ ਸਾਡੇ ਜਾ ਰਹੀ ਉਹ ਦੋ ਪੂੜਾਂ ਦੇ ਵਿੱਚ ਇਕ ਤੇ ਇੱਥੇ ਬੈਠ ਕੇ ਲੋਕ ਜਿਹੜੇ ਖੁਦ ਨਹੀਂ ਜਾ ਪਾ ਰਹੇ ਉਹਨਾਂ ਨੂੰ ਵੀ ਜੈਲਸ ਹੁੰਦੇ ਆ ਕਿ ਇਹ ਕਿਉਂ ਚਲਾ ਗਿਆ ਹੈ ਨਾ ਤੇ ਉੱਥੇ ਜੋ ਵੀ ਫਿਰ ਉਹਦੀ ਵੀਡੀਓ ਵਗੈਰਾ ਕਿਤੇ ਆ ਜਾਂਦੀ ਹੈ ਤਾਂ ਉਹਨੂੰ ਉਸ ਉਸ ਗੁੱਸੇ ਨਾਲ ਹੀ ਲਿਆ ਜਾਂਦਾ ਹੈ ਨਾ ਉਸ ਗਿੜ ਨਾਲ ਜਿਹੜੀ ਉੱਥੇ ਪੁਰਾਣੀ ਪੀੜ੍ਹੀ ਬੈਠੀ ਉਹ ਵੀ ਐਕਪਟ ਕਰਨ ਲਈ ਬਹੁਤਾ ਤਿਆਰ ਨਹੀਂ ਹੁੰਦੀ ਇੱਕ ਚੀਜ਼ ਹੋਰ ਕਹੀ ਜਾਂਦੀ ਆ ਆਮ ਤੌਰ ਤੇ ਕਿ ਸਾਡੇ ਜਿਹੜੇ ਅੰਗਰੇਜ਼ ਨੇ ਜਾਂ ਗ ਉਹ ਲੋਕ ਸਾਡਾ ਨਾ ਕੱਟ ਧੋਖਾ ਕਰਦੇ ਨੇ ਧੋਖਾ ਜਦੋਂ ਵੀ ਕਰਦੇ ਨੇ ਤਾਂ ਸਾਡੇ ਆਪਣੇ ਲੋਕ ਕਰਦੇ ਨੇ ਇਹ ਚ ਕਿਨੇ ਸੱਚ ਹੈ ਪੀਤੇ ਵਾਲੀ ਗੱਲ ਹੋ ਜਾਂਦੀ ਹੈ ਜੀ ਕਰਦੇ ਵੀ ਨਹੀਂ ਆਪਣੇ ਕਰਦੇ ਵੀ ਨਹੀਂ ਤੇ ਚੱਲਦਾ ਜੀ ਇਹ ਫਿਰ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਵਾਲੇ ਕਾਨੂੰਨੀ ਦਾਅਵੇ ਪੈ ਜਾਂਦੇ ਆ ਵੀ ਇਹਨੇ ਮੇਰੇ ਪੈਸੇ ਦੱਬੇ ਜਾਣੇ ਮੇਰਾ ਇਹ ਕੀਤਾ ਉਹ ਫਿਰ ਲਾਈਨ ਤੇ ਵੀ ਆ ਜਾਂਦੇ ਆ ਹੂੰ ਹੂੰ ਕਿਉਂਕਿ ਉੱਥੇ ਰੈਕਡ ਬੜਾ ਚੰਗਾ ਜੀ ਬਣਾਉਣਾ ਪੈਂਦਾ ਜੇ ਤੁਹਾਡਾ ਰੈਕਡ ਮਾਰਾ ਹੋ ਗਿਆ ਤਾਂ ਤੁਸੀਂ ਗਏ ਆਪਾਂ ਕੁਝ ਨਹੀਂ ਲੈ ਸਕਦੇ ਕੁਝ ਨਹੀਂ ਕਰ ਸਕਦੇ ਸੇ ਤਾਂ ਸਿੱਧੇ ਟ੍ਰਕਿੰਗ ਕਰ ਦਿੱਤਾ ਸਭ ਤੋਂ ਪਹਿਲੀ ਜਿਹੜੀ ਚੀਜ਼ ਸਾਨੂੰ ਤੁਹਾਨੂੰ ਜਾ ਕੇ ਔਖੀ ਲੱਗੀ ਸੀ ਉਹ ਕੀ ਸੀ ਕੈਨੇਡਾ ਦੇ ਵਿੱਚ ਔਖੀ ਜੀ ਸਨੋ ਬੜੀ ਪੈਂਦੀ ਹੈ ਉੱਥੇ ਹਮਮ ਤੇ ਸਨੋ ਜੀ ਆਉਣਾ ਜਾਣਾ ਮਾਈਨਸ 40 40 50 50 ਟੈਂਪਰੇਚਰ ਹੋ ਜਾਂਦਾ ਜੀ ਥੋੜਾ ਟਾਈਮ ਵੀ ਬੰਦਾ ਬਾਹਰ ਰਹਿ ਗਿਆ ਤਾਂ ਫ੍ਰੀਜ਼ ਹੋ ਕੇ ਮੋਤਾਂ ਵੀ ਹੋ ਜਾਂਦੀਆਂ ਹਮਮ ਪਰ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਗਿਆ ਇਹੀ ਸਭ ਤੋਂ ਔਖੀ ਚੀਜ਼ ਆ ਜੀ ਤੇ ਹੁਣ ਹਾਈਵੇ ਤੇ ਹੁੰਨੇ ਹਾਈਵੇ ਕਈ ਵਾਰੀ ਸਟਕ ਹੋ ਜਾਂਦਾ ਹਮ ਉਸੇ ਦਈਆਂ ਜੀ ਬਾਕੀ ਲਾਈਫ ਮੇਰੇ ਸਾਬ ਨਾਲ ਉੱਥੇ ਦੀ ਇੱਥੇ ਨਾਲੋਂ ਬਹੁਤ ਜ਼ਿਆਦਾ ਫਰਕ ਆ ਤੇ ਚੰਗੀ ਹੈ ਜੀ ਜੀ ਅੱਛਾ ਮਤਲਬ ਚੰਗੀ ਚੀਜ਼ ਕਿਹੜੀ ਸੀ ਜਿਹੜੀ ਤੁਹਾਨੂੰ ਇੱਥੇ ਬੈਠ ਕੇ ਪਹਿਲਾਂ ਵੀ ਖਚਦੇ ਸੀ ਕੈਨੇਡਾ ਦੇ ਤੇ ਉੱਥੇ ਜਾ ਕੇ ਫਿਰ ਤੁਸੀਂ ਉਸ ਨੂੰ ਮਾਣਿਆ ਮਤਲਬ ਰੱਜ ਕੇ ਆਹੀ ਹੈ ਜੀ ਫੂਡ ਚ ਮਲਾਵਟ ਨਹੀਂ ਹਵਾ ਪਾਣੀ ਚੰਗਾ ਹੈ ਉੱਥੇ ਹਜੇ ਵੀ ਆਪਣੇ ਲੈਕਾਂ ਦਾ ਪਾਣੀ ਬੋਤਲਾਂ ਚ ਪਰਕੇ ਮਿਲਦਾ ਹਮ ਇੱਥੇ ਹੁਣ ਪਾਣੀ ਆਪਣਾ ਹੈ ਹੀ ਨਹੀਂ ਜੀ ਇਹ ਚੱਕਰ ਬਾਕੀ ਇਹ ਚੱਕਰ ਜਿਹੜੇ ਇਹ ਚੀਜ਼ਾਂ ਹੈਗੀਆਂ ਇਹ ਕੰਟਰੀ ਹੈਗੀਆਂ ਕੋਈ ਵੀ ਉਹ ਬੰਦੇ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਉਹਦਾ ਬਹੁਤ ਯੋਗਦਾਨ ਪਾਉਂਦੀਆਂ ਨੇ ਇੱਥੇ ਰਹਿ ਕੇ ਹੁਣ ਮੇਰੇ ਵਰਗੇ ਨੂੰ ਚੰਗੀ ਜੌਬ ਨਹੀਂ ਮਿਲਣੀ ਤਾਂ ਮੈਂ ਕੁਛ ਨਾ ਕੁਛ ਕੀ ਕਰੂੰਗਾ ਜੀ ਇੱਥੇ ਵੀ ਜਿਹੜੀਆਂ ਚੋਰੀਆਂ ਠੱਗੀਆਂ ਦਕੈਤੀਆਂ ਦਾ ਮੇਨ ਕਾਰਨ ਵੀ ਇਹੀ ਬਣ ਰਿਹਾ ਜੀ ਹੂੰ ਜੇ ਕਿਸੇ ਬੰਦੇ ਕੋਲੇ ਆਪਦੀ ਜੇਬ ਚ ਆਪਦੇ ਪੈਸੇ ਹੁਣ ਖਰਚਣ ਜੋਗੇ ਤਾਂ ਉਹ ਇਸ ਪਾਸੇ ਨੂੰ ਨਾ ਜਾਵੇ ਜੀ ਪਰ ਨਹੀਂ ਮਤਲਬ ਇਸ ਨੂੰ ਵੀ ਕਿੱਦਾਂ ਕਰੋ ਅੱਜ ਕੱਲ ਪਰਸ ਇੱਕ ਮੈਂ ਖਬਰ ਪੜਿਆ ਸੀ ਕਿ ਇੱਕ ਸਕੂਲ ਅਧਿਆਪਕ ਦਾ ਪਰਸ ਚੈਪਟਰ ਲਿਆ ਤੇ ਛਪਟਣ ਵਾਲਾ ਪਟਵਾਰੀ ਸੀ ਉਹ ਤਾਂ ਬੰਦਈ ਮਾੜਾ ਹੋ ਗਿਆ ਨਾ ਜੀ ਇਹ ਤਾਂ ਹੁਣ ਦੇਖਣਾ ਪੈਣਾ ਕਿ ਇਹ ਲੋੜਾਂ ਨੇ ਆਪਦੇ ਖਰਚੇ ਕਿੰਨੇ ਵਧਾਇਆ ਜੀ ਤੇ ਇਹ ਇੱਕ ਮੈਂ ਗੱਲ ਹੋਰ ਕਹਿਣੀ ਚਾਹੂੰਗਾ ਜੀ ਇੱਥੇ ਇਹ ਖਰਚੇ ਤਾਂ ਮੇਰੇ ਘਰ ਯਾਦ ਆ ਗਈ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਬਾਈ ਰੋਡ ਜਾਈ ਸੀ ਇੱਧਰ ਨੂੰ ਉੱਥੋਂ ਦੇ ਲੋਕਾਂ ਦਾ ਪਹਿਰਾਵਾ ਤੇ ਲਾਈਫ ਸਟਾਈਲ ਬਹੁਤ ਸੋਖਾ ਹੈ ਜੀ ਪੰਜਾਬ ਨੂੰ ਛੱਡ ਕੇ ਹੂੰ ਪੰਜਾਬ ਵਾਲੇ ਆਪਣੇ ਥੋੜੇ ਜਿ ਆਵਾ ਖੋਰੀ ਚ ਲਾ ਲੋ ਜਾਂ ਵੀ ਕੰਪੀਟੀਸ਼ਨ ਗਮਾਂਡੀਆਂ ਨਾਲ ਜਾਂ ਆਪਣੇ ਘਰਦਿਆਂ ਨਾਲ ਹੀ ਕਰਕੇ ਆਪਣੇ ਆਪ ਨੂੰ ਘਰਫੂਕ ਤਮਾਸ਼ਾ ਦੇਖਣ ਦਾ ਕੰਮ ਕਰਦੇ ਆ ਉਹ ਬਹੁਤ ਸੌਖਾ ਤੇ ਸਰਲ ਬਣਾਇਆ ਹੋਇਆ ਉਹਨਾਂ ਨੇ ਜੀ ਅਸੀਂ ਹਿਮਾਚਲ ਦੇ ਵਿੱਚ ਇੱਕ ਵਿਆਹ ਤੱਕ ਵੀ ਦੇਖਿਆ ਜਮਾਈ ਸਿੰਪਲ ਉਹ ਵੀ ਤਾਂ ਹੋ ਹੀ ਗਿਆ ਨਾ ਜੀ ਇੱਥੇ 40-45 ਲੱਖ ਲਾ ਕੇ ਵੀ ਉਹੀ ਕੁਝ ਹੋਣਾ ਜਿਹੜਾ ਕੁਝ ਉਹਨਾਂ ਨੇ ਕਰ ਲਿਆ ਹਮ ਹਮ ਆਪਣੇ ਕਲੇਸ ਵੀ ਵਧਣਾ ਅਗਲੇ ਨੇ ਜਾਣ ਲੱਗੇ ਨੇ ਫਿਰ ਵੀ ਕਹਿਣਾ ਵੀ ਤੇਰੇ ਯਾਰ ਆ ਮੱਛੀ ਜਾਂ ਪਨੀਰ ਵਾਲੇ ਪਕੌੜਿਆਂ 'ਚ ਤੇਲ ਜ਼ਿਆਦਾ ਸੀ ਹਮ ਹਮ ਉਹਨਾਂ ਨੇ ਐਂਸੈਂਪਲ ਤਰੀਕੇ ਨਾਲ ਸਾਰੀ ਗੱਲ ਕਰ ਲਈ। ਉਹਨਾਂ ਦੀ ਜਿਹੜੀ ਹੈਗੀ ਹੈ ਜੀ ਇਹ ਡਿਵੋਰਸ ਰੇਸ਼ੋ ਕਿੰਨੀ ਘਟਾ ਆਪਣੇ ਆਦੇ ਕਿੰਨੀ ਹੈ। ਹੂੰ। ਉਹਨਾਂ ਦੇ ਬਿਆਹਾਂ 'ਚ ਕਿੰਨੀਆਂ ਲੜਾਈਆਂ ਹੁੰਦੀਆਂ ਆਪਣੇ ਆਲੇ 'ਚ ਕਿੰਨੀਆਂ ਹੁੰਦੀਆਂ। ਤੇ ਉਹ ਇਹ ਹੁਣ ਪਟਵਾਰੀ ਦੀ ਕੈਟਾਗਰੀ ਤੁਸੀਂ ਸਮਝ ਹੀ ਗਏ ਨਾ ਜਿੱਦਾਂ ਜੀ ਹੁਣ ਇਹ ਬਿਲਕੁਲ ਖਰਚਿਆਂ ਤੇ ਸਾਰੀ ਗੱਲ ਖੜੀ ਹੈ। ਹੂੰ ਹੂੰ। ਅੱਛਾ ਹਰ ਪਿੱਤੇ ਦੱਸੋ ਕਿ ਅਗਰ ਬੰਦੇ ਨੇ ਉੱਥੇ ਜਾ ਕੇ ਸਿੰਗਰ ਬਣਨਾ ਤੁਸੀਂ ਹੁਣ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉੱਥੇ ਰਹਿ ਕੇ ਜਦੋਂ ਮੈਂ ਸ਼ੁਰੂਤ ਵਿੱਚ ਕੋਸ਼ਿਸ਼ ਸਿੰਗਰਾਂ ਦਾ ਜੇਕਰ ਕੀਤਾ ਕਰੂੰ ਲੱਗਿਆ ਕਿ ਨਹੀਂ ਭਾਰਤ ਵਿੱਚ ਆ ਕੇ ਜਿਆਦਾ ਵਧੀਆ ਤਰੀਕੇ ਨਾਲ ਬਣਿਆ ਜਾ ਸਕਦਾ ਉੱਥੇ ਸ਼ਾਇਦ ਉਸ ਤਰ੍ਹਾਂ ਨਹੀਂ ਬਣਿਆ ਜਾ ਸਕਦਾ ਉੱਥੇ ਸਿਰਫ ਆਪਣਾ ਸ਼ੌਕ ਪੂਰਾ ਕੀਤਾ ਜਾ ਸਕਦਾ ਪ੍ਰੋਫੈਸ਼ਨਲੀ ਬਹੁਤ ਜ਼ਿਆਦਾ ਨਹੀਂ ਕੀਤਾ ਜਾ ਸਕਦਾ ਤਾਂ ਇਹ ਤੁਹਾਨੂੰ ਲੱਗਦਾ ਤੁਸੀਂ ਕੋਈ ਇਸ ਤੇ ਸਟੱਡੀ ਕੀਤੀ ਦੇਖਿਆ ਆਸ-ਪਾਸ ਕਿ ਹਾਂ ਕੀ ਸਕੋਪ ਹੈ ਤੇ ਉਹੀ ਹੈ ਜੀ ਪੀਓ ਜਿਹੜੀਆਂ ਕੰਟਰੀਆਂ ਸੁਪਨੇ ਪੂਰੇ ਕਰਨ ਤੇ ਤੁਹਾਡੇ ਯੋਗਦਾਨ ਦਿੰਦੀਆਂ ਬਹੁਤ ਜ਼ਿਆਦਾ ਐਨਾ ਜ਼ਿਆਦਾ ਸਹਯੋਗ ਦਿੰਦੀਆਂ ਤੁਸੀਂ ਪੈਸੇ ਕਮਾ ਸਕਦੇ ਹੋ ਜੀ ਉਹਨੂੰ ਇੱਥੇ ਆ ਕੇ ਲਾ ਸਕਦੇ ਹਾਂ ਇੱਥੇ ਦੇ ਪੈਸੇ ਕਮਾਏ ਹੋਏ ਬੰਦਾ ਇੱਥੇ ਨਹੀਂ ਲਾ ਸਕਦਾ ਹੁਣ ਇੱਕ ਬੰਦਾ ਮਿਊਜ਼ਿਕ ਵਾਲਾ ਕਹਿੰਦਾ ਜੀ ਮੈਨੂੰ ਤੁਸੀਂ 2 ਲੱਖ ਰੁਪਈਆ ਦਿਓ ਜਾਂ 1.5 ਦੋ ਜਾਂ ਲੱਖ ਵੀ ਦਿਓ ਹੁਣ ਇੱਕ ਆਮ ਬੰਦਾ ਕੰਮ ਕਰਨ ਵਾਲਾ ਜਿਹਦੀ ਵੀ 50000 ਤਨਖਾਹ ਹੋਣੀ ਹੈ ਉਹ ਤਾਂ ਚਲੋ ਕਿਸੇ ਨਾ ਕਿਸੇ ਤਰੀਕੇ ਕਰ ਵੀ ਲਊਗਾ ਹੁਣ ਜਿਹੜਾ ਮਾਤਰ 20000 ਲਊ ਕਿੱਥੋਂ ਕਰੂਗਾ ਜੀ ਉਹ ਉਹ ਆਪਦੇ ਖਰਚੇ ਵੀ ਆ ਉਹਦੇ ਆ ਫੋਨਾਂ ਦੇ ਅੱਛਾ ਇਹ ਗਾਣਾ ਤੁਸੀਂ ਕਿੱਥੇ ਕੀਤਾ ਫਿਰ ਇੱਥੇ ਬਣਾ ਕੇ ਉੱਥੇ ਬਣਾਇਆ ਸੀ ਇਹ ਗਾਣਾ ਜੀ ਦੋ ਪਾਰਟਾਂ ਚ ਬਣਿਆ ਜੀ ਜਿਹੜਾ ਇੱਥੇ ਦਾ ਪਾਰਟ ਹੈ ਜੀ ਕਲੱਗ ਬਣਿਆ ਉੱਥੇ ਦਾ ਪਾਰਟ ਅਸੀਂ ਵੈਨਕੂਵਰ ਸਰੀ ਅੱਛਾ ਚਲੋ ਤਾਂ ਫਿਲਮਾਂਕਨ ਦੀ ਗੱਲ ਹੋਏਗੀ ਹਾਂ ਜੀ ਬਾਕੀ ਜਿਹੜੀਆਂ ਚੀਜ਼ਾਂ ਨੇ ਮਿਊਜ਼ਿਕ ਹੋਰ ਸਭ ਚੀਜ਼ਾਂ ਮਿਊਜ਼ਿਕ ਅਨੂਮਨੂ ਭਾਈ ਜੀ ਨੇ ਕੀਤਾ ਜੀ ਜੀ ਤੇ ਹੁਣ ਉਹ ਵੈਨਕੂਵਰ ਹੀ ਰਹਿੰਦੇ ਆ ਉਹ ਸੌਰੀ ਸਰੀ ਰਹਿੰਦੇ ਆ ਪਹਿਲਾਂ ਉਹ ਇੱਥੇ ਚੰਡੀਗੜ੍ਹ ਸੀ ਹਮ ਹਮ ਤੇ ਸੰਯੋਗ ਮੇਰਾ ਰਾਜ ਕਾਕੜੇ ਵੀਰ ਨੇ ਦਿੱਤਾ ਜੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਜੇ ਉਹ ਮੇਰੀ ਹੈਲਪ ਨਾ ਕਰਦੇ ਗਾਣਾ ਹੀ ਨਹੀਂ ਸੀ ਬਣਨਾ ਹਮ ਤੇ ਇੱਕ ਮੁੰਡਾ ਪ੍ਰੀਤਪੁਰਬਾ ਹੈਗਾ ਜੀ ਇੱਥੇ ਕੋਟਕਪੂਰੇ ਤੋਂ ਜੀ ਉਹ ਉਹ ਬਿਨੀ ਬਗਰਨ ਦਾ ਇੱਕ ਜਵਾਰ ਪੱਡਾ ਉਹ ਵੀ ਕੋਟਕਪੂਰੇ ਦੇ ਨੇ ਉਹਨਾਂ ਨੇ ਸਾਰਿਆਂ ਨੇ ਮੇਰਾ ਸਹਿਯੋਗ ਦਿੱਤਾ 뮤ਜ਼ਿਕ ਹੁਣ ਇੱਥੇ ਸਮਝ ਲਓ ਜਾ ਉੱਥੇ ਸਮਝ ਲਓ ਹੁਣ ਬਾਈ ਜੀ ਉੱਥੇ ਨੇ ਪਹਿਲਾਂ ਬਾਈ ਜੀ ਇੱਥੇ ਸੀ ਜੀ ਤੇ ਵੀਡੀਓ ਵਾਲੇ ਮੁੰਡੇ ਜਿਹੜੇ ਅੱਧਾ ਇੱਥੇ ਬਣਾਇਆ ਜੀ ਵਾਲੇ ਕੋਲੇ ਹੂੰ ਪਿੰਡ ਹੈ ਜੀ ਤੇ ਬਾਕੀ ਉੱਥੇ ਬਣਾਇਆ ਜੀ ਸਾਰਾ ਵੀਡੀਓ ਕਹਿੰਦੇ ਨੇ ਬਹੁਤ ਕਰਝੀਲਾ ਹੋ ਗਿਆ ਸਾਰੀਆਂ ਚੀਜ਼ਾਂ ਕਰਝੀਲੀ ਹੋ ਗਈਆਂ ਉਹ ਨੰਬਰ ਸੰਗੀਤਕਾਰਾਂ ਨੂੰ ਤੋਂ ਸੰਗੀਤਕ ਰੋਣਾ ਵੀ ਕੋਈ ਖਾਲਾ ਜਿਦਾ ਵਾੜਾ ਨਹੀਂ ਹੈ ਲੇਕਿਨ ਮਿਊਜ਼ ਜਿਹੜਾ ਵੀਡੀਓ ਹੈ ਕਹਿੰਦੇ ਮਤਲਬ ਪੁਰਾਣੇ ਜ਼ਮਾਨੇ ਚ ਜਿੰਨੇ ਕਿ ਦੀ ਫਿਲਮ ਬਣ ਜਾਂਦੀ ਸੀ ਉਹਨਿਕਾ ਗੀਤ ਦਾ ਵੀਡੀਓ ਅਗਰ ਸੇ ਬਹੁਤ ਵਧੀਆ ਬਣਾਉਣਾ ਤਾਂ ਬਣਦਾ ਕਿਸ ਤਰ੍ਹਾਂ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਕਿਹੜੀਆਂ ਤੁਸ਼ਵਾਰੀਆਂ ਚੋਂ ਗੁਜ਼ਰਨਾ ਪਿਆ ਫਿਰ ਤੋਂ ਇਹ ਗਾਣਾ ਰਿਲੀਜ਼ ਕਰਨ ਤੱਕ ਤੁਸ਼ਵਾਰੀਆਂ ਤਾਂ ਇਦਾਂ ਜੀ ਹੁਣ ਕੰਪਨੀ ਵਾਲਿਆਂ ਨੇ ਜਿਹੜੇ ਉਹ ਆਪਦੇ ਹਿਸਾਬ ਨਾਲ ਗੱਲ ਕਰਦੇ ਆ ਜੀ ਤੇ ਹੁਣ ਮੇਰੇ ਵਰਗੇ ਪੈਸੇ ਖਰਚ ਕੇ ਆਪਦੇ ਹਿਸਾਬ ਨਾਲ ਗੱਲ ਕਰੂਗਾ ਹਮਮ ਔਰ ਹੁਣ ਜਿਹੜੇ ਜਿਹੜੀ ਲਾਈਨ ਹੈ ਜੇ ਮੈਂ ਜਿੱਥੇ ਤੱਕ ਦੇਖ ਰਿਹਾ ਹਾਂ ਉਲਟ ਜੀ ਹੋ ਗਈ ਜੀ ਚੇਂਜ ਹੋ ਗਈ ਮੈਂ ਹੁਣ ਕਈਆਂ ਦੀਆਂ ਪੁਰਾਣੀਆਂ ਦੇ ਇੰਟਰਵਿਊ ਸੁਣੀਆਂ ਉਹ ਕਹਿੰਦੇ ਵੀ ਸਾਨੂੰ ਕੰਪਨੀ ਹਾਇਰ ਕਰਕੇ ਲੈ ਕੇ ਜਾਂਦੀ ਸੀ ਐਚਐਮਪੀ ਜਾਂ ਫਾਈਨਟੋਨ ਵਰਗੇ ਅੱਜ ਤੱਕ ਪੈਸੇ ਮਿਲਦੇ ਨੇ ਅੱਜ ਤੱਕ ਉਹਨਾਂ ਨੇ ਹਾਂ ਉਹਨਾਂ ਨੂੰ ਉਹ ਰਾਈਟਸ ਹੈਗੇ ਜੀ ਕੰਪਨੀਆਂ ਲੈ ਜਾਂਦੀਆਂ ਸੀ ਤੇ ਉਹ ਸਿੰਗਰ ਤੇ ਪੈਸੇ ਲਾ ਕੇ ਸਾਰਾ ਕੁਝ ਆਪ ਹੀ ਬਣਾਉਂਦੀਆਂ ਸੀ ਹਮਮ ਅੱਜ ਕੱਲ ਬੰਦਾ ਜਿਹੜਾ ਸਿੰਗਰ ਮੇਰੇ ਵਰਗਾ ਗਾਉਣਾ ਵੀ ਥੋੜਾ ਜਿਹਾ ਘੱਟ ਆਉਂਦਾ ਜੀ ਮਣਾ ਮੋਡਾ ਨਾ ਗਾਣਾ ਬਣਾ ਲਿਆ ਉੱਥੇ ਪੈਸੇ ਕਮਾਏ ਹੋਇਆ ਉੱਥੇ ਤੇ ਲਾ ਲੂ ਕੇ ਇੱਥੇ ਵੱਡਾ ਬਣਾ ਕੇ ਉੱਤੇ ਤੇ ਕਹਿੰਦਾ ਵੀ ਮੈਂ ਟੀਵੀ ਤੇ ਵੀ ਆਉਣਾ ਹੂੰ ਫਿਰ ਪੱਲਿਓ ਹੀ ਪੈਸੇ ਲਾ ਕੇ ਕੰਪਨੀ ਨੂੰ ਕਹਿਣਾ ਵੀ ਆ ਚੱਕ ਭਾਈ ਪਹਿਲਾਂ ਵਾਲੇ ਕੰਪਨੀ ਨੂੰ ਕਹਿੰਦੇ ਸੀ ਤੂੰ ਦੇ ਹੂੰ ਹੁਣ ਇਹ ਕੰਪਨੀ ਕਹਿੰਦੀ ਵੀ ਤੂੰ ਦੱਸ ਕਿੰਨੇ ਦੇਣਾ ਹੋਰ ਉਹ ਦੇਣੇ ਪੈਂਦੇ ਆ ਜੀ ਕੋਈ ਕੰਪਨੀ ਹੱਥ ਪਾਉਂਦੀ ਨਹੀਂ ਜਦੋਂ ਤੁਹਾਡੇ ਚਲੋ ਚੱਲ ਗਿਆ ਠਕ ਠਕਾ ਫਿਰ ਉਹ ਤਾਂ ਚਲੋ ਗੱਲ ਐ ਤਾਂ ਹੋ ਜਾਂਦੀ ਆ ਜੀ अच्छा अतो दे. से जिक्र ਕੀਤਾ ਹੁਣੇ ਕਿ ਗਾਣਾ ਚਲੋ ਬੰਦਾ ਬਣਾ ਲੂਗਾ ਔਖਾ ਔਖਾ ਬਣਾ ਲੂਗਾ ਚਾਰ ਦੋਸਤ ਵੀ ਹੈਲਪ ਕਰਨ ਦੇਣ ਕਰ ਦਿੰਦੇ ਲੇਕਿਨ ਉਸ ਗਾਣੇ ਨੂੰ ਪ੍ਰਮੋਟ ਕਰਨ ਲਈ ਜੋ ਐਡਵਰਟਾਈਜ਼ਮੈਂਟ ਤੇ ਇਨਾ ਭਾਰੇ ਭਰ ਖਰਚਾ ਹੁੰਦਾ ਮਤਲਬ ਕਈ ਗਾਣੇ ਜਿੰਨਾ ਹੋ ਜਾਂਦਾ ਔਰ ਉਸੇ ਦੇਖੇ ਕਿ ਗਾਣਾ ਇੱਥੇ ਜਿੰਨੇ ਦਿਨ ਤੁਹਾਡਾ ਗਾਣਾ ਟੀਵੀ ਸਕਰੀਨ ਤੇ ਓਨੇ ਦਿਨ ਹੀ ਤੁਹਾਡਾ ਗਾਣਾ ਹੈ ਅਦਰਵਾਈਜ਼ ਲੋਕ ਭੁੱਲ ਭਲਾ ਜਾਂਦੇ ਨੇ ਕਿਉਂਕਿ ਗਾਣੇ ਕਿਤੇ ਸਿੰਗਲ ਟਰੈਕ ਦੇ ਦੌਰ ਚ ਇੰਨੇ ਸਾਰੇ ਆ ਜਾਂਦੇ ਨੇ ਰੋਜ਼ ਨਵੇਂ ਗਾਣੇ ਆਉਂਦੇ ਨੇ ਤੇ ਕੰਮ ਥੋੜਾ ਜਿਹਾ ਇਜ਼ੀ ਵੀ ਹੋ ਗਿਆ ਹੁਣ ਪੁਰਾਣੇ ਜ਼ਮਾਨੇ ਚ ਕਿੱਦ ਦੀ ਕੰਪਨੀਆਂ ਹੁੰਦੀਆਂ ਸੀ ਤੇ ਕੰਪਨੀਆਂ ਵਾਲੇ ਜਿਹੜੇ ਮੈਨੇਜਰ ਸੀ ਉਹ ਥਰਡੀ ਨੇ ਚੜਨ ਦੱਸ ਦਿੱਤਾ ਸੀ ਪੰਜਾਬੀ ਚ ਕਹਨੇ ਆ ਉਹ ਫਿਰ ਆਪਦਾ ਟੈਸਟ ਉਸ ਤਰੀਕੇ ਨਾਲ ਲੈਂਦੇ ਸੀ ਤੇ ਹੁਣ ਮਤਲਬ ਤੁਹਾਡੇ ਕੋਲੇ ਇਜ਼ੀ ਹੈ ਨਹੀਂ ਕੋਈ ਕਰਦਾ ਤਾਂ ਖੁਦ ਹੀ ਬਣਾ ਲਓ ਗਾਣਾ ਠੀਕ ਹੈ YouTube ਤੇ ਪਾ ਦੇਣਾ ਹਾਂਜੀ ਬਾਕੀ ਗੱਲ ਇਹ ਆ ਜੀ ਦੋ ਤਰੀਕੇ ਦੇ ਕੰਮ ਨੇ ਭਾਜੀ ਕੁਝ ਕੁ ਚੀਜ਼ਾਂ ਤੁਸੀਂ ਲੋਕਾਂ ਲਈ ਕਰ ਲਿਓ ਕੁਝ ਕੁ ਚੀਜ਼ਾਂ ਤੁਸੀਂ ਆਪਣੇ ਲਈ ਕਰ ਦਿਓ ਰੋਟੀ ਆਪਣੇ ਲਈ ਖਾਦੇ ਜਾਂਦੇ ਦੂਜਿਆਂ ਲਈ ਨਹੀਂ ਉਹਨੇ ਆਪਣਾ ਟਿੰਡ ਭਰਨਾ ਜੀ ਹੁਣ ਜਿਹੜੇ ਸਾਡੇ ਗਾਣੇ ਆ ਇਹ ਜਿਹੜਾ ਗਾਣਾ ਇਹ ਮੈਂ ਸੰਤੋਸ਼ਤਾ ਵੀ ਮੈਂ ਕੀਤਾ ਆਪਣੇ ਲਈ ਕੀਤਾ ਚੰਗਾ ਫੈਮਿਲੀਅਰ Song ਆ ਜੀ ਠੀਕ ਆ ਜੀ ਹੁਣ ਚੱਕ ਲੋ ਧਰ ਲੋ ਗਾਣਾ ਕਰ ਲੈਂਦਾ ਉਹ ਮਹੀਨੇ ਚ ਬੱਲੇ ਬੱਲੇ ਹੋ ਗਈ ਮੁੜ ਕੇ ਮੈਂ ਨਾ ਟੱਬਰ 'ਚ ਬਹਿ ਕੇ ਆਪ ਸੁਣ ਸਕਾਂ ਨਾ ਕਿਸੇ ਮਿੱਤਰ ਪਰੇ ਨੂੰ ਕਹਾਂ ਵੀ ਤੂੰ ਸ਼ੇਅਰ ਕਰ ਦੇ ਕਿਹੜੇ ਮੂਨੇ ਸ਼ੇਅਰ ਕਰੇ ਹਮਮ ਠੀਕ ਆ ਜੀ ਉਹ ਆਪਦੇ ਤੌਰ ਤੇ ਅਸੀਂ ਕਰ ਲਈਦਾ ਵੀ ਜਿਹੜਾ ਲੱਗਿਆ ਕਰਿਆ ਠੀਕ ਆ ਓਕੇ ਅਸੀਂ ਆਪ ਸੰਤੋਸ਼ਤਾ ਹੁਣ ਕਈ ਬੰਦੇ ਮੇ ਪਿੱਟਦੇ ਹੋ ਜੇ ਵੀ ਦੇਖਿਆ ਚੰਗੇ ਨਾਮ ਵਰ ਵੀ ਉਹ ਕਹਿੰਦੇ ਯਾਰ ਅਸੀਂ ਜ਼ੋਰ ਵੀ ਇੰਨਾ ਲਾਤਾ ਬਣਾਇਆ ਵੀ ਲੋਕਾਂ ਲਈ ਲੋਕਾਂ ਲਈ ਨਹੀਂ ਸੁਣਿਆ ਮੈਨੂੰ ਆਪ ਨੂੰ ਪਸੰਦ ਨਹੀਂ ਜੀ ਇਹ ਇਹ ਸਮਝਣਾ ਔਖਾ ਹੈ ਕਿ ਲੋਕ ਕੀ ਚਾਹੁੰਦੇ ਨੇ ਲੋਕ ਤਾਂ ਫਿਰ ਸਤਿੰਦਰ ਸਰਤਾਜ ਵੀ ਸਾਡੇ ਕੋਲੇ ਚੱਲ ਰਹੇ ਨੇ ਹਨਾ ਜੇ ਅਸੀਂ ਇਹ ਹੀ ਕਹੀਏ ਕਿ ਲੋਕ ਚੰਗਾ ਸੁਣਦੇ ਨਹੀਂ ਤਾਂ ਸਤਿੰਦਰਤਾਜ ਕਿਦਾਂ ਚੱਲਦਾ ਹੈ ਮਤਲਬ ਹਰ ਚੀਜ਼ ਦੇ ਉਦਾਹਰਣ ਤਾਂ ਅਸੀਂ ਦੇ ਸਕਦੇ ਹਾਂ ਕੱਟ ਕੇ ਹਾਂ ਜੀ ਉਹ ਮੈਂ ਇੱਕ ਪਿੱਛੇ ਜੇ ਸੁਣਿਆ ਸੀ ਗਾਣਾ ਬੜਾ ਵਧੀਆ ਲੌਂਗ ਲਾਚੀ ਹੂੰ ਹੂੰ ਉਹ ਤਕਰੀਬਨ ਉਹਦੇ ਜਿੰਨੇ ਵਿਊ ਹੋਏ ਆ ਉਹ ਕਹਿੰਦੇ ਪਹਿਲਾ ਗਾਣਾ ਜਿਹੜਾ ਬਿਲੀਅਨ ਦੇ ਵਿੱਚ ਗਿਆ ਹੈ ਬਿਲਕੁਲ ਜੀ ਪੰਜਾਬੀ ਦਾ ਹੁਣ ਉਹ ਵੀ ਦਾ ਸਾਫ ਸੁਥਰਾ ਗਾਣਾ ਜੀ ਹਮ ਹਮ ਜੇ ਹੁਣ ਆਪਾਂ ਬਾਕੀ ਕਹਿੰਦੇ ਆ ਵੀ ਨਹੀਂ ਜੀ ਵਿੱਚ ਸ਼ਰਾਬ ਵੀ ਹੋਣੀ ਚਾਹੀਦੀ ਆ ਬੰਦੂਖਾਂ ਵੀ ਹੋਣੀਆਂ ਚਾਹੀਦੀਆਂ ਹਮ ਹਮ ਤੇ ਸਾਰਾ ਕੁਝ ਹੋਣਾ ਚਾਹੀਦਾ ਇੱਕ ਸੌਰੀ ਮੈਂ ਤੁਹਾਨੂੰ ਗੱਲ ਇੱਕ ਹੋਰ ਸੀ ਉਹ ਥੋੜਾ ਜਿਹਾ ਟੌਪਿਕ ਤੋਂ ਹਟ ਕੇ ਆ ਜੀ ਪਤਾ ਨਹੀਂ ਮੈਨੂੰ ਕਰਨੀ ਚਾਹੀਦੀ ਆ ਜਾਂ ਨਹੀਂ ਬੱ데 ਮੈਨੂੰ ਕਹਿਣਗੇ ਵੀ ਆਪ ਪਤਾ ਨਹੀਂ ਕਿੱਡਾ ਸੋਨੇ ਦਾ ਬਣਿਆ ਹੋਇਆ ਬੰਦਾ ਪਰ ਇਦਾਂ ਦੀ ਗੱਲ ਨਹੀਂ ਆਪਣੇ ਐਕਸਪੀਰੀਅੰਸ ਆਪਾਂ ਦੱਸਾਂਗੇ ਥੋੜਾ ਜਿਹਾ ਤਾਂ ਹੀ ਪਤਾ ਲੱਗਦਾ ਜੀ ਕਿਸੇ ਸਿਆਣੇ ਬੰਦੇ ਕੋਲ ਸਾਨੂੰ ਮਿਲਣ ਦਾ ਬੈਠਣ ਦਾ ਮੌਕਾ ਮਿਲਿਆ ਉਹ ਐਡਵਰਟਾਈਜ਼ ਕਰਦੇ ਹਮ ਉਹਨਾਂ ਦਾ ਗਰੁੱਪ ਐਡਵਰਟਾਈਜ਼ ਕਰਦਾ ਉਹ ਇਹ ਜ਼ਰੂਰੀ ਨਹੀਂ ਵੀ ਉਹ ਕੱਲੇ 뮤직 ਦੀ ਐਡਵਰਟਾਈਜ਼ ਕਰਦਾ ਉਹ ਹਰ ਇੱਕ ਚੀਜ਼ ਦੀ ਕਾਰਾਂ ਦੀ ਗੱਡੀਆਂ ਦੀ ਕੱਪੜੇ ਲਿੜੇ ਦੀ ਕਿਸੇ ਹੋਰ 파ੜਦੇ ਉਹਨਾਂ ਦਾ ਕੋਈ ਬਣਿਆ ਹੋਣਾ ਸਾਬਕਾ ਜੀ ਮਿਲਣ ਦਾ ਮੌਕਾ ਮਿਲਿਆ ਇਦਾਂ ਹੀ ਜਿੱਦਾਂ ਤੁਸੀਂ ਕੁਐਸਚਨ ਕੀਤਾ ਸੀ ਵੀ ਐਡਵਰਟਾਈਜ਼ ਕਰਨੀ ਕਿੰਨੀ ਕੁ ਔਖੀ ਤੇ ਕਿੰਨੀ ਕੁ ਸੌਖੀ ਉਹਨੂੰ ਕੁਐਸਚਨ ਕੀਤਾ ਗਿਆ ਵੀ ਤੁਸੀਂ ਇਹ ਚੀਜ਼ ਨੂੰ ਕਿਵੇਂ ਲੈਣੇ ਹੋ ਹੂੰ ਹੂੰ ਵੀ ਤੁਹਾਨੂੰ ਸਭ ਤੋਂ ਸੌਖੀ ਤੇ ਸਸਤੀ ਐਡਵਰਟਾਈਜ਼ ਕਿੱਥੇ ਕਰਨ ਦਾ ਮੌਕਾ ਮੈਨੂੰ ਪੁੱਛਿਆ ਵੀ ਕੋਈ ਸੁਝਾਓ ਉਹ ਨਾਰਥ ਇੰਡੀਆ ਜੀ ਆਪਣਾ ਪਾਰਟ ਪੰਜਾਬ ਹੂੰ ਉੱਥੇ ਦੇ ਕਹਿੰਦਾ ਸਿੰਗਰ ਫ੍ਰੀ ਆਫ ਕਾਸਟ ਸਾਡੀਆਂ ਗੱਡੀਆਂ ਦੀ ਤੇ ਸਾਡੇ ਕੱਪੜੇ ਲੀੜੀਆਂ ਦੀ ਨਿਵਾਸ਼ ਕਰਦੇ ਬਿਲਕੁਲ ਜ਼ੀਰੋ ਆਫ ਕਾਸਟ ਉਹਨਾਂ ਨੂੰ ਉਹਨਾਂ ਦੀ ਜਿਹੜੇ ਬ੍ਰਾਂਡ ਹੈਗੇ ਚੰਗੇ ਟੀਵੀ ਤੇ ਐਡ ਨਹੀਂ ਆਉਂਦੀ ਪਰ ਪੂਰਾ ਪੂਰਾ ਜਵਾਕਾਂ ਨੂੰ ਪਤਾ ਵੀ ਉਹ ਕੀ ਨੇ ਉਹ ਹੀ ਆਪਣੇ ਜਵਾਕਾਂ ਨਾਲ ਗੱਲ ਢੁਡਾ ਕੇ ਇੱਕ ਦੌਰ ਸੀ ਜਦੋਂ ਦੂਦਰਸ਼ਨ ਸੀ ਕੱਲਾ ਹੋਰ ਆਕਾਸ਼ਵਾਣੀ ਸੀ ਉੱਥੇ ਉਹ ਗਾਣਾ ਨਹੀਂ ਸੀ ਵੱਜਦਾ ਪ੍ਰੂਵਲ ਨਹੀਂ ਸੀ ਮਿਲਦੀ ਜਿਹਦੇ ਵਿੱਚ ਕੋਈ ਬ੍ਰਾਂਡ ਨੇਮ ਆਉਂਦਾ ਸੀ ਮਤਲਬ ਕਿ ਤੁਸੀਂ ਕਾਰ ਕਹਿ ਸਕਦੇ ਹੋ ਤੁਸੀਂ Maruti Suzuky ਵਗੈਰਾ ਵਗੈਰਾ ਕੁਝ ਨਹੀਂ ਕਹਿ ਸਕਦੇ ਠੀਕ ਹੈ ਖਬਰਾਂ ਦੇ ਵਿੱਚ ਵੀ ਥੋੜੀ ਦੇਰ ਤੱਕ ਤਾਂ ਇਹ ਹੁੰਦਾ ਸੀ ਕਿ ਸਿਰਫ ਕਾਰ ਹੀ ਕਹਿਣਾ ਹੈ ਹਾਂਜੀ ਹਾਂਜੀ ਲੇਕਿਨ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਫਿਰ ਕੰਪਨੀ ਨੂੰ ਕੀ ਲੋੜ ਹੈ ਕਿ ਪੈਸੇ ਖਰਚ ਕਰਕੇ ਮਸ਼ਹੂਰੀ ਕਰੇ ਗਾਣਾ ਚਾਹ ਰਹੀ ਹੈ ਨਾ ਤੇ ਗਾਣੇ ਚ ਆਇਆ ਸ਼ਬਦ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਰ ਛੋਟੇ ਦਿਲ ਚੁੰਗਦੇ ਮਤਲਬ ਥੋੜੀ ਜਿਹੀ ਜ਼ਰੂਰਤ ਸੁਮਾਲੇ ਬੱਚੇ ਦੇ ਮੂੰਹ ਤੇ ਹੈ ਬਿਲਕੁਲ ਜੀ ਅਸਲ ਮੈਂ ਨਾ ਕਈ ਚੀਜ਼ਾਂ ਇੱ ਜਿਨ੍ਹਾਂ ਨੂੰ ਪਤਾ ਨਹੀਂ ਵੀ ਇਹ ਚੀਜ਼ ਕਿਸ ਚੀਜ਼ ਲਈ ਆ ਤੇ ਕਿਉਂ ਬਣੀ ਆ ਹਮਮ ਮਹਿੰਗੇ ਫੋਨ ਕਾਦੇ ਲਈ ਨੇ ਮਹਿੰਗੀ ਘੜੀ ਕੀ ਮਤਲਬ ਹੈ ਦਾ ਕਿਉਂ ਮਹਿੰਗੀ ਆਏ ਕਾਤੇ ਹਮਮ ਹਰ ਇੱਕ ਚੀਜ਼ ਅਲੱਗ ਹੋਈ ਜਾਂਦੀ ਆ ਇਹ ਵੀ ਮੈਂ ਨੋਟ ਚੀਜ਼ ਉਧਰ ਮੈਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਬਾਏ ਰੋਡ ਗਏ ਦੇਖਿਆ ਲੋਕਾਂ 'ਚ ਫਰਕ ਬੜਾ ਜੀ ਬਹੁਤ ਜ਼ਿਆਦਾ ਫਰਕ ਆ ਆਪਣੇ ਹੀ ਕਰਦੇ ਆ ਹੁਣ ਉੱਥੇ ਗੋਰੇ ਵੀ ਆ ਚੰਗੇ ਵਧੀਆ ਪਾਉਂਦੇ ਆ ਸਾਰਾ ਕੁਝ ਕਰਦੇ ਕਿੱਥੇ ਆ ਪਰ ਉਹ ਸ਼ੋਅ ਆਫ ਨਹੀਂ ਕਰਦੇ ਹਮਮ ਕੋਈ ਬੰਦਾ ਖਾ ਰਿਹਾ ਕੋਈ ਬੰਦਾ ਹੰਡਾ ਰਿਹਾ ਸਿਰਫ ਆਪਣੇ ਲਈ ਕਰ ਰਿਹਾ ਇੱਥੇ ਲੱਗਦਾ ਵੀ ਆਪਾਂ ਥੋੜਾ ਜਿਹਾ ਵੀ ਉਹ ਹੀ ਕਮਾਂਡੀ ਨੂੰ ਸਾੜ ਲਈ ਅਸੀਂ ਆਪਣੇ ਲਈ ਨਹੀਂ ਕਰ ਰਹੇ ਨਾ ਦੂਸਰਾਂ ਲਈ ਅਸਲ ਵਿੱਚ ਅਸੀਂ ਬਹੁਤ ਨਿੱਜੀ ਚੀਜ਼ਾਂ ਵੀ ਦੂਸਰਾਂ ਲਈ ਕਰਦੇ ਆ ਤੇ ਅੱਛਾ ਹਰਪੀ ਤੇ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਗਾਣਾ ਕੀਤਾ ਅੱਗੇ ਇਸ ਤੋਂ ਪਹਿਲਾਂ ਕਿਸੇ ਨੇ ਜਿੱਦ ਤੁਸੀਂ ਗਾਣਾ ਦੋਸਤਾਂ ਨੂੰ ਸ਼ੇਅਰ ਕੀਤਾ ਕਿ ਆ ਗਾਣਾ ਆਪਾਂ ਕਰਨਾ ਨੇ ਕਿਸੇ ਨੇ ਸਲਾਹ ਦਿੱਤੀ ਨਹੀਂ ਕਿ ਨਹੀਂ ਯਾਰ ਹਰਪੀ ਤੇ ਕਿਦਾਂ ਦਾ ਗਾਣਾ ਇਹ ਨਹੀਂ ਚੱਲਣਾ ਕਿ ਆ ਇਦਾਂ ਦਾ ਗਾਣਾ ਕਰੋ ਜਿਹੜਾ ਚੱਲ ਰਿਹਾ ਹੈ ਕਈ ਬੰਦੇ ਨੇ ਕਿਹਾ ਜੀ ਹੁਣ ਮੈਂ ਨਾ ਨਹੀਂ ਲੈਣਾ ਚਾਹੁੰਦਾ ਨਾਮ ਪਰ ਕਈ ਬੰਦੇ ਨੇ ਕਿਹਾ ਜੀ ਕਹਿੰਦੇ ਯਾਰ ਤੂੰ ਕਮਰਸ਼ੀਅਲ ਕਰ ਹਮ ਹਮ ਪਰ ਮੈਂ ਕਮਰਸ਼ੀਅਲ ਹੋਣਾ ਹੀ ਨਹੀਂ ਚਾਹੁੰਦਾ ਜੀ ਦੇਖੋ ਹੁਣ ਮੇਰੇ ਜਵਾਕ ਜੰਮੇ ਹੋਏ ਮੇਰੇ ਸਿਰ ਤੇ ਜੁੱਤੀਆਂ ਮਾਰਨ ਕੱਲ ਨੂੰ ਦੇਖਿਓ ਨਹੀਂ ਗੱਲ ਬਣਦੀ ਹਮ ਇੱਕ ਥੋੜਾ ਜਿਹਾ ਮੈਂ ਹੁਣ ਆਉਣਾ ਗਣਾ ਜੀ ਜੀ ਉਹ ਆਪਣੇ ਕਿਸੇ ਖਾਸ ਯਾਰ ਦੋਸਤ ਨੇ ਦਬਾਅ ਪਾਇਆ ਇਹ ਇਦਾਂ ਇਦਾਂ ਕਰਕੇ ਐ ਉਹਦੇ ਵਿੱਚ ਵੀ ਪਰ ਲਬਜ਼ ਕੋਈ ਇਹੋ ਜਿਹਾ ਨਹੀਂ ਹੈ ਵੀ ਜਿਹੜਾ ਆਪਾਂ ਨੂੰ ਸ਼ਰਮਿੰਦਗੀ ਦੇਵੇ ਹਮ ਉਹ ਹੈਗਾ ਜੀ ਮਿੱਤਰਾਂ ਦੀ ਚੱਲਦੀ ਹੈ ਗੱਲ ਹਰ ਥਾਂ ਦੇ ਉੱਤੇ ਮਿੱਤਰਾਂ ਦਾ ਬੋਲਦਾ ਹੈ ਨਾਮ ਲਈ ਇੱਜ਼ਤਾਂ ਬਣਾਈਆਂ ਨਾਲੇ ਯਾਰੀਆਂ ਕਮਾਈਆਂ ਉਤੋਂ ਦਾਤ ਦੀ ਨਿਗਾਹ ਸਿੱਧੀ ਤਾਂ ਵੱਲੀਏ ਇਤਾਂ ਦਾ ਗਣਾ ਜੀ ਉਹਦੇ ਵਿੱਚ ਵੀ ਬੇਬੇ ਬਾਪੂ ਰੱਬ ਦਾ ਜ਼ਿਕਰ ਜਿਵੇਂ ਵੀ ਆਪਾਂ ਨੂੰ ਲੰਦਾ ਵੀ ਕਿਉਂ ਹੋ ਰਿਹਾ ਸਾਰਾ ਕੁਝ ਜੀ ਅਜਾ ਤੁਸੀਂ ਇੱਕ ਸਿੰਗਰ ਹੋ ਤੁਸੀਂ ਲਿਖਦੇ ਹੋ ਤਾਂ ਥੋੜਾ ਇਹ ਚੀਜ਼ ਨੂੰ ਸਮਝਦੇ ਹੋਗੇ ਕਿ ਇੱਕ ਦੌਰ ਤੱਕ ਜਿਹੜੀਆਂ ਚੀਜ਼ਾਂ ਨੂੰ ਅਸੀਂ ਸਮਾਜ ਦੇ ਲਈ ਵਰਜਿਤ ਸਮਝਦੇ ਸੀ ਜੇ ਕਿਰਨਾ ਵਾਲੀਆਂ ਚੀਜ਼ਾਂ ਸਮਝਦੇ ਸੀ ਨਾ ਵੈਲੀ ਮਤਲਬ ਕਿਰਨਾ ਵਾਲਾ ਚਾਬਦਾ ਕਿਸਨ ਵੈਲੀ ਕਹਿੰਦਾ ਉਹਦੇ ਕਾਲ ਕੱਢਣ ਵਰਗਾ ਹੁੰਦਾ ਸੀ ਨਾ ਬਿਲਕੁਲ ਔਰ ਲੇਕਿਨ ਹੁਣ ਮਤਲਬ ਸਾਡਾ 뮤직 ਪਿਛਲੇ 10 12 ਸਾਲਾਂ ਦਾ ਅਗਰ ਕੋਈ 뮤직 ਦੇ ਆਧਾਰ ਤੇ ਪੰਜਾਬ ਦਾ ਕੈਰੇਕਟਰ ਲੱਭਣਾ ਚਾਵੇ ਤੇ ਉਹ ਕਿਉਂ ਜਾ ਲੱਭੂਗਾ ਕਿ ਅਸੀਂ ਖੁਦ ਮਤਲਬ ਇਸ ਗੱਲ ਨੂੰ ਹੁੱਬ ਕੇ ਕਹਿੰਦੇ ਆ ਕਿ ਮੈਂ ਵੈਲੀ ਆ ਇਹ ਸਭ ਵਰਤਾਰਾ ਕੀ ਕਿਸ ਤਰ੍ਹਾਂ ਜਾਂ ਰਿਹਾ ਹੈ ਇਹਨਾਂ ਜੀ ਮੈਂ ਇੱਕ ਗੱਲ ਕਰਦਾ ਹੁਣਾਂ ਜਦੋਂ ਆਪਾਂ ਫੋਨ ਤੇ ਕਿਸੇ ਨੂੰ ਫੋਨ ਕਰੀਦਾ ਨਾ ਜੀ ਉਹਦੀ ਹੈਲੋ ਟੂਨ ਤੋਂ ਹੀ ਪਤਾ ਲੱਗ ਜਾਂਦਾ ਵੀ ਇੱਕ ਕਿਹੋ ਜੀ ਸ਼ਖਸੀਅਤ ਦਾ ਮਾਲਕ ਜੀ ਉਹੀ ਤੁਸੀਂ ਗੱਲ ਕਰ ਰਹੇ ਹੋ ਜੀ ਇਹ ਨਾ ਸਾਰਾ ਥਾਣਾ ਬਾਣਾ ਹੁਣ ਜੇ ਆਪਾਂ ਕਹਿ ਲਈਏ ਨਾ ਵੀ ਕੱਲਾ ਪਾਣੀ ਗੰਧਲਾ ਹੋਇਆ ਜਾਂ ਹਵਾ ਗੰਧਲੀ ਹੋਈ ਹੈ ਇਹ ਨਹੀਂ ਜੀ ਇਹ ਵੀ ਇੱਕ ਐਡਿਕਸ਼ਨ ਹੀ ਆ ਆਪਾਂ ਨੂੰ ਜਿਹੜੀ ਲੱਗੀ ਹੋਈ ਆ ਸਚਾਈ ਤੋਂ ਕੋਹਾਂ ਦੂਰ ਖੜੇ ਹੋ ਗਏ ਆਪਾਂ ਅਕੇ ਹੂੰ ਉਹ ਹੁਣ ਸਮਝ ਨਹੀਂ ਆਉਂਦੀ ਵੀ ਕਰਨਾ ਕਿਵੇਂ ਆ ਤੇ ਜਿਹੜਾ ਤਾਣਾ ਬਣਾ ਸਮੇਟਿਆ ਕਿਵੇਂ ਜਾਊਗਾ ਜੀ ਕੋਈ ਚੰਗਾ ਸਿੰਗਰ ਬੋਲੇ ਸੂਝਵਾਨ ਬੰਦਾ ਤੇ ਉਹ ਉਹਦੀ ਗੱਲ ਨਹੀਂ ਕੋਈ ਸੁਣਦਾ ਤੇ ਜੇ ਉਹ ਬੋਲੂਗਾ ਵੀ ਹੂੰ ਹੂੰ ਤਾਂ ਉਹਨੂੰ ਰੋਕਣ ਵਾਲੇ ਜੀ ਤੇ ਉਹਨੂੰ ਟੋਕਣ ਵਾਲੇ ਹਜ਼ਾਰਾਂ ਹੀ ਖੜੇ ਹੋ ਜਾਂਦੇ ਆ ਹੂੰ ਹੂੰ ਤੂੰ ਬਾਕੀ ਹੁਣ ਤੁਸੀਂ ਆਪ ਸੂਝਵਾਨ ਸਿਆਣੇ ਹੋ ਜੀ ਸਰੋਤੇ ਗੁਣੀ ਗਿਆਨੀ ਆ ਬਹੁਤ ਜ਼ਿਆਦੇ ਜੀ ਇਹਨਾਂ ਨੂੰ ਪਤਾ ਹੀ ਐ ਵੀ ਜਿਹੜੇ ਚੰਗੇ ਗਵਈਏ ਆ ਉਹ ਤਕਰੀਬਨ ਹੁਣ ਘਰੇ ਬੈਠੇ ਆ ਹੂੰ ਜਿਹੜੇ ਦਿਖਾਵੇ ਵਾਲੇ ਆ ਉਹ ਤੁਰੇ ਫਿਰਦੇ ਆ ਜੀ ਹੁਣ ਜਿਹਨੂੰ ਸੁਰਾਂ ਦਾ ਗਿਆਨ ਆ ਬੇਸ਼ੱਕ ਉਹ ਕਿਸੇ ਨਾ ਕਿਸੇ ਲਈ ਬਣਾਏ ਜਿਵੇਂ ਮੈਂ ਕਹਿੰਦਾ ਅੱਜ ਕੱਲ੍ਹ ਤਾਂ ਵੈਸੇ ਇਹ ਵੀ ਆ ਕਿ ਸਾਡੇ ਜਿਹੜੇ ਇਸ ਦੌਰ ਦੇ ਗਾਇਕ ਨੇ ਉਹ ਗਾਇਕ ਇਹਨਾਂ ਨਾਲੋਂ ਜ਼ਿਆਦਾ ਹੋਰ ਕਮ ਵਾਲੇ ਮਸ਼ਹੂਰ ਨੇ ਬਿਲਕੁਲ ਜੀ ਉਹੀ ਆ ਜੀ ਦੇਖੋ ਉਹ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਬੱਚੇ ਤੋਂ ਲੈ ਕੇ ਉਹ ਬੱਚਾ ਦੁੱਧ ਚੁੰਗਣਾ ਬਾਅਦ ਸਿੱਖਦਾ ਪਹਿਲਾਂ ਉਹਨੂੰ ਇਹ ਚੀਜ਼ਾਂ ਪਤਾ ਹੁੰਦੀਆਂ ਹੂੰ ਹੂੰ ਵੀ ਮੈਂ ਆਪਦੇ ਪਿਓ ਤੋਂ ਕੀ ਲੈਣਾ ਕਿਵੇਂ ਲੈਣਾ ਗਾਲ ਕੱਢਣੀ ਆਪਾਂ ਸਿਖਾਉਨੇ ਆ ਹੂੰ ਹੂੰ ਉਹ ਨੂੰ ਇਹ ਨਹੀਂ ਕਹਿੰਦੇ ਵੀ ਤੂੰ ਆ ਗੁਰੂ ਘਰ ਚੱਲੀ ਆਪਾਂ ਜੀ ਜੀ ਵੀ ਕਿਵੇਂ ਕਰੀਏ ਹਮਮ ਅੱਛਾ ਇੱਕ ਗੱਲ ਦੱਸੋ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਦੱਸਦੇ ਹੋ ਕਿ ਕੰਪਨੀਆਂ ਕਹਿ ਰਹੀਆਂ ਨੇ ਕਿ ਸਾਨੂੰ ਐਡਵਰਟਾਈਜ਼ਮੈਂਟ ਦੀ ਲੋੜ ਹੀ ਹੁਣ ਮਹਿਸੂਸ ਨਹੀਂ ਹੁੰਦੀ ਪੰਜਾਬ ਵਰਗੇ ਖੇਤਰਾਂ 'ਚ ਖਾਸ ਤੌਰ ਤੇ ਨਾਰਥ ਇੰਡੀਆ ਦੇ ਵਿੱਚ ਕਿਉਂਕਿ ਸਾਡੇ ਸਿੰਗਰ ਹੀ ਬਹੁਤ ਐਡ ਕਰਦੇ ਨੇ ਤੇ ਫਿਰ ਸਿੰਗਰਾਂ ਦੀ ਕੀ ਮਜਬੂਰੀ ਸੀ ਕਿ ਮੁਫਤ ਮੁਫਤੀ ਐਡ ਕਰਦੇ ਜਾਂ ਫਿਰ ਮੁਫਤ ਮੁਫਤੀ ਨਹੀਂ ਸੀ ਇਹ ਐਡ ਸ਼ੋ ਆਫ ਦਾ ਜਮਾਨਾ ਜੀ ਹਮ ਹੁਣ ਜੇ ਕੋਈ ਬੰਦਾ ਮਹਿੰਗੀ ਟੀ-ਸ਼ਰਟ ਪਾ ਕੇ ਆਊਗਾ ਤਾਂ ਲੋਕਾਂ ਨੇ ਇਹ ਗੱਲ ਕਹਿਣੀ ਹੈ ਇਹ ਮਹਿੰਗੀ ਹੈ ਹਮਮ ਪਰ ਪਹਿਲਾਂ ਉਹ ਆਪਣੇ ਆਪ ਨੂੰ ਦੱਸਦਾ ਵੀ ਇਹ ਮਹਿੰਗੀ ਹੈ ਤਾਂ ਲੋਕਾਂ ਨੂੰ ਪਤਾ ਲੱਗਦਾ ਹਮ ਠੀਕ ਹੈ ਜੀ ਗੱਲ ਹੁਣ ਹਾਲੀਵੁੱਡ ਵਾਲੇ ਲਾ ਲੋ ਹਾਲੀਵੁੱਡ ਦੀ ਤੁਸੀਂ ਮੂਵੀ ਦੇਖ ਕੇ ਦੇਖਿਓ ਕੋਈ ਰੇਅਰ ਕੋਈ ਰੇਅਰ ਟੈਗ ਵਾਲੀ ਟੀ-ਸ਼ਰਟ ਦਾ ਸ਼ਰਟ ਪਾਈ ਖੜਾ ਹੋ ਬੰਦਾ ਜੀ ਅਦਰਵਾਈਜ਼ ਨਹੀਂ ਪਾਉਂਦੇ ਉਹ ਕਿਉਂ ਪਾਉਣ ਹਮਮ ਤਕਰੀਬਨ ਹਾਲੀਵੁੱਡ ਤੇ ਬਾਲੀਵੁੱਡ ਦੀ ਦੁਨੀਆ ਨੂੰ ਮੂਵੀਆਂ ਦੇ ਵਿੱਚ ਵੱਡੀਆਂ ਮੰਨੀਆਂ ਗਈਆਂ ਨੇ ਜੀ ਕੁਲਜਾਰ ਸਾਹਿਬ ਹੁਣ ਇੱਕ ਕੁਰਤੇ ਵੀ ਹਮੇ ਪਾ ਕੇ ਅਕੜਮੀ ਜੁੱਤੀ ਪਾ ਕੇ ਬੈਠੇ ਹੁੰਦੇ ਆ ਜੀ ਕਿ ਉਹਨਾਂ ਕੋਲੇ ਇਹ ਚੀਜ਼ਾਂ ਨਹੀਂ ਜਾਂ ਉਹਨਾਂ ਨੇ ਇਹ ਚੀਜ਼ਾਂ ਕਮਾਈਆਂ ਨਹੀਂ ਔਸਕਰ ਤੱਕ ਲੈ ਕੇ ਉਹ ਬੰਦੇ ਆ ਗਏ ਜੀ ਇਹ ਗੱਲਾਂ ਜੀ ਅੱਛਾ ਅਗਲੀ ਹੁਣ ਜਿਹੜਾ ਗਾਣਾ ਆਏਗਾ ਕਿਦਾਂ ਦਾ ਹੋਏਗਾ ਤੇ ਕਦੋਂ ਆਏਗਾ ਹਜੇ ਕੋਈ ਪੱਕਾ ਨਹੀਂ ਜੀ ਕਹਿ ਸਕਦੇ ਕਿਉਂਕਿ ਹੁਣ ਅਸੀਂ ਉਹ ਮੈਂ ਜਿਹੜੀ ਗੱਲ ਕਰ ਕਮਰਸ਼ੀਅਲ ਦੇ ਨਾਲੋਂ ਥੋੜਾ ਜਿਹਾ ਪਰਿਵਾਰਕ ਟਾਈਮ ਵੀ ਸਾਰੇ ਧਾਣੇ ਬਣੇ ਕੰਮਕਾਰ ਦੇਖਣੇ ਪੈਂਦੇ ਆ ਜੀ ਗਾਣੇ ਵੈਸੇ ਆਲਮੋਸਟ ਰੈਡੀ ਨੇ ਜੀ ਇੱਕ ਗਾਣਾ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਮਿੱਤਰਾਂ ਦੇ ਚੱਲ ਦੇ ਗੱਲਰ ਥਾਂ ਦੇ ਉੱਤੇ ਇਹਦੀ ਵੀਡੀਓ ਬਣ ਚੁੱਕੀ ਹੈ ਤੇ ਐਡੀਟਿੰਗ ਲਈ ਗਈ ਹੋਈ ਆ ਜੀ ਤੇ ਇੱਕ ਹੈਗਾ ਦੀ ਟਰੱਕਾਂ ਤੇ ਆ ਬਿਨੀ ਪਿਕ ਤੋਂ ਨਿਊਯਾਰਕ ਉਹ ਜਿਹੜਾ ਗਾਣਾ ਉਹ ਰੈਡੀ ਆ ਜੀ ਉਹਦੇ ਵਿੱਚ ਰੀਅਲ ਲਾਈਫ ਰੀਅਲ ਐਗਜ਼ਿਟ ਉਹੀ ਨੇ ਜਿਹੜੇ ਬਿਨੀ ਪਿਕ ਤੋਂ ਲੈ ਕੇ ਨਿਊਯਾਰਕ ਤੱਕ ਆਉਂਦੇ ਆ ਉਹ ਹੈਗਾ ਜੀ ਪੀਟੀਆਈ ਕਰਕੇ ਮੇਤੁਰਿਆ ਯਾਰਡ ਵਿੱਚ ਮੈਨੀਫੈਸਟ ਪ੍ਰਿੰਟ ਵੀ ਕਰਾ ਲਿਆ ਟੱਪ ਕੇ ਯੂਐਸਏ ਵਾਲਾ ਬਾਰਡਰ ਬਿਲੋਂ ਨੇ ਸਿੱਧਾ I29 ਉੱਤੇ ਪਾ ਲਿਆ ਮੁੰਡੇ ਕੱਲ ਦਿਨ ਸੁੱਤੇ ਸੂਈ 75 ਉੱਤੇ ਹੁਣ ਮਾੜੀ ਮੋਟੀ ਗੱਲ ਨਹੀਂ ਉਹ ਚੱਲਦਾ ਮੁੰਡਾ ਵੀ ਨਹੀਂ ਪੈਕ ਤੋਂ ਨਿਊਯਾਰਕ ਨੂੰ ਚੱਲਦਾ ਮੁੰਡਾ ਵੀ ਨਹੀਂ ਪੈਕ ਤੋਂ ਨਿਊਯਾਰਕ ਨੂੰ ਚੱਲਦਾ ਜੀ ਅੱਛਾ ਡਰਾਈਵਰਾਂ ਦਾ ਇੱਕ ਆਪਣਾ ਤਾਣਾ ਵਾਣਾ ਹੁੰਦਾ ਹੁਣ ਤੇ ਖੈਰ ਡਰਾਈਵਰ ਪੜੇ ਲਿਖੇ ਹੋ ਗਏ ਨੇ ਹਾਂਜੀ ਹਾਂਜੀ ਪੁਰਾਣੇ ਜ਼ਮਾਨੇ ਚ ਡਰਾਈਵਰਾਂ ਵਾਲੇ ਗੀਤ ਬਿਲਕੁਲ ਅਲੱਗ ਤਰ੍ਹਾਂ ਦੇ ਗੀਤ ਮੰਨੇ ਜਾਂਦੇ ਸੀ ਕਿ ਡਰਾਈਵਰਾਂ ਵਾਲੇ ਗੀਤ ਇਹ ਨਹੀਂ ਕਿਤੇ ਤੁਸੀਂ ਚਲਾ ਲਿਆ ਹੈ ਨਾ ਉਧਰ ਹੁਣ ਤਾਂ ਬਹੁਤ ਚੀਜ਼ਾਂ ਬਦਲ ਗਈਆਂ ਕਿ ਡਰਾਈਵਰ ਹੋਣ ਦੇ ਨਾਤੇ ਹੁਣ ਤੁਸੀਂ ਹੁਣ ਕਿਵੇਂ ਮਹਿਸੂਸ ਕਰਦੇ ਹੋ ਅਸਲ ਮੈਂ ਨਾ ਉੱਥੇ ਸੁੱਖ ਸਹੂਲਤ ਜਿੰਨੀ ਡਰਾਈਵਰ ਨੂੰ ਮਿਲਦੀ ਆ ਉੰਨੀ ਕਿਸੇ ਨੂੰ ਹੈ ਨਹੀਂ ਤੁਹਾਡੇ ਕੋਲੇ ਆਪਣਾ ਟਾਈਮ ਆ ਤੁਸੀਂ ਸਟੀਅਰਿੰਗ ਤੇ ਬੈਠੇ ਹੋ ਕਰੂਜ਼ ਲੱਗਿਆ ਨਜ਼ਾਰੇ ਨਾ ਜਾ ਰਹੇ ਹੋ ਕਿਸੇ ਨੇ ਮੂਰੇ ਆਉਣਾ ਨਹੀਂ ਕਿਸੇ ਨੇ ਮੂਰੇ ਜਾਣਾ ਨਹੀਂ ਹਾਰ ਨਹੀਂ ਮਾਰਨਾ ਤੁਹਾਨੂੰ ਜੀ ਤੁਸੀਂ ਆਪਣਾ ਇੰਜੋਏ ਕਰ ਰਹੇ ਹੋ ਵੈਦਰ ਚੰਗਾ ਆਲੇ ਦਾਲਾ ਸਾਰਾ ਕੁਝ ਵਧੀਆ ਜੀ ਹਮ ਹਮ ਤੇ ਇੱਥੇ ਵਾਲੇ ਵਿਚਾਰਿਆਂ ਦਾ ਫਰਕ ਬਹੁਤ ਜ਼ਿਆਦਾ ਆ ਜੀ ਜੀ ਹੁਣ ਇੱਥੇ ਲਾਈਫ ਸਟਾਈਲ ਹੀ ਦੇਖੋ ਹੁਣ ਤਾਂ ਮੈਂ ਸਾਡੇ ਮਿੱਤਰ ਹੈਗਾ ਜੀ ਟਰਾਂਸਪੋਰਟਰ ਕਈ ਉਹ ਕਹਿੰਦੇ ਸਾਨੂੰ ਡਰਾਈਵਰ ਨਹੀਂ ਮਿਲਦੇ ਹਮ ਹਮ ਉਹਨਾਂ ਨੂੰ ਹੋਰ ਸਟੇਟ ਦੇ ਬੰਦੇ ਰੱਖਣੇ ਪੈਂਦੇ ਆ ਜੀ ਸੂਝਵਾਨ ਹੋ ਗਏ ਉਹ ਅਗਲਾ ਕਹਿੰਦਾ ਕੋਈ ਪੇਸ਼ਾ ਯਾਰ ਰੋਟੀ ਪਾਣੀ ਦੀ ਸਮੱਸਿਆ ਰਹਿੰਦੀ ਆ ਜੀ ਪੈਣ ਸੌਣ ਦੀ ਸਮੱਸਿਆ ਰਹਿੰਦੀ ਆ ਉੱਥੇ ਦੀ ਤੇ ਇੱਥੇ ਦੀ ਬਹੁਤ ਜ਼ਿਆਦਾ ਫਰਕ ਆ ਜੀ ਤੇ ਬਾਕੀ ਆਪਾਂ ਗੱਲ ਕਰਦੇ ਆ ਜੀ ਉੱਥੇ ਵਾਲੇ ਡਰਾਈਵਰਾਂ ਨੇ ਹੁਣ ਜੋ ਪੰਜਾਬ ਦੇ ਲੋਕ ਮਰਜੀ ਗਈ ਜਾਣ ਪਰ ਪੰਜਾਬ ਨੂੰ ਇੱਕ ਵਾਰੀ ਨਵਾਂ ਖੜਾ ਉੱਥੇ ਦੇ ਡਰਾਈਵਰ ਵੀਰਾਂ ਨੇ ਹੀ ਕੀਤਾ ਜਿਨ੍ਹਾਂ ਨੇ ਉਹ ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲ ਸਪੋਰਟ ਕਰਦੇ ਆ ਤੇ ਬਾਕੀ ਸਾਰੇ ਕਿਤੇ ਆਉਂਦੇ ਬਾਕੀ ਵੀ ਕਰਦੇ ਆ ਟ੍ਰੈਵਲ ਤੋਂ ਬਿਨਾ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਪੇਸ਼ ਆ ਜਾ ਮੈਂ ਨਹੀਂ ਬਾਕੀ ਵੀ ਕਰਦੇ ਆ ਪਰ ਉਹਨਾਂ ਦਾ ਜ਼ਿਆਦਾ ਯੋਗਦਾਨ ਹੁੰਦਾ ਟੂਰਨਾਮੈਂਟ ਕਰਾ ਲਓ ਉਹ ਚ ਦੇਖ ਲਓ ਕੋਈ ਸ਼ੁਰੂਆਤੀ ਤੌਰ ਤੇ ਜਿਹੜੇ ਸਾਡੇ ਪੰਜਾਬੇ ਗਏ ਸੀ ਤਾਂ ਇੱਕ ਮੇਨ ਜਿਹੜਾ ਖੇਤਾਂ ਤੋਂ ਉਹਨਾਂ ਦੇ ਜਾਂਦਾ ਉਹ ਇਸ ਡਰਾਈਵਿੰਗ ਦਾ ਬਿਲਕੁਲ ਜੀ ਤੇ ਇਹ ਦੱਸੋ ਕਿ ਜਿਹੜੇ ਹੁਣ ਲੋਕ ਜਾ ਰਹੇ ਨੇ ਉਹ ਡਰਾਈਵਿੰਗ ਜਾਂ ਤੁਹਾਡੇ ਜਿੰਨ ਚ ਨਹੀਂ ਕਦੇ ਖਿਆਲ ਆਇਆ ਕਿ ਚਲੋ ਡਰਾਈਵਿੰਗ ਕਰ ਲਈ ਕਾਫੀ ਸਾਲ ਹੁਣ ਕੁਝ ਚੇਂਜ ਕਰ ਲਈਏ ਫੋਰ ਕਰ ਲਈਏ ਨਹੀਂ ਮੈਂ ਕੰਫਰਟੇਬਲ ਹਾਂ ਜੀ ਕਿਉਂਕਿ ਜੇ ਆਪਾਂ ਜੌਬ ਕਰਦੇ ਆ ਕਿਸੇ ਕੋਲੇ ਜੀ ਪਹਿਲੀ ਗੱਲ ਉਹ ਸੁਪਰਵਾਈਜ਼ਰ ਉਹਦੇ ਹਿਸਾਬ ਨਾਲ ਤੁਹਾਨੂੰ ਕੰਮ ਕਰਨਾ ਪੈਣਾ ਦੂਜੀ ਗੱਲ ਵਰਕ ਬੋਰ ਹਾਰਡ ਕਰਨਾ ਜੀ ਸਨੋ ਇੰਨੀ ਪੈਂਦੀ ਆ ਤਕਰੀਬਨ ਕੈਨੇਡਾ ਸਾਰਾ ਹੀ ਠੰਡਾ ਜੀ ਹੂੰ ਕੁਛ ਕੇਰੀਏ ਨੇ ਉੱਥੇ ਭੀੜ ਬਹੁਤ ਜ਼ਿਆਦਾ ਆ ਜੀ ਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਜੀ ਤੇ ਟਰੱਕਿੰਗ ਦੇ ਵਿੱਚ ਤੁਸੀਂ ਇੱਕ ਵਾਰੀ ਬਹਿ ਗਏ ਮੁੜ ਕੇ ਠੀਕ ਆ ਜੀ ਤੇ ਪੈਸੇ ਵਧੀਆ ਬਣ ਜਾਂਦੇ ਆ ਅਸੇ ਕਿਨੇ ਦਿਨਾਂ ਬਾਅਦ ਟਰੱਕ ਡਰਾਈਵਰ ਘਰੇ ਮੁੜਦੇ ਨੇ ਕਈ ਤਾਂ ਜੀ ਰੋਜ਼ ਹੀ ਆ ਜਾਂਦੇ ਆ ਅੱਛਾ ਰੋਜ਼ ਛੋਟਾ ਗੇੜਾ ਹੁੰਦਾ ਰੋਜ਼ ਆਉਂਦੇ ਆ ਦਿਨ-ਦਿਨ ਕੰਮ ਕਰਦੇ ਆ ਤੇ ਰਾਤ-ਰਾਤ ਕੰਮ ਕਰਦੇ ਆ ਜੀ ਕਈ ਦੋ ਦਿਨ ਬਾਅਦ ਵੀ ਆਉਂਦੇ ਆ ਕਿ ਪੰਜ ਦਿਨ ਬਾਅਦ ਆਪਣੇ ਹੱਥ 'ਚ ਆ ਜੀ ਕੰਮ ਆਪਣੇ ਹਿਸਾਬ ਨਾਲ ਚੱਲਦਾ ਜਿਵੇਂ ਡਰਾਈਵਰ ਦਾ ਮਨ ਆ ਉਵੇਂ ਹੀ ਡਰਾਈਵਰ ਕੰਮ ਕਰਦਾ ਅੱਛਾ ਲੇਖਣ ਲਈ ਫਿਰ ਉਹ ਚਲਦਿਆਂ-ਚਲਦਿਆਂ ਜੇਨ ਚਾਹੁੰਦੇ ਜਾਂਦੇ ਨੇ ਆ ਖੂਬਸੂਤੀਆਂ ਦੇਖ ਕੇ ਬਿਲਕੁਲ ਜੀ ਬਿਲਕੁਲ ਅਜਗਲ ਚਲੋ ਰਿਕਾਰਡਿੰਗ ਦਿਸੂ ਲਈ ਤਾਂ ਕਿ ਤੁਸੀਂ ਫੋਟੋ ਕਰ ਸਕੋ ਸੁਰੂ ਸੁਰੂਦੱਚ ਨਹੀਂ ਸੀ ਪਰ ਤੁਹਾਡੇ ਦੌਰ ਚ ਤਾਂ ਆ ਗਈਆਂ ਸੀ ਹਾਂਜੀ ਹਾਂਜੀ ਤੇ ਕਦੇ ਕਦੇ ਇਸ ਤਰ੍ਹਾਂ ਵੀ ਹੁੰਦਾ ਕਿ ਜ਼ਿਹਨ ਚ ਖਿਆਲ ਆ ਰਿਹਾ ਕੋਰਡ ਵੀ ਨਹੀਂ ਕਰ ਸਕੇ ਤੇ ਚਲੋ ਬਾਅਦ ਚ ਕਰਦੇ ਆ ਤੇ ਉਹ ਤੱਕ ਕਈ ਵਾਰੀ ਨਿਕਲ ਜਾਂਦਾ ਕਿ ਬੜਾ ਪਛਤਾਵਾ ਹੁੰਦਾ ਕਿ ਕਈ ਵਾਰੀ ਹੁੰਦਾ ਕਿ ਉਹ ਹੀ ਚੀਜ਼ਾਂ ਸਭ ਤੋਂ ਖੂਬਸੂਰਤ ਹੁੰਦੀਆਂ ਨੇ ਸਾਡੇ ਜਿੰਨੇ ਨਿਕਲ ਜਾਂਦੇ ਨੇ ਬਾਅਦ ਹੁੰਦਾ ਜੀ ਬਹੁਤ ਵਾਰੀ ਕੁਝ ਕੁ ਚੀਜ਼ਾਂ ਦੀ ਚੰਗੀਆਂ ਜਿਵੇਂ ਸੋਹਣੀ ਹਵਾ ਦਾ ਬੁੱਲਾ ਆਇਆ ਬੰਦਾ ਉਹਨੂੰ ਦੁਬਾਰਾ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਪੋਸੀਬਲ ਨਹੀਂ ਹੁੰਦਾ ਜੀ ਜੀ ਅੱਛਾ ਖੁਦ ਤੁਸੀਂ ਗੀਤ ਲਿਖਦੇ ਹੋ ਜ਼ਾਹਰ ਤੁਸੀਂ ਖੁਦ ਦੇ ਗੀਤ ਗਾਓਗੇ ਵੱਡੀ ਗਿਣਤੀ ਚ ਲੇਕਿਨ ਹੋਰ ਕਿਹੜੇ ਪੰਜਾਬ ਦੇ ਐਸੇ ਗੀਤਕਾਰ ਨੇ ਜਿਨ੍ਹਾਂ ਨੂੰ ਤੁਸੀਂ ਗਾਉਣਾ ਲੋਚਦੇ ਹੋ ਫਿਲਹਾਲ ਤਾਂ ਜੀ ਮੇਰੇ ਵਾਲੀ ਮੇਤ ਹੋ ਜਾਣ ਵਧੀਆ ਇੱਕ ਇੱਛਾ ਹੁੰਦੀ ਹੈ ਕਈ ਵਾਰੀ ਕਿ ਅਸੀਂ ਜਦੋਂ ਗਾਣੇ ਸੁਣਦੇ ਹਾਂ ਤਾਂ ਸਾਡੀ ਜਗ ਸੇ ਗਾਇਕ ਬਣਨਾ ਤਾਂ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਾਂ ਫਲਾਵਾਂ ਦੇ ਤਾਂ ਮੈਂ ਗਾਣਾ ਕਦੇ ਰਿਕਾਰਡ ਕਰਾਂ ਤਾਂ ਗੱਲ ਬਣੇ ਕਿਉਂਕਿ ਉਹ ਆਇਆ ਨਾ ਜੀ ਮੇਰੇ ਟੇਸਟ ਥੋੜੇ ਜਿਹਾ ਅਲੱਗ ਨੇ ਅਲੱਗ ਟਾਈਪ ਦਾ ਮੈਂ ਤੁਹਾਨੂੰ ਇੱਕ ਦੱਸਦਾ ਵੀ ਸ਼ਾਇਦ ਤੁਹਾਨੂੰ ਵੀ ਸੁਣ ਕੇ ਉਪਰ ਆ ਜਾ ਲੱਗਣਾ ਜਿਵੇਂ ਹੁਣ ਆਪਾਂ ਪੰਜਾਬ 'ਚ ਜੰਮੇ ਪੜੇ ਜੀ ਇੱਕ ਆਪਣੇ ਪੰਜਾਬ ਦਾ ਮਾਹੌਲ ਜੀ ਤੁਸੀਂ ਐਫ ਐਮ ਨਾਮਾ ਖੋਲਿਆ ਮੰਨ ਲਓ ਹੁਣੀ ਰਾਈਟ ਵੇ ਤੇ ਤੁਸੀਂ ਆਪਣੇ ਮਿੱਤਰ ਪਿਆਰੇ ਸੰਗੀ ਸਾਥੀਆਂ ਨੂੰ ਬੁਲਾਉਂਗੇ ਵੀ ਆ ਬਈ ਤੇਰਾ ਮੈਂ ਮਿੱਠਾ ਮੂੰਹ ਕਰਦਾ ਬਿਲਕੁਲ ਉਵੇਂ ਹੀ ਮੈਂ ਦੁਕਾਨ ਖੋਲੀ ਆ ਜੀ ਹੁਣੀ ਖੋਲੀ ਆ ਹਮ ਤੇ ਮੈਂ ਮੂੰਹ ਮਿੱਠਾ ਕਰਨਾ ਉਹੀ ਟਾਣਾ ਬਣਾਣਾ ਸਾਰਾ ਕਿਦਾਂ ਉਹ ਤੇ ਗਾਣਾ ਬਣਾਇਆ ਤੇ ਮੈਂ ਸੋਲੂਸ਼ਨ ਵੇਚਦਾ ਜੀ ਉਹ ਖੋਲੀ ਆ ਦਕਾਨੇ ਅਸੀਂ ਢੰਗ ਵੇਚਦੇ ਲੋ ਤੁਸੀਂ ਖਾਓ ਖੰਡ ਜੀ ਖੋਲ ਲਿਆ ਦਕਾਨੇ ਅਸੀਂ ਟੰਗ ਵੇਚਦੇ ਲੋ ਤੁਸੀਂ ਖਾਓ ਖੰਡ ਜੀ ਅੱਜ ਖੋਲੀ ਨਵੀ ਕੀ ਕੀ ਸੌਦਾ ਰੱਖਿਆ ਸੁਣੋ ਨਾ ਪਾ ਉਹ ਡੰਡ ਜੀ ਅੱਜ ਖੋਲੀ ਨਵੀ ਕੀ ਕੀ ਸੌਦਾ ਰੱਖਿਆ ਸੁਣੋ ਨਾ ਪਾ ਉਹ ਡੰਡ ਜੀ ਉਹ ਗਜ਼ਲਾਂ ਤੇ ਗੀਤ ਮਸ਼ਹੂਰ ਸਾਡੇ ਕੋਲ ਟਟਕੇ ਤੇ ਬੋਲੀਆਂ ਸੰਦਲੀ ਜੇ ਸ਼ਬਦਾਂ ਦੇ ਨਾਲ ਜੜੀਆਂ ਜੋ ਕਿਸੇ ਵੀ ਨਾ ਖੋਲੀਆਂ ਏ ਕਿਸੇ ਵੀ ਨਾ ਖੋਲੀਆਂ ਰੋਗੀ ਨੂੰ ਦਵਾਗੇ ਅੱਖਰਾਂ ਦੀ ਮਾਲਾ ਇੱਕ ਹੋ ਜੇ ਰੋਗ ਚੰਡ ਜੀ ਖੋਲੀਆ ਦੁਕਾਨੇ ਅਸੀਂ ਢੰਗ ਵੇਚ ਦੇ ਲੋ ਤੁਸੀਂ ਖਾਓ ਖੰਡ ਜੀ ਅੱਜ ਖੋਲੀ ਨਵੀਂ ਕੀ ਕੀ ਸੌਦਾ ਰੱਖਿਆ ਸੁਣੋ ਨਾ ਆਪਾ ਓ ਡੰਡ ਜੀ ਜੀ ਇਦਾਂ ਦੇ ਗਣੇ ਆ ਜੀ ਇਹਦੇ ਵਿੱਚ ਇੱਕ ਹਸਬੰਡ ਵਾਈਫ ਦਾ ਵੀ ਜ਼ਿਕਰ ਹੈ ਹਮ ਅਮਲੀ ਦਾ ਵੀ ਜ਼ਿਕਰ ਆ ਜਾਂਦਾ ਤੇ ਟੈਕਨੋਲੋਜੀ ਦਾ ਹਮ ਮੁਗਲਾਂ ਦੇ ਵੇਲੇ ਸੀ ਕਬੂਤਰਾਂ ਦਾ ਦੌਰ ਬੰਡ ਵੇਲੇ ਡਾ ਗਿਆ ਪੇਜ਼ਰਾ ਤੋਂ ਹੌਲੀ ਹੌਲੀ ਫੋਨ ਆ ਗਏ ਜੀ ਨੈਟ ਸਾਰਾ ਹੀ ਖਾ ਗਿਆ ਅੱਜ ਕੱਲ ਆਸ਼ਕੀ ਜੀ ਆਨਲਾਈਨ ਉੱਤੇ ਪੁੱਲ ਬੈਠੇ ਝੰਡ ਜੀ ਖੋਲੀਆ ਦੁਕਾਨੇ ਅਸੀਂ ਢੰਗ ਵੇਚਦੇ ਲੋ ਤੁਸੀਂ ਖਾਓ ਖੰਡ ਜੀ ਚਲੋ ਦੁਕਾਨ ਤੁਹਾਡੀ ਖੂਬ ਚੱਲੇ ਤੁਹਾਡੇ ਲਈ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਨੇ ਅੱਛਾ ਉਹ ਲੋਕ ਕਿਹੜੇ ਨੇ ਜਿਹਨਾਂ ਨੇ ਤੁਹਾਨੂੰ ਗਾਇਕੀ ਦੀ ਲੈਨ ਚ ਅੱਗੇ ਵਧਣ ਲਈ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਮਦਰ ਜਿਹੜੇ ਨਾਂ ਹੁੰਦੇ ਸ਼ਾਇਦ ਤੁਸੀਂ ਨਾਂ ਬਣਦੇ ਗਏ ਹਾਂਜੀ ਉਹੀ ਮੇਰੇ ਵੱਡੇ ਭਰਾ ਅਵਤਾਰ ਸਿੰਘ ਗਰੇਵਾਲ ਜੀ ਤੇ ਪ੍ਰੀਤ ਪੁਰਬਾ ਜੀ ਰਾਜ ਕਾਕੜਾ ਵੀਰ ਆਪਣਾ ਜੀ ਜਵਾਰ ਪੱਡਾ ਬੰਟੀ ਵੀਰ ਪੈਰੋਂ ਮੁੰਨੇ ਤੋਂ ਸੰਦੀਪ ਜੰਟੀ ਜੱਸੀ ਇਹ ਸਾਰੇ ਮੇਰੇ ਦੋਸਤ ਭਰਾ ਮੇਰੇ ਨਾਲ ਹੈ ਜੀ ਗੈਰੀ ਆ ਪਾਲੀਆ ਬਹੁਤ ਮੇਰਾ ਸਾਥ ਦਿੰਦੇ ਨੇ ਜੀ ਤੇ ਡਿਸਕਸ ਵੀ ਕਰਨੀ ਹੁੰਦੀ ਆ ਆਪਾਂ ਇਹਨਾਂ ਨਾਲ ਹੀ ਕਰ ਲਈਦੀ ਆ ਵੀ ਆ ਭਾਈ ਮੈਂ ਆ ਰਿਹਾ ਜਾਂ ਮੇਰਾ ਆਉਣ ਵਾਲਾ ਹੂੰ ਵੀ ਕਿ ਮੈਂ ਸਾਰਾ ਕੁਝ ਹਰੀਆਂ ਗੱਲਾਂ ਜੀ ਸੋ ਹੋਰ ਕੁਝ ਕਹਿਣਾ ਚਾਹੋ ਸੁਣਨ ਵਾਲਿਆਂ ਨੂੰ ਅਸੀਂ ਤਾਂ ਜੀ ਏਡੇ ਜੋਗੇ ਹੈ ਨਹੀਂ ਸਨੇਹਾ ਦਈਏ ਪਰ ਲੋਕਾਂ ਨੂੰ ਇਹ ਚਾਹੀਦਾ ਸਰੋਤਿਆਂ ਨੂੰ ਇਹ ਚਾਹੀਦਾ ਵੀ ਉਹ ਸੂਝਵਾਨ ਹੋਣ ਹੂੰ ਕੋਈ ਵੀ ਗੱਲ ਜਾਂ ਕੋਈ ਵੀ ਚੀਜ਼ ਉਹ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹ ਇਹ ਸੋਚਣ ਵੀ ਜਾਂ ਉਹ ਇਹ ਚੀਜ਼ ਬਣਾਉਣ ਜੀ ਵੀ ਜੋ ਨਵੀਂ ਜਨਰੇਸ਼ਨ ਲਈ ਕੋਈ ਚੰਗਾ ਚੀਜ਼ ਹੋਵੇ ਤੇ ਇੱਕ ਮੈਂ ਮੈਸੇਜ ਜ਼ਰੂਰ ਦੇਣਾ ਚਾਹੂੰਗਾ ਜੀ ਆਪਣੀ ਕਿਸਾਨੀ ਲਈ ਜਿੱਥੇ ਵੀ ਮੈਨੂੰ ਬੋਲਣ ਦਾ ਮੌਕਾ ਮਿਲਦਾ ਉਹ ਮੈਂ ਕਹਿਣਾ ਹਾਂ ਵੀ ਆਪਣੇ ਪੰਜਾਬ ਦੀ ਪਾਪੂਲੇਸ਼ਨ 3 ਕਰੋੜ ਦੇ ਆਸ-ਪਾਸ ਜੀ ਤੇ 3 ਕਰੋੜ ਹੀ ਆਪਣੇ ਪੰਜਾਬ ਦੇ ਲੋਕ ਬਾਹਰ ਕਿਤੇ ਬੈਠੇ ਆ ਹੂੰ ਜੇ ਉਹ ਇੱਕ ਇੱਕ ਰੁਪਿਆ ਵੀ ਇਕੱਠਾ ਕਰਨ 6 ਕਰੋੜ ਹੋ ਸਕਦਾ ਜੀ ਉਹ 6 ਕਰੋੜ ਦੇ ਨਾਲ ਉਹ ਕਿਸਾਨ ਵੀ ਬਚ ਸਕਦੇ ਆ ਕਿੰਨੇ ਹੀ ਬਚ ਸਕਦੇ ਆ ਜਿਹੜੇ 2 ਲੱਖ ਜਾਂ 5 ਲੱਖ ਲਈ ਆਪਣੇ ਆਪਣੀ ਜੀਵਨ ਲੀਲਾ ਖਤਮ ਕਰ ਲੈਂਦੇ ਇੱਕ ਬੰਦਾ ਮਰਿਆ ਪਰਿਵਾਰ ਦਾ ਮੁੱਢੀ ਤੇ ਤਕਰੀਬਨ ਉਹ ਪਰਿਵਾਰ ਹੀ ਖਤਮ ਹੋ ਜਾਂਦਾ ਉਹ ਬੱਚੇ ਮਾਨਸਿਕ ਲੈਵਲ ਤੇ ਉਹਦਾ ਦੇ ਮਾਪਿਓ ਤੇ ਉਹਨਾਂ ਦੀਆਂ ਜੋ ਪਤਨੀਆਂ ਪਿੱਛੇ ਛੱਡ ਜਾਂਦੇ ਨੇ ਉਹ ਬਾਕੀ ਤੌਰ ਤੇ ਨਹੀਂ ਉੱਪਰ ਸਕਦੇ ਬਿਲਕੁਲ ਇਹਦੇ ਬਾਰੇ ਸੋਚਣਾ ਚਾਹੀਦਾ ਜ਼ਰੂਰ ਸੋਚਣਾ ਚਾਹੀਦਾ ਸੇ ਹਰਪ੍ਰੀਤ ਜੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਤੁਸੀਂ ਪ੍ਰੋਗਰਾਮ ਚ ਆਏ ਔਰ ਖੁੱਲ ਕੇ ਤੁਸੀਂ ਆਪਣੀ ਗਾਇਕੀ ਬਾਰੇ ਗਾਇਕੀ ਦੇ ਨਾਲ ਨਾਲ ਕੈਨੇਡਾ ਦੇ ਰਹਿਣ ਵਾਲੇ ਲੋਕਾਂ ਬਾਰੇ ਵੀ ਦੱਸ ਇੰਦੈਂਗ ਹੋ ਗਿਆ ਹਾਂਜੀ ਹਾਂ ਸੋ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਓਕੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰਿਆਂ ਸੋ ਦੋਸਤੋ ਇਸ ਵੇਲੇ ਸਾਡੇ ਅੱਜ ਦੇ ਮਹਿਮਾਨ ਹਰਪ੍ਰੀਤ ਸਿੰਘ ਜੀ ਤੁਹਾਨੂੰ ਅੱਜ ਕੱਲ੍ਹ ਦੇ ਇਸ ਪ੍ਰੋਗਰਾਮ ਚ ਤੁਸੀਂ ਮਿਲੋਗੇ ਦੋ ਗਾ ਅੱਜ ਅਨਨ ਕਰਾਂਗੇ ਆਪਾਂ ਪਿਆਰਪੂਰ ਦੀਆਂ ਗੱਲਾਂ ਤੇ ਫਿਲਹਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ